ਉਹ ਤਾਂ ਹੁੰਦੀਆਂ ਜਿਹੜੀ ਗੱਲ ਪਹਿਲਾਂ ਪਿੰਡ ਚ ਚੱਲਦੀ ਹੈ ਹਾਂਜੀ ਕਿ ਫਲਾਣੇ ਦੇ ਵਿੱਚ ਫਲਾਣੇ ਦੀ ਰੂਹ ਆਉਂਦੀ ਆ ਆਤਮਾ ਆਉਂਦੀ ਆ ਉਹਨੂੰ ਉਹਦੀ ਕਸਰ ਹੁੰਦੀ ਆ ਫੇਰ ਕੀ ਹੁੰਦਾ ਦੰਦਲ ਪੈਂਦੀ ਆ ਤਾਂ ਜਿਹੜੀ ਨੂੰ ਉਹ ਸੇ ਭੂਤ ਦੀ ਜਾ ਕੇ ਗੱਲ ਕਰਨੀ ਆ ਉਹਨੂੰ ਦੰਦਲੀ ਪੈਣੀ ਆ ਉਹ ਆ ਜਾਂਦਾ ਜਦੋਂ ਬੋਲ ਆਉਂਦੀ ਆ ਉਹਦਾ ਫੇਰ ਸਿਰ ਘੁੰਮਦਾ ਉਹਦੇ ਚੋ ਬੋਲਦਾ ਜਣੀ ਜਿਹੜਾ ਕੁਝ ਕਿਸੇ ਨੇ ਦੇਖਿਆ ਜਾਂ ਸੁਣਿਆ ਹੁੰਦਾ ਉਹੀ ਫਿਰ ਰਿਪੀਟ ਹੁੰਦਾ ਅੱਗੇ ਜਾ ਬਾਬਿਆਂ ਦੇ ਜਿਹੜੇ ਸਿਰ ਘੋਣ ਦਾ ਚੱਕਰ ਆ ਸਿਰਫ ਸਿਰ ਘੋਣ ਦਾ ਜਿਹੜਾ ਢੋਂਗ ਆ ਵਾਲ ਰੱਖੇ ਹੋਏ ਆ ਥੋੜੀ ਪ੍ਰੈਕਟਿਸ ਹੋ ਜਾਂਦੀ ਠੀਕ ਹੈ ਵਾਲ ਰੱਖੇ ਵਾਲਾ ਵਿਅਕਤੀ ਕੋਈ ਵੀ ਹੈ ਲੇਡੀਜ਼ ਆ ਮਰਦ ਆ ਜੋ ਵੀ ਹੈ ਜੇ ਉਹਨੇ ਸਿਰ ਘਮਾਉਣਾ ਤੁਸੀਂ ਕਿਸੇ ਦੇ ਵੀ ਉਹਨੂੰ ਕਹਿੰਦੇ ਵੀ ਸਿਰ ਘੁਮਾ ਹਮ ਸਿਰ ਸਿਰ ਨਹੀਂ ਬਹੁਤਾ ਘੁਮਾਉਣਾ ਪੈਂਦਾ ਵਾਲਾਂ ਦੀ ਲੰਬਾਈ ਨੇ ਕੋਈ ਕੀ ਜਾਣਾ ਹੁੰਦਾ ਥੱਲੇ ਉਹ ਨਹੀਂ ਬਹੁਤਾ ਹਲਾਉਣਾ ਪੈਂਦਾ ਡੇਰਿਆਂ ਵਾਲੇ ਬਾਬੇ ਹੋਰ ਆ ਨਸ਼ੇ-ਨੁਸ਼ੇ ਦਾ ਸੇਵਨ ਵੀ ਕਰਦੇ ਆ ਤੇ ਉਹ ਇਸ ਤਰ੍ਹਾਂ ਘੁਆ ਲੈਂਦੇ ਆ ਕੋਈ ਐਡੀ ਗੱਲ ਨਹੀਂ ਪ੍ਰੈਕਟਿਸ ਕਰਨ ਤੋਂ ਬਾਅਦ ਕੋਈ ਵੀ ਕਰ ਸਕਦਾ ਜਦੋਂ ਨਾਟਕ ਵਾਲੀ ਗੱਲ ਹੀ ਸਮੂ ਐਕਸਪਲੇਨ ਹੀ ਕਰਤੀ ਕਿ ਇੰਨਾ ਸਿਰ ਘੁਆ ਦਿੰਦੀ ਸੀ ਬਲਜਿੰਦਰ ਕਿ ਸਾਰਿਆਂ ਨੂੰ ਲੱਗਦਾ ਸੀ ਇਹ ਤਾਂ ਸੱਚ ਹੋਈ ਬੁਤਾਈ ਵੀ ਹਾਂ ਬਸ ਛੋਟੇ ਪਏ ਨਹੀਂ ਗੱਲਾਂ ਤੁਹਾਨੂੰ ਤਾਂ ਆਉਂਦੀਆਂ ਇਹਦੇ ਪਈ ਪੈ ਜਾਂਦੀਆਂ ਨਾ ਉਹਨੂੰ ਨਹੀਂ ਕੋਈ ਜ਼ਿਆਦਾ ਹੁੰਦਾ ਉਹ ਭਾਈ ਜਾ ਕਿਸਵਾ ਫਿਰ ਜੇ ਸਾਡਾ ਸਮਾਜ ਇਹ ਸੋਚਣ ਲੱਗੇ ਤੇ ਵੀ ਉਹ ਸਮਾਨ ਜਿਹੜਾ ਟੂਨੇ ਚ ਪਿਆ ਉਹ ਦੁਕਾਨ ਤੋਂ ਮਿਲਿਆ ਸਾਰਾ ਦੁਕਾਨ ਤੋਂ ਖਰੀਦਿਆ ਇੱਕ ਹੋਰ ਵੀ ਇਹਦੇ ਪਿੱਛੇ ਦੁਕਾਨਾਂ ਵਾਲਿਆਂ ਨੇ ਜਿਹੜਾ ਐਕਸਪਾਇਰੀ ਸਮਾਨ ਹੁੰਦਾ ਮਾੜਾ ਮਾਲ ਹੁੰਦਾ ਉਹ ਸਾਰਾ ਇਹਨਾਂ ਕੰਮਾਂ ਨੂੰ ਰੱਖਿਆ ਉਹ ਟੂਨੇ ਵਾਲਾਂ ਨੂੰ ਲਲੇਰ ਸੁੱਕਾ ਹੋ ਨੌਬ ਵਾਲ ਸੁੱਕੀ ਹੋ ਲਿਪਸਟਿਕ ਸੁੱਕੀ ਹੋ ਜਿਹੜਾ ਸਿੱਟੇ ਦਾ ਮਾਲ ਹੁੰਦਾ ਉਹ ਹੁੰਦਾ ਉਹਦੇ ਚ ਟੂਨੇ ਉੱਥੋਂ ਲੈਂਦਾ ਖਰੀਦ ਲਿਆ ਲਿਆ ਕੇ ਪਹਿਲਾਂ ਤੋਂ ਆਪਦੇ ਘਰੇ ਰੱਖਦਾ ਨਾ ਦੇ ਨੇਲੇ ਨਾ ਕੁਛ ਨਹੀਂ ਹੋਇਆ ਤੇ ਨਹੀਂ ਗਿਆ ਫਿਰ ਸਾਰੇ ਰੋਗ ਜਦੋਂ ਸੌਂਗੀ ਅਤੀ ਰਾਤ ਜਾਂਦਾ ਉਹ ਲਫਾਫਾ ਚੱਕਦਾ ਚੁਰਾਸਤੇਂ ਚੇ ਨਹੀਂ ਕਰਦਾ ਉਦੋਂ ਨਹੀਂ ਕੁਛ ਹੋਇਆ ਤੇ ਫਿਰ ਜਿਹੜਾ ਉਹਦੇ ਉੱਤੋਂ ਦੀ ਨੰਗੂ ਉਹਨੂੰ ਕਿਉਂ ਜੇ ਸਵਾਲ ਆ ਜੀ ਜਦੋਂ ਭੂਤ ਪ੍ਰੇਤ ਦਾ ਅਸਰ ਹੁੰਦਾ ਨਾ ਫਿਰ ਬੰਦਾ 10 10 ਬੰਦਿਆਂ ਤੋਂ ਫੜਿਆ ਨਹੀਂ ਰਹਿੰਦਾ ਹੂੰ ਜੋ ਇਸ ਬਹੁਤ ਆ ਜਾਂਦਾ ਜਿਹੜੇ ਉਹ ਇਹਨਾਂ ਗੱਲਾਂ ਨੂੰ ਮੰਨਦੇ ਆ ਭੂਤਾਂ ਪ੍ਰੇਤਾਂ ਦੇ ਸੰਕਲਪ ਨੂੰ ਮੰਨਦੇ ਆ ਉਹ ਉਹਨੂੰ ਓਨੀ ਮਜ਼ਬੂਤੀ ਨਾਲ ਫੜ ਵੀ ਨਹੀਂ ਸਕਦੇ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਇਹਨੂੰ ਜਿਆਦਾ ਘੁੱਟ ਕੇ ਫੜ ਲਿਆ ਜਾਂ ਫੜ ਕੇ ਤੰਗ ਕਰਿਆ ਇਹਦੇ ਚੋਂ ਨਿਕਲ ਕੇ ਸਾਡੇ ਕਦੀ ਨਾ ਆ ਜੇ ਜੀ ਜਾਣੀ ਉਹਨਾਂ ਦਾ ਮਨੋਵਾਲੀ ਨਹੀਂ ਬਣਦਾ ਉਹਨੂੰ ਕੰਟਰੋਲ ਕਰਨ ਦਾ ਬਹੁਤ ਕੇਸ ਆਏ ਸ਼ੁਰੂ ਚ ਆਏ ਮਸ਼ਾ ਕੱਪੜੇ ਕੱਟੇ ਗਏ ਇੱਕ ਕੱਟਿਆ ਗਿਆ ਕੱਟਣ ਦਾ ਸਟਾਈਲ ਕੱਪੜੇ ਜਲ ਗਏ ਉਹ ਸਟਾਈਲ ਪੜਤਾਲ ਕਰਨ ਤੋਂ ਬਾਅਦ ਇਹ ਲੱਗ ਜਾਂਦਾ ਪਤਾ ਕਿ ਕੱਪੜੇ ਕਾਦੇ ਨਾਲ ਅਗ ਲਾਈਆ ਤਾਂ ਕਾਦੇ ਨਾਲ ਲਾਈਆ ਇਹ ਵੀ ਪਤਾ ਲੱਗ ਜਾਂਦਾ ਉੱਚ ਆਮ ਕਰਕੇ ਤੇਜਾਬ ਦੀ ਵਰਤੋਂ ਦੇਖਿਆ ਸੀ ਕਿਉਂਕਿ ਪਿਛਲੇ ਸਮੇਂ ਚ ਦੇਖਿਆ ਵੀ ਇਨਵਰਟਰ ਬਹੁਤ ਘਰਾਂ ਚ ਆ ਗਏ ਸੀ ਤੇ ਬੈਟਰੀ ਦੇ ਵਿੱਚ ਅੰਦਾ ਤੇਜਾਬ ਤੇ ਉੱਥੋਂ ਤੁਸੀਂ ਇੱਕ ਡ੍ਰੋਪਰ ਭਰੋ ਤੇ ਪਾ ਦਿਓ ਸੰਗਲ ਵਾਲੀ ਗੱਲ ਹੈ ਉਹ ਸੰਗਲ ਮਾਰਨ ਦਾ ਇੱਕ ਸਟਾਈਲ ਆ ਅੱਛਾ ਹੁੰਦਾ ਕੀ ਹੈ ਵੀ ਇੱਕ ਕੜੇ ਦੇ ਵਿੱਚ 8-10 ਸੰਗਲੀਆਂ ਪਾਈਆਂ ਹੋਈਆਂ ਉਹ ਕੜੇ ਨੂੰ ਅੱਗੇ ਇੱਕ ਗੇਟ ਡੇਢ ਗੇਟ ਦਾ ਗਲੂ ਫੁੱਟ ਦਾ ਜਾਂ 10 ਇੰਚ ਦਾ ਇੱਕ ਹੋਰ ਰਾੜ ਪਾਈ ਹੈ ਉਹ ਰਾੜ ਫੜੀ ਹੋਈ ਹੈ ਉਹਨੇ ਜੇ ਤੂੰ ਮੋਢੇ ਤੇ ਮਾਰਨਾ ਹੈ ਤਾਂ ਉਹ ਰਿੰਗ ਵਾਲਾ ਥਾਂ ਜਿਹੜਾ ਜਿਹਦੇ ਵਿੱਚ ਸੰਗਲੀਆਂ ਉਹ ਮੋਢੇ ਤੇ ਲੈ ਜਾਂਦਾ ਤੇ ਸੰਗਲੀਆਂ ਨਾਲ ਲੱਗਦੀਆਂ ਵੱਜਦੀਆਂ ਨਹੀਂ ਹੈ ਤੇ ਨਾਲ ਉਹਦੀ ਉਦੋਂ ਅਗਲੀ ਗੱਲ ਕੀ ਹੁੰਦੀ ਹੈ ਉਹ ਮੂਝੋ ਆਵਾਜ਼ ਕੱਢਦਾ ਅਸੀਂ ਤਾਂ ਹਰੇਕ ਦੇ ਨੋਟ ਕਰਦੇ ਆ ਹੂੰ ਕਿਉਂਕਿ ਤਾਂ ਕਿ ਦੇਖਣ ਵਾਲੇ ਨੂੰ ਐ ਲੱਗੇ ਕਿ ਸੰਗਲ ਵੱਜੇ ਦੀ ਆਵਾਜ਼ ਆਈ ਉਹਨੇ ਨਾਲ ਦੀ ਨਾਲ ਜਦੋਂ ਸੰਗਲ ਮਾਰਿਆ ਇਹ ਸਾਰੇ ਨੂੰ ਲੱਗਦਾ ਵੀ ਜੋ ਬੜਾ ਜ਼ੋਰ ਦੀ ਵੱਜਦਾ ਉਹ ਸੀ ਤਾਂ ਇੱਕ ਦੋ ਵਾਰੀ ਬਾਬਿਆਂ ਨਾਲ ਐ ਜਦੋਂ ਚੈਲੰਜ ਹੈ ਹੋਇਆ ਸੀ ਇਹਨੂੰ ਕਿਹਾ ਸੀ ਸੰਗਲ ਸਾਨੂੰ ਫੜਾ ਦੇ ਮਾਰਾਂਗੇ ਅਸੀਂ ਦੇ ਕਿਸੇ ਘਰੇ ਅੱਗ ਲੱਗਦੀ ਆ ਖੂਨ ਦੇ ਛਿੱਟੇ ਡਿੱਗਦੇ ਆ ਕੋਈ ਕੱਪੜੇ ਕੱਟੇ ਗਏ ਕੋਈ ਮਤਲਬ ਇਸ ਤਰ੍ਹਾਂ ਦੇ ਜਿਹੜੇ ਡਰਾਮ ਵਾਲੇ ਕੀ ਹੁੰਦੇ ਆ ਜਾਂ ਕਿਤੇ ਬਾਰ-ਬਾਰ ਪੈਸੇ ਚੱਕੀ ਜਾਂਦੇ ਕਹਣਗੇ ਜੀ ਸਾਡੇ ਤਾਂ ਜਿੰਦੇ ਲੱਗੇ ਜੋ ਵੀ ਨਿਕਲ ਜਾਂਦੇ ਆ ਉਹੇ ਜਿਹੇ ਕੀ ਸਗੇ ਉਹ ਤਾਂ ਤਰਕਸ਼ੀ ਸੁਸਾਇਟੀ ਦੇ ਸਿੱਧੇ ਆਉਂਦੀ ਹੁੰਦੇ ਆ ਆਪਣੇ ਦੇਰੇ ਚਾਉਂਦੇ ਉਹ ਸੀ ਹੱਲ ਕਰਦੇ ਔਲਾਦ ਨਹੀਂ ਹੋਈ ਪਰ ਲੋ ਬਾਬੇ ਦੀਆਂ ਚੌਂਕੀਆਂ ਔਲਾਦ ਕੁੜੀਆਂ ਹੀ ਹੋ ਰਹੀਆਂ ਚਲੋ ਕਿਸੇ ਬਾਬੇ ਤੇ ਜਦੋਂ ਕਿ ਇਹ ਗੱਲਾਂ 7ਵੀਂ ਕਲਾਸ ਤੋਂ ਸ਼ੁਰੂ ਹੋ ਜਾਂਦੀਆਂ ਵੀ ਮੁੰਡਾ ਕਿਵੇਂ ਹੁੰਦਾ ਕੁੜੀ ਕਿਵੇਂ ਹੁੰਦੀ ਐ ਦਵਾਈ ਤਾਂ ਪਹਿਲਾਂ ਵੀ ਖਾਂਦਾ ਸੀ ਪਰ ਜਿੱਦੇ ਦਾ ਤਵੀਦ ਪਾਇਆ ਥੋੜਾ ਪੁਆ ਅਸਰ ਦਵਾਈ ਦਾ ਉਸ ਤੋਂ ਬਾਅਦ ਕੋ ਕੁੱਛਣ ਵਾਲਾ ਹੋਵੇ ਭੋਲੇ ਉਹ ਦਵਾਈ ਦੇ ਅਸਰ ਨੂੰ ਵੀ ਟਾਈਮ ਲੱਗ ਜਾਂਦਾ ਹੋ ਸਕਦਾ ਡਾਕਟਰ ਤੋਂ ਦਵਾਈ ਸਹੀ ਸਿਲੈਕਟ ਹੀ ਨਾ ਗਈ ਕੋਈ ਹੋਵੇ ਹੋ ਸਕਦਾ ਮੰਨ ਲਓ ਜਿਹੜਾ ਤੁਹਾਨੂੰ ਬੈਕਟੀਰੀਆ ਤੁਹਾਡੇ ਅੰਦਰ ਇਨਫੈਕਸ਼ਨ ਕੀਤੀ ਐ ਜਿਹੜੇ ਦਵਾਈ ਐ ਐਂਟੀਬਾਇਓਟਿਕ ਤੁਹਾਨੂੰ ਦਿੱਤਾ ਜਿਹੜਾ ਸਾਲਟ ਤੁਹਾਨੂੰ ਦਿੱਤਾ ਉਹ ਉਹਨੂੰ ਸੈਂਸਿਟਿਵ ਹੀ ਨਾ ਹੋਵੇ ਉਹਨੂੰ ਗੋਲਦਾ ਹੀ ਨਾ ਹੋਵੇ ਵੀ ਹੋਰ ਨਾ ਮਰੇ ਉਹਨਾਂ ਇੱਥੇ ਤੱਕ ਤਾਂ ਅਸੀਂ ਜਾਣਦੇ ਹੀ ਨਾ ਦੋ ਤਣੂਆਰੀ ਕੈਨੇਡਾ ਜਾਏ ਆ ਸਾਡੇ ਜਿੰਨੀਆਂ ਹੀ ਉੱਥੇ ਨੇ ਬਸ ਇਹ ਹੈ ਵੀ ਉਹਨਾਂ ਭੂਤਾਂ ਦੀਆਂ ਜਿਹੜੀਆਂ ਕਿਰਿਆਵਾਂ ਨੇ ਉਹਦੇ 'ਚ ਫਰਕ ਹੁੰਦਾ ਅਜੇ ਭੂਤਾਂ ਸਾਰੇ ਪਾਸੇ ਆਏ ਹੋਏ ਨੇ ਨਹੀਂ ਆਪਣੇ ਜਿਹੀ ਅੰਗਰੇਜ਼ਾਂ 'ਚ ਵੀ ਹੈਗੀਆਂ ਦੇਖੋ ਅੰਗਰੇਜ਼ਾਂ ਨਾਲ ਭਾਸ਼ਾ ਵਾਲੀ ਗੱਲ ਕਰਕੇ ਕਹਿੰਦੇ ਮੈਨੂੰ ਅੰਗਰੇਜ਼ੀ ਜੀ ਘੱਟ ਆਉਂਦੀ ਹੈ ਨਹੀਂ ਤਾਂ ਹੋ ਸਕਦਾ ਅੰਗਰੇਜ਼ਾਂ ਵਾਲਿਆਂ ਭੂਤਾਂ ਵੀ ਦੇਖ ਲੈਂਦੇ ਉਹਨਾਂ 'ਚ ਕਿ ਇਹੋ ਜਿਹੇ ਭੂਤਾਂ ਉਹ ਕਹਿੰਦੇ ਫਿਰ ਸ਼ਬਦ ਕਿੱਥੋਂ ਆਇਆ ਸ਼ਬਦ ਤਾਂ ਬੜੇ ਛੋਟੇ ਜੀ ਗੱਲ ਦੀ ਪੂਤ ਦਾ ਸ਼ਬਦ ਪੂਤ ਦਾ ਮਤਲਬ ਤਾਂ ਮਿੱਤਿਆ ਹੋਇਆ। ਜਿਵੇਂ ਕਿੜਾ ਹੋਵੇ ਜੇ ਬੰਦੇ ਦੇ ਹਿਸਾਬ ਚ ਵੀ ਸੋਚਣਾ ਹੋਵੇ ਵੀ ਜਿਹੜਾ ਮਰ ਗਿਆ ਉਹਦਾ ਪੂਤ ਜਿਉਂਦੇ ਦਾ ਪੂਤ ਤਾਂ ਹੁੰਦਾ ਨਹੀਂ ਨਾ ਨਵੇਂ ਜਨਮ ਲੈਣ ਵਾਲੇ ਦਾ ਪੂਤ ਹੁੰਦਾ ਜਿਵੇਂ ਆਪਾਂ ਪਾਸਟ ਲੋਕ ਵਾਈ ਟੀਵੀ ਦੇ ਪੋਡਕਾਸਟ ਨਾਲ ਤੁਸੀਂ ਜੁੜੇ ਹੋ ਮੈਂ ਮਨਿੰਦਰਜੀਤ ਸਿੱਤੂ ਅੱਜ ਦੇ ਪੋਡਕਾਸਟ ਦੇ ਵਿੱਚ ਸਾਡੇ ਕੋਲੇ ਪੂਤਾਂ ਕੱਢਣ ਵਾਲੇ ਬਾਬਾ ਜੀ ਆਏ ਨੇ ਆ ਬੜੀਆਂ ਪੂਤਾਂ ਕੱਢੀਆਂ ਨੇ ਬੜੀਆਂ ਆਪਰੇਤਾਂ ਕੱਢਦੇ ਨੇ ਤੇ ਬੜਾ ਗਿਆਨ ਹੈ ਇਹਨਾਂ ਨੂੰ ਬਹੁਤ amperes ਤੇ ਕਈ ਵਾਰ ਮੁਲਾਕਾਤ ਵੀ ਹੋਈ ਹੈ ਇਹਨਾਂ ਦੀ 129 ਲੱਗਿਆ ਹੁਣਾ ਮੈਂ ਕੋਈ ਪੁੱਛਾਗੜਨ ਵਾਲਾ ਬਾਬਾ ਨਹੀਂ ਦਾ ਹਾਲਾਂਕਿ ਪੁੱਛਾਗੜਨ ਵਾਲਾ ਨਹੀਂ ਮੈਂ ਇੱਕ ਤਰਕਸ਼ੀਲ ਵਿਅਕਤੀ ਨੂੰ ਲੈ ਕੇ ਆਇਆ ਸਾਡੇ ਨਾਲ ਨੇ ਅਰੀ ਅੰਦਰ ਬਦੌਰ ਜੀ ਬਦੌਰ ਸਾਹਿਬ ਸੀ ਗੱਲ ਧੀ ਬੋਤਨਵਾਦ ਮਨਿੰਦਰ ਜੀ ਜੀ ਠੀਕ ਹੋ ਬਿਲਕੁਲ ਠੀਕ ਉਹਨੇ ਉਹਨੇ ਗ੍ਰੇਡਾ ਤੋਂ ਜਾ ਕੇ ਆਏ ਮੈਂ ਆਪਣੇ ਆ ਹਮਸ ਦੋ ਤਿੰਨ ਮਹੀਨੇ ਲੰਘ ਗਏ 1 ਜੁਲਾਈ ਨੂੰ ਆ ਗਏ ਸੀ ਜੁਲਾਈ ਨੂੰ ਤੇ ਕੀ ਕਿਹਾ ਠੀਕ ਸੀ ਠੀਕ ਆਪਾਂ ਦਰਜਾ ਸਭ ਤੋਂ ਪਹਿਲਾਂ ਮਾ ਕੈਨੇਡਾ ਬਾਰੇ ਦਾ ਖੁਰੰਦਾ ਗੱਲ ਕਰਾਂਗੇ ਬਾਅਦ ਚ ਉਹ ਵੀ ਥੋੜੇ ਤੋਂ ਪੁੱਛਾਂਗੇ ਅਸੀਂ ਠੀਕ ਉਹਦੇ ਉਤੋਂ ਬਾਰੇ ਬੜੀਆਂ ਗੱਲਾਂ ਆ ਬੜੇ ਭਰਮ ਭਲੇ ਖੇ ਆ ਇਹ ਗੱਲਾਂ ਸੱਚੀਆਂ ਵੀ ਜਾਣਾਂਗੇ ਠੀਕ ਪਹਿਲਾਂ ਗੱਲ ਕਰਾਂਗੇ ਵੀ ਇਤਰ ਲਈ ਮੈਟਰ ਤੇ ਪੂਤਾੜੀ ਹਾਂਜੀ ਠੀਕ ਹੈ ਪੂਤਾਉਣਦਿਆਂ ਪੂਤਾ ਜੇ ਤਾਂ ਪਏ ਦੇਖਣਾ ਹੋਵੇ ਵੀ ਲੋਕ ਕੀ ਕਹਿੰਦੇ ਆ ਫਿਰ ਤਾਂ ਹੁੰਦੀਆਂ ਕਿ ਬਾਹਲੇ ਕਹਿੰਦੇ ਆ ਜੇ ਤਰਕਸ਼ੀਲ ਸੁਸਾਇਟੀ ਦੀ ਗੱਲ ਜਾਂ ਮੇਰੀ ਗੱਲ ਪੁੱਛਣਾ ਚਾਹੁੰਦੇ ਹੋ ਫਿਰ ਇਹ ਵੀ ਨਹੀਂ ਹੁੰਦੀ ਅੱਛਾ ਜੀ ਲੋਕ ਕਹਿੰਦੇ ਸਰ ਉਹ ਉਹਨਾਂ ਦਾ ਤਜਰਬਾ ਹੈ ਉਹਨਾਂ ਨੇ ਤਜਰਬੇ ਚ ਭੂਤਾਂ ਦੇਖੀਆਂ ਹੂੰ ਭੂਤਾ ਖੰਡਾਈਆਂ ਭੂਤਾਂ ਦਾ ਸੰਤਾਪ ਭੋਗਿਆ ਭਾਵੇਂ ਭੂਤਾਂ ਦਾ ਸੰਕਲਪਾ ਜਿਹੜਾ ਉਹਨਾਂ ਦੇ ਮਨਾਂ ਚ ਉਹ ਉਪਰਾਤਨਵਾਦ ਦਾ ਆਤਮਾ ਦਾ ਰੂਹਾਂ ਦਾ ਗਤੀਆਂ ਦਾ ਹੋਣਾ ਨਾ ਹੋਣਾ ਰੂਹਾਂ ਦਾ ਭਟਕਣਾ ਜਾਂ ਕੁਝ ਲਾ ਲਾਜ ਬਿਮਾਰੀਆਂ ਜਦੋਂ ਕਿਸੇ ਵੇਲੇ ਐਂਗਲੋ ਵੀ ਮਾਨਸਿਕ ਤੌਰ ਤੇ ਟਰੀਟ ਕਰਨ ਵਾਲੇ ਡਾਕਟਰ ਸਾਈਕੀਟ੍ਰਿਸਟ ਨਹੀਂ ਸੀ ਸਾਈਕੋਲੋਜਿਸਟ ਨਹੀਂ ਸੀ ਤਾਂ ਫਿਰ ਉਹਨਾਂ ਗੱਲਾਂ ਨੂੰ ਉਧਰ ਨੂੰ ਜੋੜਨ ਨਾਲ ਅੱਗੇ ਦੀ ਅੱਗੇ ਉਹ ਫਿਰ ਜਦੋਂ ਸਮਾਜ ਚ ਵਾਪਰਦੀਆਂ ਗਾਹਾਂ ਪੱਕ ਜਾਂਦੀਆਂ ਇੱਕ ਠੀਕ ਹੋ ਗਿਆ ਦੂਜੇ ਨੂੰ ਲੱਗਣ ਲੱਗ ਜਾਂਦਾ ਵੀ ਇਹਨਾਂ ਨੇ ਆਪ ਦਾ ਇਲਾਜ ਕਰਾ ਲਿਆ ਚੀਜ਼ ਸਾਡੇ ਗੰਨੀ ਤੌਰ ਤੀ ਹੋ ਉਹਨੇ ਉਹਨੂੰ ਉਹੀ ਲੱਛਣ ਸ਼ੁਰੂ ਹੋ ਜਾਂਦੇ ਅਸਾ ਨਿਸ਼ਾਨੀਆਂ ਲੱਛਣ ਉਹੀ ਹੁੰਦੇ ਸੀ ਜੋ ਦੇਖਿਆ ਸੋਸਾਇਟੀ ਨੇ ਸ਼ੁਰੂ ਚ ਉਹਨਾਂ ਦਾ ਅਗਰ ਉਹ ਬਹੁਤ ਘੱਟ ਗਿਆ ਕੰਮ ਜਿਹੜੀ ਗੱਲ ਪਹਿਲਾਂ ਪਿੰਡ ਚ ਚੱਲਦੀ ਹੈ ਹਾਂਜੀ ਕਿ ਫਲਾਣੇ ਦੇ ਵਿੱਚ ਫਲਾਣੇ ਦੀ ਰੂਹ ਆਉਂਦੀ ਆ ਆਤਮਾ ਆਉਂਦੀ ਆ ਉਹਨੂੰ ਉਹਦੀ ਕਸਰ ਹੁੰਦੀ ਆ ਫੇਰ ਕੀ ਹੁੰਦਾ ਧੰਦਲ ਪੈਂਦੀ ਆ ਤਾਂ ਜਿਹੜੇ ਨੂੰ ਉਹ ਸੇ ਭੂਤ ਦੀ ਜਾ ਕੇ ਗੱਲ ਚੱਲਣੀ ਆ ਉਹਨੂੰ ਦੰਦਲ ਹੀ ਪੈਣੀ ਆ ਉਹ ਆ ਜਾਂਦਾ ਜਦੋਂ ਬੋਣ ਆਉਂਦੀ ਆ ਉਹਦਾ ਫੇਰ ਸਿਰ ਘੁੰਮਦਾ ਉਹਦੇ ਚੋ ਬੋਲਦਾ ਜਣੀ ਜਿਹੜਾ ਕੁਝ ਕਿਸੇ ਨੇ ਦੇਖਿਆ ਜਾਂ ਸੁਣਿਆ ਹੁੰਦਾ ਉਹੀ ਫੇਰ ਰਿਪੀਟ ਹੁੰਦਾ ਅੱਗੇ ਜਾ ਕੇ ਤੋ ਇਸ ਰੰ ਦਾ ਸਿਲਸਲਾ ਚੱਲਦਾ ਰਹਿੰਦਾ ਹੈ ਤੇ ਉਹ ਜਿ ਨਜ਼ਰ ਸਾਡੇ ਮਨਾਂ ਦੇ ਵਿੱਚ ਇਹ ਸੰਕਲਪ ਪਿਆ ਹੈ ਭੂਤਾਂ ਪ੍ਰੇਤਾਂ ਦਾ ਉਹ ਕਈ ਵਾਰੀ ਕਹਿ ਦਿੰਦੇ ਆ ਵੀ ਜੇ ਅਸੀਂ ਵਿਕਸਤ ਦੇ ਮੁਲਕ ਚ ਚਲੇ ਜਾਈਏ ਸ਼ਾਇਦ ਉੱਥੇ ਭੂਤਾਂ ਨਾ ਹੋਣ ਪਰ ਉਹ ਦੇਖਿਆ ਹੀ ਗਿਆ ਦੋ ਤਿੰਨ ਵਾਰੀ ਕੈਨੇਡਾ ਜਾਏ ਆ ਸਾਡੇ ਜਿੰਨੀਆਂ ਹੀ ਉੱਥੇ ਨੇ ਬਸ ਇਹ ਹੈ ਵੀ ਉਹਨਾਂ ਭੂਤਾਂ ਦੀਆਂ ਜਿਹੜੀਆਂ ਕਿਰਿਆਵਾਂ ਨੇ ਉਹਦੇ 'ਚ ਫਰਕ ਹੁੰਦਾ ਅਜੇ ਭੂਤਾਂ ਸਾਰੇ ਬਸੇ ਰਹੇ ਨੇ ਅਮ ਉਹ ਸਾਰੇ ਬਸੇ ਕਿਉਂਕਿ ਇਹ ਜਿਵੇਂ ਬਗਲੂ ਫਿਜ਼ੀਕਲੀ ਤਾਂ ਕਿਤੇ ਸਰਵਾਈਵ ਨਹੀਂ ਕਰਦੀਆਂ ਇਹ ਸੰਕਲਪ ਦੇ ਤੌਰ ਤੇ ਮਨਾਂ ਚ ਹੈ ਤੇ ਮਨਾਂ ਚ ਬੰਦਾ ਫਿਰ ਜਿਹੜਾ ਜਿੱਥੋਂ ਦਾ ਸੱਭਿਆਚਾਰ ਲੈ ਕੇ ਜਾਂਦਾ ਸੰਸਕਰ ਲੈ ਕੇ ਜਾਂਦਾ ਉਹ ਫਿਰ ਉੱਥੇ ਨਾਲ ਹੀ ਜਾਂਦੀ ਹੈ ਠੀਕ ਹੈ ਨਹੀਂ ਆਪਣੇ ਜਿਵੇਂ ਅੰਗਰੇਜ਼ਾਂ 'ਚ ਵੀ ਹੈਗੀਆਂ ਦੇਖੋ ਅੰਗਰੇਜ਼ਾਂ ਨਾਲ ਭਾਸ਼ਾ ਵਾਲੀ ਗੱਲ ਕਰਕੇ ਕਹਿੰਦੇ ਮੈਨੂੰ ਅੰਗਰੇਜ਼ੀ ਜੀ ਘੱਟ ਆਉਂਦੀ ਹੈ ਨਹੀਂ ਤਾਂ ਹੋ ਸਕਦਾ ਅੰਗਰੇਜ਼ਾਂ ਵਾਲੀਆਂ ਭੂਤਾਂ ਵੀ ਦੇਖ ਲੈਂਦੇ ਉਹਨਾਂ 'ਚ ਕਿ ਇਹੋ ਜਿਹੇ ਭੂਤਾਂ ਅੱਛਾ ਤੇ ਪਰ ਆਪਣੇ ਵਾਲੇ ਜਰੂਰ ਦੇਖਿਆ ਸੋ ਚਾਹੇ ਉਹ ਹਿੰਦੀ ਖੇਤਰ ਵਾਲੇ ਲੋਕ ਹੋਣ ਚਾਹੇ ਪੰਜਾਬੀ ਵਾਲੇ ਹੋਣ ਤੇ ਉਹ ਤਾਂ ਉਵੇਂ ਜੀ ਹੈਗੇ ਹੈਗੇ ਹੈ ਹੈ ਚ ਗੱਲ ਇਹ ਆਂ ਦੀ ਜੇ ਮੈਂ ਜਦੋਂ ਕਿਸੇ ਬੰਦੇ ਨਾਲ ਇਹ ਗੱਲ ਕਰੀ ਤੇ ਕਿ ਚਲੋ ਤਰਕ ਦੇ ਤੌਰ ਤੇ ਗੱਲ ਕਰੀ ਤੇ ਅਸੀਂ ਵੀ ਕਰੀ ਤੇ ਵੀ ਯਾਰ ਨਹੀਂ ਹੁੰਦੀਆਂ ਇਹ ਚੀਜ਼ਾਂ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਕਹਿੰਦੇ ਫਿਰ ਸ਼ਬਦ ਕਿੱਥੋਂ ਆਇਆ ਸ਼ਬਦ ਤਾਂ ਬੜੀ ਛੋਟੀ ਜੀ ਗੱਲ ਹੀ ਆ ਭੂਤ ਦਾ ਸ਼ਬਦ ਭੂਤ ਦਾ ਮਤਲਬ ਤਾਂ ਬੀਤਿਆ ਹੋਇਆ ਜੇ ਇਹ ਕਿਹੜਾ ਹੋਵੇ ਜੇ ਬੰਦੇ ਦੇ ਹਿਸਾਬ ਚ ਵੀ ਸੋਚਣਾ ਹੋਵੇ ਵੀ ਜਿਹੜਾ ਮਰ ਗਿਆ ਉਹਦਾ ਭੂਤ ਜਿਉਂਦੇ ਦਾ ਭੂਤ ਤਾਂ ਹੁੰਦਾ ਨਹੀਂ ਨਾ ਨਵੇਂ ਜਨਮ ਲੈਣ ਵਾਲੇ ਦਾ ਭੂਤ ਹੁੰਦਾ ਜਿਵੇਂ ਆਪਾਂ ਪਾਸਟ ਤੇ ਪੰਜਾਬੀ ਚ ਜਿਹੜੇ ਬੰਦੇ ਪੜ੍ਹਦੇ ਆਪ ਨੂੰ ਪੜ੍ਹਾਉਂਦੇ ਆ ਭੂਤ ਕਾਲ ਭਵਿਖਤ ਕਾਲ ਨਾ ਵਰਤਮਾਨ ਕਾਲ ਤੇ ਉਹਦਾ ਭੂਤ ਸ਼ਬਦ ਦਾ ਤਾਂ ਮਤਲਬ ਤਾਂ ਇਹ ਆ ਬੀਤਿਆ ਹੋਇਆ ਠੀਕ ਆ ਜੇ ਭੂਤ ਸ਼ਬਦ ਦੇ ਬਣੇ ਉਹਨੂੰ ਫਿਰ ਜੋੜਨਾ ਕਾਦੇ ਨਾਲ ਆ ਗਾ ਹਾਂ ਬੀਤੇ ਸਮੇਂ ਨਾਲ ਜੋੜਨਾ ਕੰਮਰੇ ਹੋਏ ਬੰਦੇ ਨਾਲ ਜੋੜਨਾ ਉਹਦਾ ਫਿਰ ਗਾਸਾ ਜੋੜਨ ਵਾਲਿਆਂ ਦੇ ਜਾਏਗੇ ਲੈ ਵੀ ਜਿਹੜਾ ਪੁਜਾਰੀ ਵਰਗ ਜਾਏਗੇ ਲਈ ਆਪਾਂ ਵੀ ਜਿਹੜੇ ਲੋਕਾਂ ਨੇ ਇਸ ਗੱਲ ਨੂੰ ਕੰਮ ਨੂੰ ਵਿਚਾਰ ਨੂੰ ਧੰਦੇ ਦੇ ਤੌਰ ਤੇ ਅਪਣਾ ਲਿਆ ਉਹ ਫਿਰ ਮਸਾਲੇ ਲਾ ਲੂ ਕੇ ਸਾਰਾ ਕੁਛ ਜਿਹੇ ਜੀਆਂ ਗੱਲਾਂ ਕਰਦੇ ਆ ਹਾਂ ਤੇ ਉਹ ਫਿਰ ਜਿਹੜੇ ਲੋਕ ਮਨ ਡਰੇ ਹੋਏ ਆ ਉਹਨਾਂ ਸੰਸਕਾਰਾਂ ਚ ਗਰਸੇ ਹੋਏ ਆ ਉਹ ਫਿਰ ਉਹਨਾਂ ਦੀਆਂ ਗੱਲਾਂ ਤੇ ਉਹ ਸੱਚ ਮੰਨ ਸੱਚ ਮੰਨ ਸੱਚ ਮਤਲਬ ਗੇ ਉਹਨਾਂ ਦੇ ਵੀ ਸ਼ਬਦ ਬਣਿਆ ਇਹ ਤਾਂ ਗੱਲ ਹੋਈ ਹੈ ਪਰ ਜਿਵੇਂ ਦਾ ਵਰਤਾਰਾ ਆਪਰ ਦਾ ਬੜੀਆਂ ਜਗ੍ਹਾ ਬਦਨੋ ਭਾਰਤ ਦੇ ਵਿੱਚ ਬਹੁਤ ਜਗ੍ਹਾ ਹੈ ਜਿੱਥੇ ਕਹਿੰਦਾ ਕਿ ਉੱਥੇ ਜਾਣ ਨਾਲ ਭੂਤ ਨਿਕਲ ਜਾਂਦੇ ਨਿਕਲ ਜਾਂਦੇ ਠੀਕ ਮਤਲਬ ਉਹ ਕੀ ਚੀਜ਼ ਹੈ ਫਿਰ ਉੱਥੇ ਜਾ ਕੇ ਕੀ ਹੁੰਦਾ ਮਤਲਬ ਕੀ ਕਰਨਾ ਵਰਤਦੀ ਹੈ ਜੀ ਦੋ ਤਰ੍ਹਾਂ ਦੀ ਗੱਲ ਹੈ ਇੱਕ ਤਾਂ ਇਹ ਜਿਨ੍ਹਾਂ ਨੂੰ ਸੱਚ ਨੂੰ ਮਾਨਸਿਕ ਤੌਰ ਤੇ ਲੱਗਦਾ ਕਿ ਉਹਨੂੰ ਕੋਈ ਭੂਤ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਚਿੰਬੜਿਆ ਹੋਇਆ ਉਹਦੇ ਕੋਲੇ ਜਿੱਥੇ ਵੀ ਇਹ ਜੇ ਥਾਂ ਜਿਹੜੇ ਬਣੇ ਹੋਏ ਆ ਪੁਰਾਣੇ ਉਸ ਥਾਂ ਬਾਰੇ ਉਹਦੀ ਥਾਂ ਦੀ ਸ਼ਕਤੀ ਬਾਰੇ ਏਜੰਟ ਨੇ ਕਹਿ ਲਓ ਆਂਢੀ ਗੁਆਂਢੀ ਨੇ ਕਹਿ ਲਓ ਉਹਨੂੰ ਕਿੰਨਾ ਕੁਝ ਦੱਸਿਆ ਹੋਇਆ ਵੀ ਉੱਥੇ ਤਾਂ ਜੀ ਜਾਣਸਾਰ ਭੂਤੋਂ ਹੂੰ ਦੂਰ ਵੱਜ ਜਾਂਦੀ ਜਾਂ ਜਿਵੇਂ ਆਪਣੇ ਇੱਕ ਹੋਰ ਬਹੁਤ ਵੱਡਾ ਚੱਲਦਾ ਵੀਰ ਤੌਲੀ ਧਾਰ ਕਹਿ ਲੈਂਦੇ ਉਹਨੂੰ ਡੇਰਾ ਬਾਬਾ ਵੜ ਭਾਗ ਦੇ ਕਹਿ ਲੈਂਦੇ ਆ ਉਹਨੂੰ ਵੀ ਉੱਥੇ ਤਾਂ ਫਿਰ ਜਦੋਂ ਧਾਰ ਥੱਲੇ ਫੜ ਕੇ ਕਰ ਦਿੰਦੇ ਭੂਤ ਭਾਦ ਨਹੀਂ ਖੜਦੀ ਨਹੀਂ ਖੜਦੀ ਹੁਣ ਜਦੋਂ ਉਤੋਂ 3-4 ਡਿਗਰੀ ਦਾ ਪਾਣੀ ਜਿਹੜਾ ਸੈਂਟੀਗ੍ਰੇਡ ਦਾ ਠੰਡਾ ਪਾਣੀ ਡਿੱਗਦਾ ਤੇ ਉਹ ਫਿਰ ਜਿਹੜੇ ਉਥੇ ਧਾਰ ਥੱਲੇ ਫੜ ਕੇ ਕਰਦੇ ਆ ਚੰਗੇ ਹੱਟੇ-ਕੱਟੇ ਆ ਜੋ ਉਹ ਦੱਸਦੇ ਆ ਮੈਂ ਤਾਂ ਨਹੀਂ ਗਿਆ ਵੀ ਉਥੇ ਐਂ ਕਰਦੇ ਉਹ ਫੜ ਕੇ ਜਦੋਂ ਧਾਰ ਥੱਲੇ ਕਰ ਦਿੰਦੇ ਆ ਆਪੇ ਹਿਸਾਬ ਲਾ ਲੋ ਉੱਚ ਫਿਰ ਕੀ ਹੁੰਦਾ ਜਿਹੜੇ ਕੁਛ ਜਿਹਨੂੰ ਅਸੀਂ ਹਿਸਟਰੀਕ ਕੇਸ ਕਹਿੰਦੇ ਨੇ ਜਿਨ੍ਹਾਂ ਦੇ ਵਿੱਚ ਐਂ ਗੈਲੋ ਵੀ ਭੂਤ ਪ੍ਰੇਤ ਵਾਲਾ ਉਹ ਮਨੋਵਿਗਿਆਨਕ ਪੜਾ ਨਹੀਂ ਹੁੰਦਾ ਕਿਉਂ ਸੱਚ ਲੱਗਦਾ ਇਹ ਤਾਂ ਇਹ ਹੁੰਦਾ ਕਿ ਉਹਦੇ ਜਿਹੜਾ ਅਰਧ ਚੇਤਨ ਮਾਨਾ ਸਬਕੁਨਸੀਸ ਮਾਈਂਡ ਆ ਇਹਨੂੰ ਇੱਕ ਐ ਤਰ੍ਹਾਂ ਨਾਲ ਇਹਨੂੰ ਕੁੰਤਰੀ ਦਿਮਾਗ ਦੇ ਤੌਰ ਤੇ ਵੀ ਲਿਆ ਜਾਂਦਾ ਹੈ। ਹੂੰ ਵੀ ਇਹ ਆਵਦੀ ਸਮੱਸਿਆ ਨੂੰ ਹੱਲ ਕਰਨ ਦੇ ਵਾਸਤੇ ਬਯੰਤਾ ਘਟਦਾ ਹੀ ਰਹਿੰਦਾ ਹੈ। ਤੇ ਕਈ ਵਾਰੀ ਉਹਦੀ ਜਿਹੜੀ ਸਮੱਸਿਆ ਦਾ ਹੱਲ ਕਰਨ ਦਾ ਤਰੀਕਾ ਲੱਭਿਆ ਹੁੰਦਾ ਉਹ ਫਿੱਟ ਵੀ ਨਹੀਂ ਬਹਿ ਜਾਂਦਾ ਤੇ ਬਹੁਤ ਵਾਰੀ ਇਹ ਦੇਖਿਆ ਵੀ ਉਸ ਤਰੀਕੇ ਨਾਲ ਨੁਕਸਾਨ ਹੋਰ ਬਹੁਤ ਹੋਈ ਜਾਂਦਾ ਪਰ ਉਹਨੂੰ ਐ ਲੱਗਦਾ ਹੈ ਵੀ ਚਲ ਕੋਈ ਨਹੀਂ ਮੈਨੂੰ 5 700 1000 2000 ਦੀ ਮੇਰੀ ਮੰਗ ਤਾਂ ਪੂਰੀ ਨਹੀਂ ਹੋਈ ਹੁਣ ਇਹਨਾਂ ਦਾ 20 3000 ਬਾਬੇ ਦੇ ਲੈ ਲਿਆ ਹੁਣ ਠੀਕ ਆ ਉਹਨ ਲੋਟ ਆ ਗਈ ਉਹਦੇ ਮਨ ਨੂੰ ਉਹ ਤਸੱਲੀ ਜੀ ਮਹਿਸੂਸ ਕਰਦਾ ਤੇ ਜਦੋਂ ਉਹੇ ਜੇ ਬੰਦੇ ਨੂੰ ਉਹ 3 4 ਡਿਗਰੀ ਸੈਂਟੀਗ੍ਰੇਡ ਵਾਲੇ ਪਾਣੀ ਥੱਲੇ ਕਰਦੇ ਆ ਉਹ ਤਾਂ ਫਿਰ ਉਹਦੇ ਵਾਲਾ ਤਪੱਸਾ ਉਹ ਦੂਜਾ ਹੋ ਜਾਂਦਾ ਉਹ ਤਾਂ ਫਿਰ ਚੀਕਾਂ ਕਹਿੰਦੇ ਆ ਨਾ ਉੱਥੇ ਚੀਕਾਂ ਮਾਰਦਾ ਉਹਦੇ ਥੰਡੇ ਤਾਂ ਫਿਰ ਜਿਹੜੀ ਚੀਜ਼ ਹੁੰਦੀ ਹੈ ਵਿੱਚ ਚੀਕਾਂ ਮਾਰਦੀ ਹੈ ਹਾਂ ਉਹ ਉਸ ਤਰ੍ਹਾਂ ਦੀ ਸਥਿਤੀ 'ਚ ਹੁੰਦਾ ਨਹੀਂ ਤਾਂ ਇਹ ਦੇਖਿਆ ਮਿਹਰੇ ਮਾਨਸਿਕ ਤੌਰ ਤੇ ਉਸ ਅਵਸਥਾ ਚ ਚਲੇ ਜਾਂਦੇ ਉਹਨਾਂ ਨੂੰ ਸੱਚ ਲੱਗਦਾ ਕਿ ਮੇਰੇ ਤੇ ਫਲਾਣਾ ਬਾਬਾ ਫਲਾਣੇ ਦੀ ਭੂਤ ਫਲਾਣੇ ਦੀ ਆਤਮਾ ਆ ਗਈ ਉਹਨੂੰ ਤਾਂ ਤੁਸੀਂ ਉਸ ਹਾਲਤ ਚ ਕੁੱਟੀ ਜਾਓ ਮਾਰੀ ਜਾਓ ਉਹ ਉਵੇਂ ਹੀ ਕਰੀ ਜੋ ਉਹਨੂੰ ਨਹੀਂ ਕੋਈ ਆਏ ਉਹਦੀ ਫੀਲਿੰਗ ਨਹੀਂ ਹੁੰਦੀ ਭਾਵੇਂ ਜਦੋਂ ਉਹਦੀ ਉਹ ਗੱਲ ਉਸ ਹਾਲਤ ਜੋ ਉਹ ਥੋੜਾ ਬਾਹਰ ਆਉਂਦਾ ਫਿਰ ਉਹਦੇ ਚੀਸਾਂ ਵੀ ਪੈਂਦੀਆਂ ਉਹਦੇ ਸੱਟਾਂ ਜੋ ਵੀ ਉਹਦੇ ਵੱਜਦੀਆਂ ਉਹਨੂੰ ਤਕਲੀਫ ਵੀ ਪਰ ਉਸ ਵੇਲੇ ਨਹੀਂ ਉਹਨੂੰ ਐ ਮਹਿਸੂਸ ਉਹ ਕਿਉਂ ਨਹੀਂ ਹੁੰਦਾ ਮਤਲਬ ਮੈਂ ਇੱਕ ਗੱਲ ਦੇਖੀ ਤੁਸੀਂ ਇਹ ਗੱਲ ਦੇ ਆ ਗਿਆਂ ਕੋਈ ਸੰਗਲ ਵੀ ਮਾਰ ਦੇ ਸਿਰ ਵੀ ਮਤਲਬ ਇੰਨਾ ਸਿਰ ਘੋਣਾ ਦਾ ਕਿਵੇਂ ਸਿਸਟਮ ਜੀ ਜੇ ਆਪਾਂ ਕਹਿ ਦਈਏ ਆਮ ਹੁਣ ਮੈਂ ਕਰਕੇ ਦੇਖਿਆ ਵੀ 2 ਮਿੰਟ ਵੀ ਨਹੀਂ ਹੁੰਦਾ ਤੇ ਉਹ ਤਾਂ ਅੱਧਾ ਘੰਟਾ ਗੱਡਿਆ ਰਿਆ ਹੰਬ ਕੇ ਹਾਰ ਕੇ ਡੇਗਦੇ ਆ ਉਹ ਕੀ ਚੀਜ਼ ਆਂਦੀ ਇਹ ਦੋ ਤਰ੍ਹਾਂ ਦੀਆਂ ਗੱਲਾਂ ਐ ਇਹਦੇ 'ਚ ਇੱਕ ਮਰੀਜ਼ ਇੱਕ ਬਾਪੇ ਠੀਕ ਐ ਬਾਪੇ ਦੇ ਜਿਹੜੇ ਸਿਰ ਘੋਣ ਦਾ ਚੱਕਰ ਆ ਸਿਰਫ ਸਿਰ ਘੋਣ ਦਾ ਜਿਹੜਾ ਢੋਂਗ ਕਿਉਂਕਿ ਸਾਨੂੰ ਪਤਾ ਕਿ ਉਹ ਜਾਣ ਕੀ ਕਰਦਾ ਤਾਂ ਢੋਂਗ ਕਰਦਾ ਉਹ ਹੁੰਦਾ ਹੈ ਵਾਲ ਰੱਖੇ ਹੋਏ ਹੈ ਥੋੜੀ ਪ੍ਰੈਕਟਿਸ ਹੋ ਜਾਂਦੀ ਹੈ ਠੀਕ ਹੈ ਵਾਲ ਰੱਖੇ ਵਾਲਾ ਵਿਅਕਤੀ ਕੋਈ ਵੀ ਹੈ ਲੇਡੀਜ਼ ਆ ਮਰਦ ਆ ਜੋ ਵੀ ਹੈ ਜੇ ਉਹਨੇ ਸਿਰ ਘਮਾਉਣਾ ਤੁਸੀਂ ਕਿਸੇ ਦੇ ਵੀ ਉਹਨੂੰ ਕਹਦੇ ਵੀ ਸਿਰ ਘਮਾ ਹਮ ਸਿਰ ਸਿਰ ਨਹੀਂ ਬਹੁਤਾ ਘਮਾਉਣਾ ਪੈਂਦਾ ਵਾਲਾਂ ਦੀ ਲੰਬਾਈ ਨੇ ਕੋਈ ਕੀ ਜਾਣਾ ਹੁੰਦਾ ਥੱਲੇ ਉਹ ਨਹੀਂ ਬਹੁਤਾ ਹਲਾਉਣਾ ਪੈਂਦਾ ਠੀਕ ਹੈ ਆਪਣੇ ਨਾਟਕ ਤੇ ਦੇ ਪੁਰਸ਼ ਹਾਰਗੇ ਬਹੁਤ ਲੰਬਾ ਸਮਾਂ ਖੇਡਿਆ ਗਿਆ ਉਹਦੇ ਚ ਛੋਟੀ ਬੱਚੀ ਹੁੰਦੀ ਸੋ ਛੋਟੀ ਪੜਦੀ ਹੁੰਦੀ ਸੀ ਸਕੂਲ ਚ ਬਲਜਿੰਦਰ ਕੌਰ ਅੱਜ ਕੱਲ ਤਾਂ ਟੀਚਰ ਆ ਆਪ ਵੀ ਠੀਕ ਹੈ ਉਹਨੇ ਸਿਰਕ ਘੁਆਇਆ ਉਸ ਨਾਟਕ ਚ ਲਗਾਤਾਰ ਉਹ ਸੌਰੀ ਦੇਪੁਰ ਸ਼ਹਿਰਗੇ ਚ ਇੱਕ ਆਦਮੀ ਸਿਰਕ ਘਾਉਣ ਦਾ ਰੋਲ ਕਰਦਾ 60 ਸਤੀ ਨਾਟਕ ਚ ਹੂੰ ਉਹ ਇੰਨਾ ਸਿਰਕ ਘਾਉਂਦਾ ਸੀ ਵੀ ਕਈ ਵਾਰੀ ਦੇਖ ਕੇ ਮੂਰੇ ਉਹ ਬੱਚੇ ਜਾਂ ਮੂਰਲੇ ਨੇੜ ਵਾਲੇ ਉੱਠ ਕੇ ਭੱਜ ਜਾਂਦੇ ਸੀ ਵੀ ਇਹਦੇ ਚ ਸੱਚੂਏ ਭੂਤ ਆ ਗਿਆ ਮਤਲਬ ਉਹਦਾ ਇਹ ਦੂਜੀ ਗੱਲ ਆ ਜਿਹੜੇ ਡੇਰਿਆਂ ਵਾਲੇ ਬਾਬੇ ਹੋਰ ਆ ਨਸ਼ੇ-ਨੁਸ਼ੇ ਦਾ ਸੇਵਨ ਵੀ ਕਰਦੇ ਆ ਤੇ ਉਹ ਇਸ ਤਰ੍ਹਾਂ ਘੁਆ ਲੈਂਦੇ ਆ ਕੋਈ ਐਡੀ ਗੱਲ ਨਹੀਂ ਪ੍ਰੈਕਟਿਸ ਕਰਨ ਤੋਂ ਬਾਅਦ ਕੋਈ ਵੀ ਕਰ ਸਕਦਾ ਜਦੋਂ ਨਾਟਕ ਵਾਲੀ ਗੱਲ ਹੀ ਮੈਨੂੰ ਐਕਸਪਲੇਨ ਨਹੀਂ ਕਰਤੀ ਕਿ ਇੰਨਾ ਸਿਰ ਘੁਆ ਦਿੰਦੀ ਸੀ ਬਲਜਿੰਦਰ ਕਿ ਸਾਰਿਆਂ ਨੂੰ ਲੱਗਦਾ ਸੀ ਇਹ ਤਾਂ ਸੱਚ ਹੋਈ ਬੁਤਾਈ ਵੀ ਹੈ ਦੂਜੀ ਗੱਲ ਜਿਹੜੀ ਮਾਨਸਿਕ ਬੰਦਾ ਮਾਨਸਿਕ ਅਵਸਥਾ ਚ ਉਹ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਜਿਵੇਂ ਉਹਨੇ ਸੁਣਿਆ ਹੋਇਆ ਵੀ ਉਹ ਜਦੋਂ ਫਲਾਣੇ ਚ ਫਲਾਣੇ ਦਾ ਭੂਤ ਆ ਜਾਂਦਾ ਉਹ ਤਾਂ ਵੀ ਸਿਰ ਘੁਕਦਾ ਸੀ ਉਹਨੂੰ ਇੱਕ ਤਰ੍ਹਾਂ ਦਾ ਉਹ ਰਾਹਤ ਟਾਈਪ ਮਹਿਸੂਸ ਕਰਦਾ ਚਾਣੀ ਜਿਹੜੇ ਸਾਧ ਬਾਬੇ ਦੇ ਕਕੌਣ ਦਾ ਉਹ ਬਿਲਕੁਲ ਉਹ ਢੌਂਗੀ ਆ ਉਹਨੂੰ ਨਸ਼ਾ ਵੀ ਕੀਤਾ ਹੋ ਸਕਦਾ ਹੋਰ ਹੁੰਦਾ ਤੇ ਜੇ ਤੁਸੀਂ ਫਿਰ ਦੇਖੋਗੇ ਜੇ ਕੋਈ ਬਾਬੇ ਦਾ ਸਿਰ ਵਾਲ ਕਟਿੰਗ ਕਰਾਈ ਹੋਈ ਆ ਉਹ ਨਹੀਂ ਬੜਾ ਕਕੌਂਦਾ ਇੱਕ ਗੱਲ ਤੁਸੀਂ ਨਾਲ ਹੀ ਸੰਗਲ ਵਾਲੀ ਕੀਤੀ ਹੈ ਹਾਂ ਸੰਗਲ ਵਾਲੀ ਗੱਲ ਉਹ ਸੰਗਲ ਮਾਰਨ ਦਾ ਇੱਕ ਸਟਾਈਲ ਆ ਅੱਛਾ ਹੁੰਦਾ ਕੀ ਹੈ ਵੀ ਇੱਕ ਕੜੇ ਦੇ ਵਿੱਚ 8-10 ਸੰਗਲੀਆਂ ਪਾਈਆਂ ਹੋਈਆਂ ਉਹ ਕੜੇ ਨੂੰ ਅੱਗੇ ਇੱਕ ਗੇਠ ਡੇਢ ਗੇਠ ਦਾ ਗਲੋ ਫੁੱਟ ਦਾ ਜਾਂ 10 ਇੰਚ ਦਾ ਇੱਕ ਹੋਰ ਰਾੜ ਪਾਈਏ ਉਹ ਰਾੜ ਫੜੀ ਹੋਈ ਹੈ ਉਹਨੇ ਜਦੋਂ ਮੋਢੇ ਤੇ ਮਾਰਨਾ ਹੈ ਤਾਂ ਉਹ ਰਿੰਗ ਵਾਲਾ ਥਾਂ ਜਿਹੜਾ ਜੀ ਵਿੱਚ ਸੰਗਲੀਆਂ ਨੂੰ ਮੋਢੇ ਤੇ ਲੈ ਜਾਂਦਾ ਤੇ ਸੰਗਲੀਆਂ ਨਾਲ ਲੱਗਦੀਆਂ ਵੱਜਦੀਆਂ ਨਹੀਂ ਹੈ ਤੇ ਨਾਲ ਉਹਦੇ ਉਦੋਂ ਅਗਲੀ ਗੱਲ ਕੀ ਹੁੰਦੀ ਹੈ ਉਹ ਮੂੰਹ ਚੋਂ ਆਵਾਜ਼ ਕੱਢਦਾ ਅਸੀਂ ਤਾਂ ਹਰੇਕ ਦੇ ਨੋਟ ਕਰਦੇ ਆ ਕਿਉਂਕਿ ਤਾਂ ਕਿ ਦੇਖਣ ਵਾਲੇ ਨੂੰ ਐ ਲੱਗੇ ਇਹ ਸੰਗਲ ਵੱਜੇ ਦੀ ਆਵਾਜ਼ ਆਈ ਉਹਨੇ ਨਾਲ ਦੀ ਨਾਲ ਜਦੋਂ ਸੰਗਲ ਮਾਰਿਆ ਹੂੰ ਠੀਕ ਹੂੰ ਆ ਸਾਰਿਆਂ ਨੂੰ ਲੱਗਦਾ ਵੀ ਜੋ ਬੜਾ ਜ਼ੋਰ ਦੀ ਵੱਜਦਾ ਉਸੀ ਤਾਂ ਇੱਕ ਦੋ ਵਾਰੀ ਬਾਬਿਆਂ ਨਾਲ ਐਂ ਜਦੋਂ ਚੈਲੰਜ ਹੋਇਆ ਸੀ ਇਹਨੂੰ ਕਿਹਾ ਸੰਗਲ ਸਾਨੂੰ ਫੜਾ ਦੇ ਮਾਰਾਂਗੇ ਅਸੀਂ ਸਾਨੂੰ ਪਤਾ ਹੈ ਕਿਉਂਕਿ ਆਪਣੇ ਬੰਦੇ ਆ ਸਾਡੇ ਬਠਿੰਡੇ ਕਾਈ ਵਾਲੇ ਆ ਉਹ ਆਈਟਮ ਕਰਦੇ ਆ ਇਹ ਸਟੇਜ ਤੋਂ ਕਰਕੇ ਦਿਖਾਉਂਦੇ ਆ ਜਾਂ ਇੱਕ ਹੋਰ ਸੀਓ ਆਪਣੇ ਤੇ ਇਧਰ ਵਾਲੀ ਚੱਲੀ ਨਹੀਂ ਪਰ ਚਾਲਤ ਪਰ ਉਹ ਆਪਣੇ ਮੈਂਬਰ ਜ਼ਰੂਰ ਕਰਦੇ ਆ ਕਿ ਇੱਕ ਪਲਾਈ ਦੇ ਵਿੱਚ ਥੱਲੇ ਮੇਖਾਂ ਗੱਡੀਆਂ ਵੀਆਂ 7-800 900 ਹਜ਼ਾਰ ਉੱਤੇ ਬੈਂਦੇ ਆ ਉੱਤੇ ਬਹਿ ਜਾਂਦੇ ਆ ਉੱਤੇ ਪੈ ਜਾਂਦੇ ਆ ਕੱਪੜੇ ਤਾਰ ਕੇ 20 ਪੈ ਜਾਂਦੇ ਉੱਤੇ ਬਹਿ ਜਾਂਦੇ ਹੁਣ ਇਹੀ ਆਈਟਮ ਜੇ ਕੋਈ ਬਾਬਾ ਕਰੂਗਾ ਉਹ ਤਾਂ ਕੋਈ ਬੜਾ ਕਰਾਮਾਤੀ ਆ ਇਹ ਤਾਂ ਮੇਖਾਂ ਤੇ ਬਹਿ ਜਾਂਦਾ ਪਰ ਸਾਡੇ ਲੋਕਾਂ ਦੇ ਸਮਝਣ ਵਾਸਤੇ ਸਥਿਤੀ ਕੀ ਹੈ ਕਿ ਜੇ ਹਜ਼ਾਰ ਮੇਖ ਲੱਗੀ ਆ ਸੋਕਨ ਉਹਦਾ ਬੰਦਾ ਵੀ ਉਹਦੇ ਤੇ ਬਹਾਦੀਏ ਤੇ ਇੱਕ ਮੇਖ ਨੂੰ 100 ਗ੍ਰਾਮ ਭਾਰ ਆ ਤੇ 100 ਗ੍ਰਾਮ ਭਾਰ ਜੇ ਮੇਖ ਤੇ ਧਰਦੀ ਉਹ ਖੁੱਬਦੀ ਸੀ ਭਾਰ ਵੰਡਿਆ ਗਿਆ ਨਾ ਸਾਰੀਆਂ ਮੇਖਾਂ ਦਾ ਅੱਛਾ ਟੈਕਨੀਕਲ ਤੌਰ ਤੇ ਬਿਲਕੁਲ ਜਿਹੜੇ ਵੀ ਆਈਟਮ ਜਿਹੜਾ ਵੀ ਕੋਈ ਕੁਝ ਕਰਦਾ ਬਾਪਾ ਹਾਂ ਉਹ ਟੈਕਨੀਕਲੀ ਵਿਗਿਆਨਕ ਤੌਰ ਤੇ ਸਹੀ ਹੈ ਪਰ ਦਹਿਸ਼ਤ ਇਹ ਬਹੁਦਾ ਕਿ ਮੇਰੇ ਕੋਲੇ ਤਾਂ ਹੈਗੀ ਹੈ ਤਾਤਤਕ ਸ਼ਕਤੀ ਮੈਂ ਤਾਂ ਉਹਦੇ ਨਾਲ ਕਰਦਾ ਇੱਕ ਹੋਰ ਘਟਨਾ ਹੋਈ ਬੜੀ ਪੁਰਾਣੀ ਆ ਅੱਜ ਕੱਲ ਵੀ ਚੱਲਦਾ ਜਦੋਂ ਜੂੰ ਦਾ ਵੀ ਨਾ ਹੁੰਦਾ ਹਾਰਡ ਦਾ ਕਹਿੰਦੇ ਤੂੰ ਜਾਂ ਤਾਪਦੇ ਸਾਰੇ ਪਾਸਿਆਂ ਧੂਆਂ ਗਰਮੀ ਧੂਆਂ ਲਾਈਆਂ ਹੁੰਦੀਆਂ ਵਿਚਾਲੇ ਬਾਬਾ ਬਹਿ ਜਾਂਦਾ ਸਹੀ ਹੈ ਹੁਣ ਕੀ ਲੱਗਦਾ ਜਨਤਾ ਨੂੰ ਯਾਰ ਆਪਾਂ ਤਾਂ ਹੁਣ ਤਾਂ ਅੱਜ ਕੱਲ ਤਾਂ ਜਿਵੇਂ ਏਸੀ ਬਹੁਤ ਹੋ ਗਿਆ ਪੰਦਾ ਏਸੀ ਜਿਵੇਂ ਗਰਮੀ ਆਈ ਜਾਂਦੀ ਆ ਇਹ ਵਿਚਾਲੇ ਬੈਠਾ ਧੂਆਂ ਦੇ ਗਰਮੀ ਚ ਹੜ ਦੇ ਮਹੀਨੇ ਗੱਲ ਕੁਛ ਨਹੀਂ ਉੱਥੇ ਵੀ ਟੈਕਨੀਕਲ ਹੈ ਬਾਬਾ ਕੀ ਕਰਦਾ ਕਿਉਂਕਿ ਅਸੀਂ ਚਾਰ ਪੰਜ ਦਾ ਐਕਸਪੋਜ਼ਰ ਕੀਤਾ ਉਦੀ ਥਾਂ ਤੇ ਬਹਿ ਕੇ ਵੇਖਿਆ ਕਿਉਂਕਿ ਜਿੰਨਾ ਜਰ ਅਸਲ ਚ ਪ੍ਰੈਕਟੀਕਲ ਨਾ ਕਰਕੇ ਵੇਖੋ ਉਨਾਂ ਜਰ ਅੰਦਰਲੀ ਗੱਲ ਦਾ ਨਹੀਂ ਪਤਾ ਲੱਗਦਾ ਹੁਣ ਧੂਆਂ ਦਾ ਇੱਕ ਅੱਗ ਦਾ ਬਵਲਣ ਦਾ ਇੱਕ ਨਿਜਮ ਹੈ ਨਿਜਮ ਕੀ ਹੈ ਕਿ ਜਦੋਂ ਵੀ ਅੱਗ ਨਹੀਂ ਜਲਣਾ ਉਹਨੂੰ ਜਲਣ ਲਈ ਹਵਾ ਆਕਸੀਜਨ ਦੀ ਹੋਰ ਲੋੜ ਹੁੰਦੀ ਆ ਆਲੇ-ਦਾਲਿਓ ਹਵਾ ਉਹਨੂੰ ਮਿਲਦੀ ਆ ਤੇ ਜਦੋਂ ਅੱਗ ਮੱਚ ਪੈਂਦੀ ਆ ਉਹਦੇ ਨਾਲ ਕੀ ਆ ਵੀ ਉਹ ਅੱਗ ਵਾਲੇ ਜਿਹੜੇ ਘੇਰੇ ਚ ਆਉਂਦੀ ਆ ਹਵਾ ਉਹ ਗਰਮ ਹੋ ਜਾਂਦੀ ਬਹੁਤ ਜ਼ਿਆਦਾ ਉਹ ਉੱਪਰ ਨੂੰ ਜਾਂਦੀ ਆ ਸਿੱਧੀ ਉਹ ਪਾਸੇ ਨਹੀਂ ਜਾ ਸਕਦੀ ਉਹਨੇ ਸਿੱਧੀ ਜਾਣਾ ਜਿੰਨੀ ਅੱਗ ਜ਼ਿਆਦਾ ਮੱਚਦੀ ਹੈ ਓਨੀ ਹੀ ਤਾਂ ਹਵਾ ਜ਼ਿਆਦਾ ਜਾਂਦੀ ਹੈ ਓਨੀ ਹੀ ਸਾਈਡਾਂ ਤੋਂ ਹਵਾ ਜ਼ਿਆਦਾ ਉਹਦੇ ਥੱਲੇ ਆਉਂਦੀ ਹੈ ਉਹ ਖਾਲੀ ਹੋਏ ਥਾਂ ਨੂੰ ਪੂਰਨ ਵਾਸਤੇ ਹਮ ਤੇ ਉਹਰ ਜਿੰਨੀਆਂ ਧੂਣੀਆਂ ਆਲੇ-ਦਾਲੇ ਲੱਗੀਆਂ ਹੋਣਗੀਆਂ ਵਾਪਰਦਾ ਕੀ ਹੈ ਵੀ ਆਲੇ-ਦਾਲੇੋਂ ਤਾਂ ਹਵਾ ਗਰਮ ਹੋ ਕੇ ਉੱਪਰ ਨੂੰ ਜਾਈ ਜਾਂਦੀ ਹੈ ਤੇ ਵਿਚਾਲੇੋਂ ਠੰਡੀ ਹਵਾ ਥੱਲੇੋਂ ਐਂ ਕਰਕੇ ਐਂ ਕਰਕੇ ਧੂਣੀ ਵਿੱਚ ਦੀ ਜਣੀ ਇੱਕ ਤਰ੍ਹਾਂ ਦਾ ਐਂ ਉਹ ਸਰਕਲ ਇੱਕ ਐ ਬਣ ਜਾਂਦਾ ਪੂਰਾ ਸਰਕਲ ਤੇ ਆਪਾਂ ਨੂੰ ਵੀ ਪਤਾ ਸਰਦੀਆਂ ਦੇ ਦਿਨਾਂ 'ਚ ਜੇ ਧੂਣੀ ਕੋਲੇ ਆਲੇ-ਦਾਲੇ ਬੈਠੇ ਆਪਾਂ 10 ਜਾਣੇ ਸੇਕਦੇ ਹੋਈਏ ਤੇ ਅਕਸਰ ਇਹ ਹੁੰਦਾ ਵੀ ਜੀ ਨੂੰ ਵੱਧ ਠੰਡ ਲੱਗਦੀ ਆ ਉਹ ਉੱਤੇ ਹੱਥ ਜਾਂ ਉੱਤੇ ਪੈਰ ਕਰਕੇ ਸੇਕਦਾ ਤੂੰ ਕਿਉਂਕਿ ਸਾਈਡਾਂ ਨੂੰ ਸੇਕ ਬਹੁਤ ਥੋੜਾ ਹੁੰਦਾ ਸਹੀ ਹੈ ਨੇੜੇ-ਨੇੜੇ ਹੁੰਦਾ ਉੱਪਰ ਨੂੰ ਸੇਕ ਤੁਸੀਂ 10 ਫੁੱਟ ਉੱਚਾ ਵੀ ਜੇ ਕਰ ਲਓਗੇ ਹੋ ਸਕਦਾ ਫਿਰ ਵੀ ਤੁਸੀਂ ਉੱਥੇ ਹੱਥ ਢਕਾ ਨਾ ਸਕੋ ਕਿਉਂਕਿ ਅੱਗ ਦਾ ਸੇਕ ਇੱਕ ਤਾਂ ਉਹਦਾ ਉੱਪਰਲਾ ਜਿਹੜਾ ਨੀਲਾ ਭਾਗ ਹੁੰਦਾ ਉਹ ਸਭ ਤੋਂ ਵੱਧ ਗਰਮ ਹੁੰਦਾ ਤੇ ਉਹ ਸੇਕ ਨੇ ਇੱਕ ਗਰਮ ਹੋਈ ਹਵਾ ਨੇ ਉੱਪਰ ਨੂੰ ਜਾਣਾ ਸੋ ਕਹਿਣ ਦਾ ਮਤਲਬ ਕੀ ਹੈ ਵੀ ਜਿੰਨੇ ਬਾਬੇ ਜਿਹੜਾ ਵੀ ਕੋਈ ਕਿਸੇ ਬਾਬਾ ਕਿਤੇ ਝੌਂਕੀ ਲਾ ਕੇ ਕਰਦਾ ਚਾਹੇ ਉਹ ਡੇਰੇ ਚ ਕਰਕੇ ਪ੍ਰਭਾਵਿਤ ਕਰਦਾ ਉਹ ਸਾਰੇ ਦੇ ਸਾਰੇ ਟੈਕਨੀਕਲੀ ਸਹੀ ਨੇ ਉਹਨਾਂ ਨੂੰ ਪਤਾ ਕਿ ਮੈਂ ਕਿਵੇਂ ਕਰਦਾ ਮੈਨੂੰ ਯਾਦ ਆ ਅੱਜ ਵੀ ਇੱਕ ਇਸਤਰੀ ਧੂਆਂ ਲਾਉਣ ਵਾਲਾ ਬਾਬਾ ਸੀ ਉਹਨੇ ਆਪ ਦਾ ਇੰਤਜ਼ਾਮ ਕੀਤਾ ਹੋਇਆ ਕਿ ਜੇ ਹਵਾ ਚੱਲ ਪਈ ਕਿ ਉਹ ਗਤੂਗਿਆਂ ਲੱਗੀਆਂ ਵਿਚਾਲੇ ਉੱਠ ਕੇ ਤਾਂ ਨਹੀਂ ਭੱਜਣਾ ਨਹੀਂ ਫਿਰ ਉਹਨੇ ਕੀ ਕੀਤਾ ਕਿਉਂਕਿ ਇਹ ਵੀ ਜਦੋਂ ਪ੍ਰੈਕਟੀਕਲੀ ਜਾ ਕੇ ਦੇਖਿਆ ਜਦੋਂ ਹਵਾ ਚੱਲ ਵੀ ਗਰਮੀ 'ਚ ਕੋਈ ਪਤਾ ਨਹੀਂ ਹੁੰਦਾ ਬਰੋਲਾ ਕਦੋਂ ਗੇਰੇ ਪਾਸੇ ਆ ਜੇ ਤਾਂ ਉਹਨੇ ਆਪਦੇ ਦੋ ਬੰਦੇ ਇੱਕ ਬਹੁਤ ਵੱਡਾ ਕੰਬਲ ਦੇ ਕੇ ਉਹਨਾਂ ਨੂੰ ਟ੍ਰੇਨ ਕੀਤਾ ਹੋਇਆ ਸੀ ਵੀ ਜਿੱਧਰੋਂ ਹਵਾ ਆਉਂਦੀ ਹੋਈ ਤੁਸੀਂ ਉਧਰ ਹੋ ਜਾਣਾ ਕਿ ਹਵਾ ਦੀ ਸਪੀਡ ਵਿਚਾਲੇ ਬੈਠੇ ਉਹਦੇ ਵੱਲ ਨੂੰ ਨਾ ਬਣੇ ਜਦੋਂ ਕੰਬਲ ਨੇ ਹਵਾ ਸਿੱਧੀ ਆਉਂਦੀ ਹਵਾ ਰੋਕ ਲਈ ਤਾਂ ਹਵਾ ਫਿਰ ਤਾਂ ਹਾਈ ਜਾਊਗੀ ਉਹਦੇ ਵੱਲ ਨਹੀਂ ਜਾਸ ਸੋ ਕਹਿਣ ਦਾ ਮਤਲਬ ਕੀ ਹੈ ਵੀ ਉਹ ਸਾਰਾ ਕੁਝ ਇਸ ਤਰ੍ਹਾਂ ਕਰਦੇ ਆ ਜਿਹੜੇ ਮਾਨਸਿਕ ਰੋਗੀ ਹੁੰਦੇ ਉਸ ਵਾਸਤੇ ਉਹਨੂੰ ਹੀ ਗੱਲ ਠੀਕ ਲੱਗਦੀ ਆ ਤੇ ਜਦੋਂ ਲਗਾਤਾਰ ਇੱਕ ਦੋ ਵਾਰੀ ਘੁੰਮਦਾ ਦੇ ਉਹਨੂੰ ਦੱਸੇ ਵੀ ਕਮਾ ਲੈਂਦਾ ਪਰ ਇਹ ਵੀ ਨਾਲ ਜੇ ਵਾਲ ਕੱਟੇ ਹੁਣ ਫਿਰ ਨਹੀਂ ਸਿਰ ਕੁਕਦਾ ਬਹੁਤਾ ਚੰਗਾ ਮੈਂਟਰੂਡਮੈਂਟ ਹੀ ਕੁਕਾ ਸਕਦਾ ਕੋਈ ਮਰਜ਼ੀ ਹੋਵੇ ਚਾਹੇ ਮਾਰ ਕੇ ਹਾਂ ਕਿਉਂਕਿ ਉਹਦਾ ਦਿਸਦਾ ਨਹੀਂ ਕਿਉਂਕਿ ਕੁਕਾਈਦਾ ਉਹ ਨਹੀਂ ਜੋ ਪਰ ਦੂਜਿਆਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਸਿਰ ਕਾ ਹੁੰਦਾ ਕਾ ਹੁੰਦਾ ਜਿਵੇਂ ਕਹਿ ਦਿੰਦੇ ਆ ਵੀ 21ਵੀਂ ਸਦੀ ਹੈ ਜੀ ਉਹ ਗਿਆਨ ਦਾ ਯੋਗ ਹੈ ਮਤਲਬ ਚੇਤਨਤਾ ਲੋਕਾਂ ਜੀ ਤੁਹਾਡੇ ਕੋਲੇ ਆਉਂਦੇ ਆ ਲੋਕ ਹੁਣ ਪਹਿਲਾਂ ਵੀ ਆਉਂਦੇ ਸੀ ਹੁਣ ਵੀ ਆਉਂਦੇ ਆ ਕਿੰਨੀ ਚੇਤਨਤਾਈ ਹੈ ਲੋਕਾਂ ਚ ਇਹ ਚੀਜ਼ ਚੇਤਨਤਾ ਦੇਖੋ ਇੱਕ ਤਾਂ ਵੱਡੀ ਜਿਹੜੀ ਹੈ ਨਾ ਚੇਤਨਤਾ ਦੀ ਚੇਤਨਤਾ ਲੈਉਣ ਵਾਸਤੇ ਮੰਨ ਲਓ ਇਸ ਵੇਲੇ ਤਾਂ ਜਿਵੇਂ ਇਹ ਕਹਿਣਾ ਹੋਵੇ ਤਰਕਸ਼ੀਲ ਸੁਸਾਇਟੀ ਹੋਈ ਹੈ ਕੋਈ ਆਪਾਂ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਵੀ ਜਿੱਥੇ 4 ਕਰੋੜ ਦੇ ਲਾਗਿਸ਼ਾਗਿਵਾਦੀ ਹੈ ਉੱਥੇ ਜੇ ਮੈਂਬਰਸ਼ਿਪ ਕਹਿਣੀ ਹੋਵੇ ਤਾਂ 1000 ਕਾ ਜਿਹੜੇ ਸਾਡੇ ਆਪਣੇ ਪਾਠਕ ਲਾ ਲੋ 10 ਕ 1000 ਪਰਵਾਰ ਉਹ ਵੀ ਹੈਗਾ ਸਾਰਾ ਲਾ ਪਾ ਕੇ ਜੇ ਆਪਾਂ ਜੇ ਕੱਢ ਲਾਂਗੇ ਇਹ ਸਾਰੀ ਜਿੱਥੋਂ ਤੱਕ ਗੱਲ ਇਹ ਜਾ ਰਹੀ ਆ ਆਪਾਂ ਕੁਝ ਲੱਖ ਤੱਕ ਲੈ ਜਾਾਂਗੇ ਚਲੋ ਲੱਖ 2 ਲੱਖ ਤੱਕ ਤੇ 4 ਕਰੋੜ ਚੋਂ ਕਿੰਨਾ ਜ਼ਿਆਦਾ ਫਿਰ ਸਾਧਨ ਵੀ ਬੜੇ ਸੀਮਤ ਨੇ ਦੂਜਾ ਪਾਸਾ ਕੀ ਆ ਬਾਬਿਆਂ ਦੇ ਸਾਧਨ ਉਹਨਾਂ ਕੋਲ ਬਹੁਤ ਨਹੀਂ ਬਾਬਿਆਂ ਨੂੰ ਸਪੋਰਟ ਸਿਆਸੀ ਪਾਰਟੀਆਂ ਦੀ ਸਰਕਾਰਾਂ ਦੀ ਗੁੰਡਿਆਂ ਦੀ ਕਹਿ ਲੋ ਬਦਮਾਸ਼ਾਂ ਦੀ ਕਹਿ ਲੋ ਕਿਉਂਕਿ ਉਹਨਾਂ ਦੇ ਸਿਰ ਤੇ ਉਹਨਾਂ ਦਾ ਤੋਰੀਫਲ ਕੱਲ ਚੱਲਦਾ ਉਹਨਾਂ ਦੇ ਸਿਰ ਤੇ ਉਹਨਾਂ ਦਾ ਚੱਲਦਾ ਸੋ ਉਹਦੇ ਕਰਕੇ ਜਿਹੜੀ ਚੇਤ ਉਦੋਂ ਵੀ ਜਿਹੜੀ ਵੱਡੀ ਗੱਲ ਆ ਜਿਹੜੀ ਸਾਡੀ ਪੜ੍ਹਾਈ ਆ ਨਾ ਜਿੱਥੋਂ ਚੇਤਨਤਾ ਨਹੀਂ ਆਉਣਾ ਪੜ੍ਹਾਈ ਸਾਡੀ ਸਾਨੂੰ ਇਹ ਤਾਂ ਦੱਸਦੀ ਹੈ ਵੀ ਤੂੰ ਆਹ ਕਿਤਾਬਾਂ ਪੜ੍ਹ ਲੈ ਤੂੰ ਸਾਇੰਸ ਪੜ੍ਹ ਲੈ ਵਿਗਿਆਨ ਪੜ੍ਹ ਲੈ ਤੂੰ ਬਾਲੇ ਨੰਬਰ ਲੈ ਲੈ ਫਿਰ ਤੈਨੂੰ ਵੱਡੀ ਨੌਕਰੀ ਮਿਲ ਜੂ ਫਿਰ ਤੈਨੂੰ ਵਧੀਆ ਨੌਕਰੀ ਮਿਲ ਜੂ ਪਰ ਕਿਸੇ ਵੀ ਕਿਤਾਬ ਸਲੇਵਸ ਵਾਲੀ ਬੁੱਕ ਇਹ ਸਾਨੂੰ ਦੱਸਦੀ ਨਹੀਂ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਚ ਸੱਚ ਤੇ ਝੂਠ ਦਾ ਨਾਟਕ ਕਿਵੇਂ ਕਰਨਾ ਹੂੰ ਰੌਲਾ ਇੱਥੇ ਮੈਨੂੰ ਯਾਦ ਆ ਮੈਂ ਅੱਗੇ ਵੀ ਇੱਕ ਦੋ ਵਾਰੀ ਕਿਹਾ ਉਹਦੇ ਚ ਫਿਰ ਕੀ ਹੁੰਦਾ ਪੜੇ ਲਿਖੇ ਵੀ ਕਿਤਾਬਾਂ ਚ ਭਾਵੇਂ ਸਲੇਵਸ ਸਹੀ ਵੜ ਲਿਆ ਕੀ ਆਪਾਂ ਜੇ ਨਿੱਕੀ ਜੀ ਉਦਾਹਰਣ ਲੈਣੀ ਕੋਵੇ ਸੂਰਜ ਗ੍ਰਹਿਣ ਚੰਦ ਗ੍ਰਹਿਣ ਦਾ ਚੈਪਟਰ ਹੂੰ ਪਾਠ ਇਹ ਪੰਜਵੀਂ ਤੋਂ ਸ਼ੁਰੂ ਹੋ ਜਾਂਦਾ ਸਹੀ ਹੈ ਉਦੋਂ ਉਹ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਤੇ ਬੜੀ ਸੰਖੇਪ ਜੀ ਛੋਟੀ ਜੀ ਗੱਲ ਹੈ ਪਰ ਸੂਰਜ ਗ੍ਰਹਿਣ ਲੱਗੇ ਤੋਂ ਚੰਦ ਗ੍ਰਹਿਣ ਲੱਗੇ ਤੋਂ ਜਿੰਨਾ ਪੁੰਨ ਦਾਨ ਵਾਲਾ ਸੰਸਾ ਜਿੰਨੇ ਭਰਮ ਭਲੇਖੇ ਵੀ ਉਦੋਂ ਖਾਣਾ ਨਹੀਂ ਖਾਣਾ ਚਾਹੀਦਾ ਉਦੋਂ ਆਏ ਨਹੀਂ ਹੋਣਾ ਚਾਹੀਦਾ ਉਹ ਉਹਦੇ ਵੱਲ ਉਦੋਂ ਝਾਕਣਾ ਨਹੀਂ ਚਾਹੀਦਾ ਕਿੰਨੀਆਂ ਸਾਰੀਆਂ ਗੱਲਾਂ ਇਹ ਉਵੇਂ ਪਈਆਂ ਜਿਵੇਂ ਅੰਧਵਿਸ਼ਵਾਸਾਂ ਨਾਲ ਜੁੜ ਕੇ ਜੁੜ ਕੇ ਤੇ ਜਦੋਂ ਕਿ ਗੱਲ ਬੜੀ ਸੁਧਾਰਨ ਹੈ ਵੀ ਤਿੰਨ ਕਾਸ਼ੀ ਪਿੰਡ ਤਿੰਨ ਚੀਜ਼ਾਂ ਇੱਕ ਚਮਕਦੀ ਆ ਉਹਦਾ ਚਾਨਣ ਦੂਜਿਆਂ ਦੋਂ ਦਾ ਹੈ ਨਹੀਂ ਜਿਹੜੀ ਚੀਜ਼ ਵਿਚਾਲੇ ਆ ਉਹਦਾ ਪਰਛਾਵਾਂ ਤੀਜੀ ਤੇ ਪੈ ਜਾਂਦਾ ਗੱਲ ਤਾਂ ਇੰਨੀ ਕ ਹੈ ਜਦੋਂ ਸੂਰਜ ਤੇ ਧਰਤੀ ਦੇ ਵਿਚਾਲੇ ਚੰਦ ਆ ਜਾਂਦਾ ਹਮ ਸਾਡੇ ਜੇ ਆਪਾਂ ਐ ਅੱਖ ਐ ਹੱਥ ਕਰ ਲਈਏ ਮੂਹਰੇ ਹੁਣ ਮੇਰਾ ਮੂੰਹ ਦੇ ਸਣੋ ਹਟ ਗਿਆ ਮੈਨੂੰ ਕੈਮਰਾ ਦੇ ਸਣੋ ਹਟ ਗਿਆ ਸਾਡੇ ਮੂਹਰੇ ਚੰਦ ਆ ਗਿਆ ਸਾਨੂੰ ਸੂਰਜ ਦੇ ਸਣੋ ਹਟ ਗਿਆ ਹੁਣ ਜਦ ਮੈਂ ਐ ਹੱਥ ਕਰਕੇ ਕਹਾ ਵੀ ਕੈਮਰੇ ਨੂੰ ਕੁਝ ਹੋਇਆ ਕੈਮਰੇ ਨੂੰ ਤਾਂ ਕੁਝ ਨਹੀਂ ਹੋਇਆ ਤੇ ਜੇ ਸਾਡੇ ਮੂਹਰੇ ਸੂਰਜ ਦੇ ਧਰਤੀ ਦੇ ਵਿਚਾਲੇ ਚੰਦ ਆ ਗਿਆ ਸੂਰਜ ਨੂੰ ਥੋੜੀ ਕੁਸ ਹੈ ਵੀ ਉਹਨੂੰ ਕਿਸੇ ਨੇ ਪਈ ਰਾਹੁ ਕੇਤੂ ਨੇ ਘੇਰ ਲਿਆ ਉਹਦੇ ਤੇ ਕੋਈ ਭਾਰ ਹੈ ਹੋਰ ਪੁੰਨ ਦਾ ਜਣੀ ਇਹ ਗੈਨੋ ਵੀ ਸਾਡਾ ਜਿਹੜੀ ਸਿੱਖਿਆ ਪ੍ਰਣਾਲੀ ਹੈ ਨਾ ਜਾਂ ਇਨ ਜਨਰਲ ਆ ਪਕ ਲਈ ਵੀ ਸਾਡੇ ਮੁਲਕ ਦੀ ਇਤਰਾਸ ਦੀ ਹੈ ਗੈਨੋ ਜਾਂ ਇਹ ਗੈਨੋ ਵੀ ਪਹਿਲਾਂ ਜਗੀਰੂ ਸਿਸਟਮ ਨੇ ਫਿਰ ਪੂੰਜੀਵਾਦ ਨੇ ਇਹਨੂੰ ਸਾਰੇ ਨੂੰ ਐ ਬਣਾ ਲਿਆ ਕਿ ਤੁਸੀਂ ਪੜ੍ਹਾਈ ਤਾਂ ਹੁੰਦੀ ਆ ਖੱਟੀਆਂ ਕਮਾਈਆਂ ਕਰਨ ਵਾਸਤੇ ਸ਼ਿਆਣੇ ਹੋਣ ਵਾਸਤੇ ਨਹੀਂ ਹੁੰਦੀ ਜ਼ਿੰਦਗੀ ਜਿਉਣ ਵਾਸਤੇ ਨਹੀਂ ਇਹਦੀ ਨਹੀਂ ਕੋਈ ਲੋੜ ਬਸ ਤੁਹਾਡੇ ਕੋਲੇ ਨੌਕਰੀ ਵਧੀਆ ਹੋਣੀ ਚਾਹੀਦੀ ਹੈ ਪੈਸਾ ਵਧੀਆ ਆ ਜੇ ਦੇਖਿਆ ਬਹੁਤ ਸਾਰੇ ਬੜੇ ਲਈ ਬਾਬਿਆਂ ਦੇ ਉਨੇ ਹੀ ਚੱਕਰ ਕੱਟਦੇ ਆ ਜਿਨੇ ਅਨਪੜ੍ਹ ਉੱਚ ਕੋਈ ਅੰਤਰ ਨਹੀਂ ਹੈ ਹਮ ਜਾਨੀ ਕਿੰਨੀਆਂ ਉਦਾਹਰਨਾਂ ਲੈ ਸਕਦੇ ਖਾਸ ਕਰਕੇ ਔਲਾਦ ਦੇ ਮਸਲੇ ਤੇ ਹਾਂ ਔਲਾਦ ਨਹੀਂ ਹੋਈ ਪਰ ਲਓ ਬਾਬੇ ਦੀਆਂ ਚੌਂਕੀਆਂ ਔਲਾਦ ਕੁੜੀਆਂ ਹੀ ਹੋ ਰਹੀਆਂ ਚਲੋਗੇ ਸੇ ਬਾਬੇ ਤੇ ਜਦੋਂ ਕਿ ਇਹ ਗੱਲਾਂ 7ਵੀਂ ਕਲਾਸ ਚ ਸ਼ੁਰੂ ਹੋ ਜਾਂਦੀ ਹੈ ਵੀ ਮੁੰਡਾ ਕਿਵੇਂ ਹੁੰਦਾ ਕੁੜੀ ਕਿਵੇਂ ਹੁੰਦੀ ਹੈ ਟੀਚਰ ਜਿਹੜਾ ਅੱਜ ਟੀਚਰ ਹੈ ਪਹਿਲਾਂ ਤਾਂ ਉਹ ਆਪ ਪੜਿਆ ਫਿਰ ਉਹ ਜਵਾਕਾਂ ਨੂੰ ਪੜਾਈ ਜਾਂਦਾ ਜੇ ਜਣੀ ਉਹੋ ਵੀ ਇਸ ਗੱਲ ਲਈ ਬਾਬੇ ਦੀ ਚੁੰਕੀ ਭਰਦਾ ਵੀ ਮੁੰਡਾ ਹੋ ਜੇ ਫਿਰ ਆਪਾਂ ਸੋਚ ਸਕਦੇ ਹਾਂ ਸਾਡਾ ਸਿੱਖਿਆ ਦਾ ਮਿਆਰ ਜਾਂ ਆਪਾਂ ਕਹਿ ਲਈਏ ਸਾਕਰਤਾ ਦਾਰ ਕਹਿ ਲਈਏ ਕਿੱਥੇ ਖੜੀ ਹੈ ਤੇ ਨੁਕਸਾਨ ਫਿਰ ਇੰਨਾ ਹੁੰਦਾ ਇਹਦਾ ਕਿ ਉਹਦੇ ਤਾਂ ਫਲਾਣਾ ਡਾਕਟਰ ਜਾਂਦਾ ਉਦੇ ਦਾ ਫਲਾਣਾ ਵਿਗਿਆਨੀ ਜਾਂਦਾ ਉਹਦੇ ਦਾ ਫਲਾਣਾ ਲੀਡਰ ਜਾਂਦਾ ਯਾਨੀ ਇੱਕ ਆਮ ਮੁੰਡਾ ਜਿਹਨੂੰ ਕੁਛ ਨਹੀਂ ਪਤਾ ਉਹ ਕਿਤੇ ਜਾਂਦਾ ਜਾ ਸਕਦਾ ਉਹਦਾ ਸਮਾਜ ਦੇ ਕੋਈ ਬਹੁਤਾ ਅਸਰ ਨਹੀਂ ਪੈਂਦਾ ਅਗਲਾ ਜਿਆ ਰਨ ਪੜਾ ਇਹਨੂੰ ਪਤਾ ਨਹੀਂ ਤੇ ਜਦੋਂ ਪੜਿਆ ਲਿਖਿਆ ਜਾਂਦਾ ਨਾ ਫਿਰ ਤਾਂ ਸਮਾਜ ਦੇ ਉੱਤੇ ਜਣੀ ਐਂ ਕਹਿ ਲੋ ਉਹਦਾ ਇੰਨਾ ਮਾੜਾ ਪ੍ਰਭਾਵ ਪੈਂਦਾ ਯਾਰ ਇਹਦਾ ਮਤਲਬ ਜੇ ਇਹ ਉੱਥੇ ਜਾਂਦਾ ਤੇ ਉਹਦੇ ਕੋਲੇ ਕੁਛ ਕੁਛ ਹੈ ਤਰਕਸ਼ੀ ਸੋਸਾਇਟੀ ਨੂੰ 39 ਸਾਲ ਹੋ ਗਏ ਨਾਮ ਰੱਖੇ ਨੂੰ ਪੀਰ ਕਿਸੇ ਬਾਬੇ ਕੋਲੇ ਕੁਸ ਹੋਵੇ ਕਰਕੇ ਤਾਂ ਦਿਖਾ ਦੇ ਨਾ ਫਿਰ ਤੁਸੀਂ ਯਾਨੀ ਇਸ ਗੱਲ ਨੂੰ ਦੇਖ ਕੇ ਵੀ ਪੜ੍ਹੇ ਲਿਖੇ ਨੂੰ ਤਾਂ ਪਤਾ ਲੱਗ ਜੇ ਵੀ ਜੇ ਹੁੰਦਾ ਤਾਂ ਇਹਨਾਂ ਨੂੰ ਹੁਣ ਨੂੰ ਹਰਾ ਦਿੰਦਾ ਇਹਨਾਂ ਨੂੰ ਤਾਂ ਜਿੱਤ ਲੈਂਦਾ ਤੇ ਹਜੇ ਤੱਕ ਉਹ ਹੋਇਆ ਨਹੀਂ ਫਿਰ ਵੀ ਪਤਾ ਕੀ ਕਹਿਣਗੇ ਭਈ ਨਹੀਂ ਸਾਨੂੰ ਹਜੇ ਜਿੱਦ ਸਿਰ ਪੈਗੀ ਨਾ ਉਦੋਂ ਪਤਾ ਲੱਗ ਆ ਗੱਲ ਮੈਂ ਕਹਾਂ ਨਹੀਂ ਤੇ ਬਈ ਇਹੋ ਹਾਂ ਬਸ ਉਹ ਤੇ ਪੈ ਨਹੀਂ ਗੱਲਾਂ ਤੁਹਾਨੂੰ ਤਾਂ ਆਉਂਦੀਆਂ ਇਹ ਤੇ ਪਈ ਪੈ ਜਾਂਦੀ ਹੈ ਨਾ ਉਹ ਨੂੰ ਨਹੀਂ ਕੋਈ ਐਦਾ ਹੁੰਦਾ ਉਹ ਭਾਈ ਹੈ ਇੱਥੇ ਸਵਾਬ ਹਾਂ ਹੁਣ ਇਮਤਿਹਾਨ ਵੀ ਇਹੀ ਹੈ ਵੀ ਜੇ ਬੰਦਾ ਕਹਿੰਦਾ ਵੀ ਮੈਂ ਰੈਸ਼ਨਲ ਸਿੰਕਿੰਗ ਵਾਲਾ ਮੈਂ ਵਿਗਿਆਨਕ ਸੋਚ ਰੱਖਦਾ ਮੈਂ ਤਰਕਸ਼ੀਲ ਸੋਚ ਰੱਖਦਾ ਪਰ ਜਿੱਦੇ ਕੋਈ ਨੋਡ ਪੈ ਗਈ ਉਹਨੂੰ ਪਰਿਵਾਰਕ ਤੌਰ ਤੇ ਨਿੱਜੀ ਉਹਦੇ ਉਹ ਵੀ ਉਹੀ ਕੁਝ ਕਰਦਾ ਜਿਹੜੇ ਲੋਕ ਮੰਨਣ ਵਾਲੇ ਕਰਦਾ ਤਾਂ ਉਹਦਾ ਹੋਰ ਵੀ ਜ਼ਿਆਦਾ ਨੁਕਸਾਨ ਹੋ ਜਾਂਦਾ ਹਮ ਅਗਲਾ ਕਹਿੰਦਾ ਕਹਿੰਦੇ ਹੀ ਆ ਇਹ ਕਰਦੇ ਤਹੇ ਜੇ ਉਹ ਐ ਨਿੱਜੀ ਜਿਆ ਦੱਸਣਾ ਹੋਵੇ ਮੈਂ 18 ਸਾਲ ਦਾ ਸੀ ਸੁਸਾਇਟੀ ਦਾ ਬਾਅਦ ਚ ਬਣਦੀ ਐ ਹਮ ਮੈਂ ਇੱਕ ਸੁਖ ਸੁਖ ਲਈ ਸੀ ਅੱਛਾ ਸੁਖ ਵੀ ਜੇ ਕਿਤੇ ਮੈਂ ਇਕੱਲੇ ਨੇ ਸੁਖੀ ਹੁੰਦੀ ਮੈਂ ਤਾਂ ਫਸ ਗਿਆ ਸੀ ਸਤਿ ਸ੍ਰੀ ਅਕਾਲ ਸੀ ਮਨਿੰਦਰ ਆ ਗਿਆ ਹੈ ਸੁਖ ਸੁਖ ਲਈ ਅਸੀਂ ਦੋ ਦੋਸਤਾਂ ਨੇ ਇਕੱਠਿਆਂ ਨੇ ਇਕੱਠੇ ਹੀ ਪੜਦੇ ਸੀ ਮੋੜ ਮੰਡੀ ਤੋਂ ਮੇਰਾ ਦੋਸਤ ਸੀ ਭਾਲ ਸਿੰਘ ਹਮ ਅਸੀਂ 90 ਪੜ੍ਹਦੇ ਸੀ ਡਰੈਂਗ ਟੀਚਰ ਦਾ ਕੋਰਸ ਕਰਦੇ ਸੀ ਉੱਥੇ ਕੋੜਿਆਂ ਵਾਲਾ ਗੁਰਦੁਆਰਾ ਬੜਾ ਮਸ਼ਹੂਰ ਆ ਲੋਕੀ ਬਹੁਤ ਜਾਂਦੇ ਆ ਸੁੱਖਾਂ ਸੁਖਦੇ ਆ ਅਸੀਂ ਵੀ ਚਲੇਗੇ ਰੱਬ ਹੀ ਰੰਦੇ ਸੀ ਕੋੜਿਆਂ ਵਾਲੇ ਗੁਰਦੁਆਰੇ ਦਾ ਮਤਲਬ ਇਹ ਨਹੀਂ ਵੀ ਉੱਥੇ ਕੋੜੇ ਬੰਨੇ ਆ ਉੱਥੇ ਮਿੱਟੀ ਦੇ ਛੋਟੇ ਛੋਟੇ ਖਡਾਉਣੇ ਕੋੜੇ ਠੀਕ ਆ ਸੁੱਖਾਂ ਲੋਕੀ ਚੜਾਉਂਦੇ ਆ ਜਿਵੇਂ ਅੱਜ ਕੱਲ ਬੀਜੇ ਖਾਤਰ ਜਾ ਚੜਾ ਦਿੰਦੇ ਜਾ ਜਰਾ ਜਾ ਚੜਾ ਪਹਿਲਾਂ ਕੋੜੇ ਚੜਦੇ ਰੇ ਆ ਕੋੜੇ ਉੱਥੇ ਜਾ ਉਹ ਮਸ਼ਹੂਰ ਹੀ ਇਸੇ ਕਰਕੇ ਆ ਤੇ ਉਹਨਾਂ ਵੇਲਿਆਂ 'ਚ 1978 ਦੀ ਗੱਲ ਹੈ। ਹੂੰ ਪੇਪਰਾਂ ਤੋਂ ਥੋੜਾ ਜਿਹਾ ਪਹਿਲਾਂ ਅਸੀਂ ਦੋਨੇ ਗਏ। ਦੋ-ਦੋ ਘੂੜੇ ਸੁੱਖੇ ਐ ਸੀ 1 ਰੁਪਈਏ ਦੇ ਦੋ ਮਿਲਦੇ ਸੀ। 78 ਰੁਪਈਆ ਵੀ ਵਾਵਾ ਹੁੰਦਾ ਸੀ। ਬਹੁਤ ਜ਼ਿਆਦਾ। ਭਦੌੜ ਤੋਂ ਬਰਨਾਲੇ ਦਾ ਕਿਰਾਇਆ ਸੀ ਉਹਦਾ 1 ਰੁਪਈਆ। ਜਿਹੜੇ ਹੁਣ 30 ਐ। ਚੜੀਆਂ ਐ ਲਾ ਲਓ। ਠੀਕ ਹੁਣ। ਹਾਂ। ਰਿਜ਼ਲਟ ਆ ਗਿਆ। ਮੈਨੂੰ ਅੱਜ ਵੀ ਯਾਦ ਆ 4 ਦਸੰਬਰ 1978 ਨੂੰ ਰਿਜ਼ਲਟ ਆਇਆ। ਹੂੰ। ਸੁੱਖ ਵੀ ਬੜੀ ਵੱਡੀ ਨਹੀਂ ਸੀ। ਐਂ ਸੀਗਾ ਹੁਣ ਤਾਂ ਹੁੰਦਾ ਨਾ 90% 95 80 ਇੰਨੇ ਦਾ ਤਾਂ ਪੁੱਤ ਸੁਪਨਾ ਮਨੀ ਸੀ ਕੋਈ ਲੈਂਦਾ ਉਹਦਾ ਨਹੀਂ ਆਉਦੇ ਸੀ ਕਿਸੇ ਨਾ ਆਉਦੇ ਸੁੱਖ ਸੁੱਖ ਲਈ ਵੀ ਫਰਸਟ ਡਿਵੀਜ਼ਨ ਆ ਜੀ ਜਿਹੜੀ 60% ਦੇ 60% ਆ ਜੀ 60% ਵਾਲੀ ਮੇਰੇ ਦੋਸਤ ਦੀ ਆਈ ਨਹੀਂ ਉਹਦੇ ਘਟ ਕੇ 3% ਮੇਰੇ 3 ਕ ਵਧ ਕੇ 60 ਤੋਂ ਹਾਂ ਦੇਖੋ ਉਹ ਉਹਦੀ ਤਾਂ ਸੁੱਖ ਪੂਰੀ ਹੋਈ ਨਹੀਂ ਉਹਨੇ ਤਾਂ ਚੜਾਉਣੇ ਨਹੀਂ ਸੀ ਪਰ ਮੈਨੂੰ ਉਸ ਵੇਲੇ ਉਮਰ ਮੇਰੀ 18 ਸਾਲ ਦੀ ਸੀ ਮੈਨੂੰ ਚਾਣਨ ਜੈ ਜ਼ਰੂਰ ਹੋ ਗਿਆ ਵੀ ਜੇ ਸੁੱਖਾਂ ਸੁੱਖਣ ਨਾਲ ਨੰਬਰ ਆਉਂਦੇ ਇੱਕੋ ਹੀ ਸਮੇ ਇੱਕੋ ਹੀ ਸੁੱਖ ਇਕੱਠੇ ਨਹੀਂ ਸੁਖੀ ਤੇ ਜੇ ਨੰਬਰ ਅੱਡਾ ਡਾਇਆ ਇਹਦਾ ਮਤਲਬ ਇਹਦੇ 'ਚ ਨਹੀਂ ਫਰਕ ਹਾਂ ਨੰਬਰਾਂ ਦਾ ਜਿੰਨਾ ਕਿ ਸਾਡਾ ਫਰਕ ਸੀ 5-6% ਦਾ ਉਨੇ ਕ ਸਾਡੇ ਪਾੜਨ 'ਚ ਰੂਟੀਨ 'ਚ ਟੈਸਟਾਂ 'ਚ ਕਲਾਸ 'ਚ ਉਨੇ ਕੀ ਸਾਡਾ ਪਹਿਲਾਂ ਫਰਕ ਚੱਲਦਾ ਹੂੰ ਉਹ ਦਿਨ ਹੱਦ ਜਣੀ ਹੁਣ ਇੱਕ ਤਾਂ ਇਹ ਐ ਇਹ ਸਾਡੇ ਲੋਕੀ ਐਂ ਤਾਂ ਕਰਦੇ ਹੀ ਨਹੀਂ ਉਹ ਤਾਂ ਕੀ ਸੋਚਦੇ ਆ ਵੀ ਇਤਨੀ ਲੋਟ ਆਇਆ ਕੰਮ ਐਸ ਬਾਬੇ ਦੇ ਨਹੀਂ ਆਇਆ ਨਹੀਂ ਸ਼ਰਦਾ ਨਹੀਂ ਹੋਣੀ ਆਪ ਤਾਂ ਕੋਈ ਨੁਕਸ ਫਰਕ ਰਹੀਂ ਉਹ ਅਗਲੇ ਨੇ ਜਾਵੜਦੇ ਆ ਬਸ ਇੱਥੇ ਹੀ ਰੋਲਾ ਜੇ ਲੋਕੀ ਟੈਸਟ ਕਰਨ ਲੱਗ ਜਾਣ ਕਿਸੇ ਨੂੰ ਅਰਜੀ ਕਰ ਲੈਣ ਉਹਦਾ ਹਾਲ ਇਹ ਹੈ ਵੀ ਦਵਾਈ ਵੀ ਖਾਈ ਜਾਂਦਾ ਤਵੀਤ ਵੀ ਪਾ ਲੈਂਦੇ ਆ ਪਤਾ ਹੀ ਨਹੀਂ ਲੱਗਦਾ ਥੋੜਾ ਵੀ ਪਾ ਲੈਂਦੇ ਆ ਪਤਾ ਹੀ ਨਹੀਂ ਲੱਗਦਾ ਥੋੜਾ ਵੀ ਵਿੱਚ ਹੀ ਆਗਾ ਤਵੀਤ ਕਿਸੇ ਨੇ ਪਤਾ ਕੋਈ ਉਹਦੋਂ ਹਲਕਾ ਕੰਮ ਕਰ ਦਿੰਦਾ ਹਾਂ ਥੋਲੇ ਵਾਲਾ ਵੀ ਫਿਰ ਪਤਾ ਕਿਵੇਂ ਲੱਗੂ ਵੀ ਠੀਕ ਦਵਾਈ ਨੇ ਕਰਿਆ ਕਿ ਤਵੀਤ ਨੇ ਕਰਿਆ ਪਰ ਹੁੰਦਾ ਇਹ ਆ ਸੱਚ ਇਹ ਆ ਕਿ ਜਦੋਂ ਸਾਡੀ ਪੜ੍ਹਾਈ ਨੇ ਸਾਨੂੰ ਸਿਖਾਇਆ ਨਹੀਂ ਕਿ ਸੱਚ ਕਿਵੇਂ ਜਾਣਣਾ ਫਿਰ ਦਵਾਈ ਵਾਲੀ ਗੱਲ ਅੱਡ ਫਿਰ ਕਿੱਧਰ ਨੂੰ ਜਾਊਗੀ ਦਵਾਈ ਤਾਂ ਪਹਿਲਾਂ ਵੀ ਖਾਂਦਾ ਸੀ ਪਰ ਜਿੱਦੇ ਦਾ ਤਵੀਦ ਪਾਇਆ ਥੋੜਾ ਪੁਆ ਅਸਰ ਦਵਾਈ ਦਾ ਉਸ ਤੋਂ ਬਾਅਦ ਹੋਣਾ ਚਾਹੀਦਾ ਕੁਝ ਪੁੱਛਣ ਵਾਲਾ ਹੋਵੇ ਭੋਲੇ ਉਹ ਦਵਾਈ ਦੇ ਅਸਰ ਨੂੰ ਵੀ ਟਾਈਮ ਲੱਗ ਜਾਂਦਾ ਹੋ ਸਕਦਾ ਡਾਕਟਰ ਤੋਂ ਦਵਾਈ ਸਹੀ ਸਿਲੈਕਟ ਨਾ ਗਈ ਹੋਈ ਹੋਵੇ ਹੋ ਸਕਦਾ ਮੰਨ ਲਓ ਜਿਹੜਾ ਤੁਹਾਨੂੰ ਬੈਕਟੀਰੀਆ ਤੁਹਾਡੇ ਅੰਦਰ ਇਨਫੈਕਸ਼ਨ ਕੀਤੀ ਆ ਜਿਹੜੇ ਦਵਾਈ ਐਂਟੀਬਾਇਓਟਿਕ ਤੁਹਾਨੂੰ ਦਿੱਤਾ ਜਿਹੜਾ ਸਾਲਟ ਤੁਹਾਨੂੰ ਦਿੱਤਾ ਉਹ ਉਹਨੂੰ ਸੈਂਸਿਟਿਵ ਵੀ ਨਾ ਹੋਵੇ ਉਹਨੂੰ ਗੋਲਦਾ ਹੀ ਨਾ ਹੋਵੇ ਵੀ ਹੋਰ ਨਾ ਮਰੇ ਹੁਣ ਇੱਥੇ ਤੱਕ ਤਾਂ ਅਸੀਂ ਜਾਣਦੇ ਨਹੀਂ ਨਾ ਤੇ ਜੇ ਅਸੀਂ ਜਾਣ ਲੱਗ ਜੀਏ ਫਿਰ ਜਿਹੜੀ ਸੋਡੇ ਵਾਲੀ ਗੱਲ ਆ ਵੀ ਇਹ ਚੇਤਨਾ ਵਾਲੀ ਗੱਲ ਸਮਝ ਇਹ ਤਾਂ ਉਦੋਂ ਆਣੀ ਹੈ ਐ ਨਹੀਂ ਆਣੀ ਵੀ ਜੇ ਭਾਈ ਹੁਣ 20 ਸਵੇਣਾ ਤਾਂ ਜਹਾਜ਼ ਚੜਾ ਦਿਓ ਉਹ ਚਾਹੇ ਪਿੱਛੇ ਜੇ ਸ਼ਰੂਮਣੀ ਕਮੇਟੀ ਨੇ ਪਤਾ ਨਹੀਂ ਉਹ ਕਿਵੇਂ ਫੈਸਲਾ ਕਰਤਾ ਵੀ ਨਾ ਭਾਈ ਜਹਾਜ਼ ਉਜਣਾ ਚੜਾਇਆ ਕਰੋ ਬਹੁਤ ਬਹੁਤ ਕੁਝ ਚੱਲਦਾ ਕੋਈ ਨਾ ਕੋਈ ਬਾਬਾ ਹੁਣ ਇੱਕ ਬਰਨਾਲੇ ਕੋਲੇ ਚਿੱਲੀ ਜਾਂਦਾ ਉਹ ਅੜੀਸਾ ਉੱਥੇ ਬੁੜੀ ਜਨਤਾ ਜਾਂਦੀ ਹੈ ਤੇ ਸਾਡੇ ਲੋਕਾਂ ਦੀ ਇਹ ਫਿਤਰਤ ਹੈ ਵੀ ਇੱਥੇ ਨਹੀਂ ਉੱਥੋਂ ਉੱਥੋਂ ਨਹੀਂ ਉੱਥੋਂ ਮਿਹਨਤ ਵੀ ਕਰੀ ਜਾਂਦੇ ਆ ਤੇ ਬਾਬਿਆਂ ਕੋਲੇ ਵੀ ਜਾਈ ਜਾਂਦੇ ਆ ਜਿੱਦੇ ਕੋਈ ਕੰਮ ਹੋ ਗਿਆ ਤੂੰ ਮਿਹਨਤ ਵਾਲੀ ਗੱਲ ਤਾਂ ਭੁੱਲ ਜਾਂਦੇ ਆ ਉਦੋਂ ਪਹਿਲੇ ਜਿਹੜੇ ਅੱਠ ਸੱਤ ਬਾਬੇ ਆ ਉਹਨਾਂ ਨੂੰ ਮੰਦਾ ਨਹੀਂ ਬੋਲਦੇ ਨਾ ਉਹਨਾਂ ਨਾਲ ਜਿੱਥੇ ਜਾ ਕੇ ਲਾਸਟ ਸਟ੍ਰੈਪ ਤੇ ਸਫਲਤਾ ਮਿਲ ਗਈ ਬਸ ਉਸ ਬਾਬੇ ਦੀ ਚੜ੍ਹਾਈ ਤੇ ਦਸਾਂ ਨ ਹੋਰ ਦੱਸ ਦੇਣਾ ਤਸਾ ਕੀ ਜੀ ਪਤਾ ਹੀ ਨਹੀਂ ਕਿੰਨੇ ਨੂੰ ਦੱਸਦਾ ਫਿਰ ਤਾਂ ਪਤਾ ਕੀ ਹੁੰਦਾ ਫਿਰ ਸਮਾਗਮ ਵੀ ਕਰਦੇ ਆ ਹੂੰ ਸਫਲਤਾ ਦਾ ਖੁਸ਼ੀ ਨਾਵੇਂ ਫਿਰ ਜੋ ਸਮਾਗਮ ਕਰਦੇ ਉਥੇ ਪ੍ਰਚਾਰ ਵੀ ਕਰਦੇ ਬਹੁਤ ਪਹਿਲਾਂ ਮੱਥਾ ਮਾਰਿਆ ਬਈ ਇਹ ਤਾਂ ਫਿਰ ਫੁਲਾਣੇ ਬਾਬੇ ਦੀ ਕਿਰਪਾ ਹੋਈ ਹੈ ਹੂੰ ਤੇ ਬਾਬੇ ਦੇ ਇਥੇ ਸਾਡੇ ਹਰੀਆਂ ਲਾਲ ਚੜਣੀਆਂ ਵੇਚ ਕੇ ਕਮਾਈ ਕਰਕੇ ਸਹੀ ਗੱਲ ਆ ਹਨਾ ਮਲਕ ਦੇ ਵਜੇ ਇਹ ਇੱਕ ਅੱਛਾ ਜਦੋਂ ਕੋਈ ਮਤਲਬ ਤੁਹਾਡੇ ਕੋਲੇ ਕੇਸ ਆਉਂਦਾ ਜੀ ਠੀਕ ਹੈ ਅਗਲੇ ਪੈਲੀ ਗੱਲ ਮੈਂ ਤੁਹਾਡੇ ਕੋਲ ਕੀ ਜਿਵੇਂ ਹਾਂ ਬਾਹਰ ਕਿਰੋ ਛੇਤੇ ਨਹੀਂ ਤੁਹਾਡੇ ਕੋਲ ਆਉਂਦਾ ਇਹ ਹੀ ਦੇਖੋ ਹੁਣ ਇੱਕ ਸਟੇਜ ਹੈਗੀ ਹੈ 10% ਕੇਸ ਹੁਣ ਫਰੈਸ਼ ਆਉਣ ਲੱਗੇ ਪਹਿਲਾਂ ਨਹੀਂ ਸੀ ਆਉਂਦੇ ਪਹਿਲਾਂ ਤਾਂ ਉਸ ਵੀ ਜਦੋਂ ਚਮਾ ਵੀ ਹੁਣ ਤੱਕ ਇਤੇ ਕੁਝ ਹੈ ਹੀ ਨਹੀਂ ਉਦੋਂ ਜਦੋਂ ਇਹਨਾਂ ਨੂੰ ਵੀ ਦੇਖ ਦੇਖ ਲੋ ਇਹਨਾਂ ਨੂੰ ਵੀ ਜਮਾ ਲਓ ਹੁਣ 10% ਕੇਸ ਆ ਜਾਂਦੇ ਆ ਗੋਗਲ ਥੋੜਾ ਮੋਟਾ ਪ੍ਰਚਾਰ ਨਾਲ ਪਤਾ ਹੈ ਜਿਹੜੇ ਥੋੜੇ ਮੋਟੇ ਪੜ੍ਹੇ ਲਿਖੇ ਉਹਨਾਂ ਨੂੰ ਐਂ ਲੱਗਦਾ ਵੀ ਜੇ ਬਾਬਾਂ ਵਾਲੇ ਚੱਕਰ ਚ ਪੈ ਗਏ ਫਿਰ ਤਾਂ ਉਹ ਤਾਂ ਲਜਾ ਲੈਣਗੇ ਕੇਰਾ ਇੱਧਰ ਦੇਖ ਲੈਣੇ ਹੁਣ ਐ ਵੀ ਕਰਦੇ ਕੀ ਹਰੀ ਵੀ ਕੇਰਾ ਇੱਧਰ ਦੇਖ ਲੈਣੇ ਨਾ ਹੋਈ ਗੱਲ ਤਾਂ ਫਿਰ ਕੋਈ ਨਹੀਂ ਦੂਜੇ ਪਾਸੇ ਹਰੇਕ ਪਿੰਡ ਚ ਹਰੇਕ ਘਰ ਚ ਕੋਈ ਨਾ ਕੋਈ ਇਹ ਜਿਹਾ ਹੈਗਾ ਜਿਹੜਾ ਐਂ ਕਹਿ ਦਿੰਦਾ ਵੀ ਯਾਰ ਆਪਾਂ ਉਹਨਾਂ ਤੋਂ ਦੇਖ ਲੈਨੇ ਆ ਉਗੜਾ ਕੁਛ ਲੈਂਦੇ ਆ ਉਗੜਾ ਕੋਈ ਚਾਰਜ ਕਰਦੇ ਆ ਵੀ ਇਹ ਨਹੀਂ ਫਾਇਦਾ ਉਹਦਾ ਨਾ ਸੀ ਫਿਰ ਆਪਾਂ ਕਿਸੇ ਤੋਂ ਹੋਰ ਵੀ ਪੁੱਛ ਲਾਂਗੇ ਸਟਾਰਕਸ਼ੀਲ ਸੁਸਾਇਟੀ ਦਾ ਜਿਹੜੇ ਕੇਸ ਕਾਉਂਸਲਿੰਗ ਨਾਲ ਠੀਕ ਕਰਨ ਵਾਲੇ ਹੁੰਦੇ ਆ। ਚਾਹੇ ਉਹ ਭੂਤਾਂ ਬ੍ਰੇਤਾਂ ਨਾਲ ਜੁੜਦੇ ਹੋਣ ਚਾਹੇ ਉਹਨਾਂ ਦੇ ਕੋਈ ਜਿਹੜੇ ਉਸ ਤਰ੍ਹਾਂ ਦੇ ਪੁਰਾਣੇ ਸੰਕਲਪ ਪਏ ਉਹਨਾਂ ਸੰਕਲਪਾਂ 'ਚ ਉਹਨਾਂ ਨੂੰ ਕੋਈ ਹਜੇ ਭਰਮ ਭਲੇਖੇ ਭੂਤਾਂ ਪ੍ਰੇਤ ਦਿਸਦੇ ਹੋਣ ਜਾਂ ਹੋਰ ਇਸ ਤਰ੍ਹਾਂ ਦੇ ਠੀਕ ਕੀਤੇ ਜਾਂਦੇ ਜਾਂ ਫਿਰ ਜਿਨ੍ਹਾਂ ਨੂੰ ਆਪਾਇਗਲ ਵੀ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਆ ਤੇ ਉਹਨਾਂ ਨੂੰ ਡਾਕਟਰਾਂ ਕੋਲੇ ਭੇਜਣ ਵਾਸਤੇ ਗਾਈਡ ਕਰ ਦਿੱਤਾ ਜਾਂਦਾ ਕਿ ਭਈ ਤੁਹਾਡੀ ਬਿਮਾਰੀ ਹੈ ਜਿਹੜੀ ਇਹ ਡਾਕਟਰੀ ਲੈਵਲ ਦੀ ਹੈ ਤੇ ਡਾਕਟਰਾਂ ਕੋਲੇ ਜਾ ਕੇ ਆਹ ਜਿਹੜੀਆਂ ਕੋਈ ਕਟਨਾਵਾਂ ਵਾਲੇ ਕੇਸ ਹੁੰਦੇ ਕਿਸੇ ਘਰੇ ਅੱਗ ਲੱਗਦੀ ਆ ਖੂਨ ਦੇ ਛਿੱਟੇ ਡਿੱਗਦੇ ਆ ਕੋਈ ਕੱਪੜੇ ਕੱਟੇ ਗਏ ਵੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਡਰਾਮ ਵਾਲੇ کیس ਹੁੰਦੇ ਆ ਜਾਂ ਕਿਤੇ ਬਾਰ-ਬਾਰ ਪੈਸੇ ਚੱਕੀ ਜਾਂਦੇ ਕਹਣਗੇ ਜੀ ਸਾਡੇ ਤਾਂ ਜਿੰਦੇ ਲੱਗੇ ਜੋ ਵੀ ਨਿਕਲ ਜਾਂਦੇ ਆ ਉਹੇ ਜਿਹੇ کیس ਹੈਗੇ ਉਹ ਤਾਂ ਤਰਕਸ਼ੀ ਸੋਸਾਇਟੀ ਦੇ ਸਿੱਧੇ ਆਉਂਦੇ ਹੁੰਦੇ ਆ ਆਪਣੇ ਦੇਰੇ ਚੋਂਦੇ ਉਹ ਸੀ ਹੱਲ ਕਰਦੇ ਕਰਦੇ ਦੇ ਇੱਕ ਇੱਕ ਇੱਥੇ ਤੁਸੀਂ ਕੱਪੜੇ ਘਟੇ ਕਹਤਾ ਆ ਕਈ ਕਹਿੰਦੇ ਡਲੇ ਵਾਈ ਦੀ ਘਰੇ ਕਈ ਕਹਿੰਦੇ ਹਾਂ ਡਰਾਮ ਮੋੜ ਗਿਆ ਡਾਇਰੈਕਟਰ ਚੱਲ ਪਿਆ ਐਵੇਂ ਵੀ ਗੱਲਾਂ ਹੁੰਦੀਆਂ ਮੈਨੂੰ ਐਵੇਂ ਜੇ کیس ਆਇਆ ਕਦੇ ਇਹ ਕੇਸ ਤਾਂ ਤੁਸੀਂ ਐਵੇਂ ਮੰਨ ਲਓ ਵੀ ਜੇ ਜੇ ਸ਼ੁਰੂਆਤ ਦੀ ਗੱਲ ਕਰਨੀ ਹੋਵੇ ਵੀ ਜਿੰਨੀਆਂ ਗੱਲਾਂ ਕਰੀ ਜਾਵਾਂਗੇ ਉਹ ਨਹੀਂ ਉਹ ਨਹੀਂ ਉਹ ਇਹ ਜਿਹੇ ਕੇਸ ਆਉਂਦੇ ਰਹੇ ਸਮਾਜ ਚੋਂ ਹੀ ਆਪਸ ਹੁੰਦੇ ਨਾ ਜਿਵੇਂ ਕੇਸ ਆ ਪ੍ਰੇਗਿਆ ਤੇ ਮੰਨ ਲਓ ਜਿਵੇਂ ਇੱਕ ਹੋਰ ਕੱਪੜੇ ਕੱਟੇ ਵਾਲੀ ਗੱਲ ਵੀ ਆਪ ਕਰਦੇ ਆ ਇੱਕ ਹੋਰ ਕੇਸ ਦੇ ਵਿੱਚ ਕੀ ਹੁੰਦਾ ਕੇਸ ਆ ਗਿਆ ਜਿਹਦੇ ਚ ਇਹ ਹੁੰਦਾ ਅਕਸਰ ਵੀ ਜਦੋਂ ਭੂਤ ਪ੍ਰੇਤ ਦਾ ਅਸਰ ਹੁੰਦਾ ਨਾ ਫਿਰ ਬੰਦਾ 10 10 ਬੰਦਿਆਂ ਤੋਂ ਫੜਿਆ ਨਹੀਂ ਰਹਿੰਦਾ ਹੂੰ ਜੋ ਉਸ ਬਹੁਤ ਆ ਜਾਂਦਾ ਵੀ ਜੋ ਜਾਨ ਹੀ ਉਹ ਤਾਂ ਉਹਦੀ ਤਾਂ ਨਹੀਂ ਜਾਨ ਹੁੰਦੀ ਜਾਨ ਤਾਂ ਉਹਦੇ ਵਿੱਚ ਜਿਹੜਾ ਆ ਗਿਆ ਇਹ ਕੋਈ ਪੀਰ ਫਕੀਰ ਆ ਗਿਆ ਉਹਦੀ ਤਾਂ ਪਤਾ ਹੀ ਨਹੀਂ ਜਾਂਦਾ ਕੀ ਹੈ ਤੇ ਉਦੋਂ ਦੀ ਗੱਲ ਈ ਹੈ ਜਦੋਂ ਸੋਸਾਇਟੀ 84 ਚ ਬਣੀ 86 ਦੀ ਗੱਲ ਹੋਊ ਸਾਡੇ ਭਦੌਣ ਦੇ ਕੇਸ ਆਇਆ ਇੱਕ ਕਹਿੰਦੇ ਵੀ ਇੱਕ ਬੰਦਾ ਉਹਦੀ ਉਮਰ ਜਣੀ ਮੇਰੀ ਉਹ ਉਮਰ 25 26 ਸਾਲ ਸੀ ਉਹਦੀ ਉਦੋਂ ਉਸ ਵੇਲੇ 35 36 ਸਾਲ ਸੀ 10 ਕ ਸਾਲ ਦੇ ਮੈਨੂੰ ਯਾਦ ਆ ਜਿੰਨਾ ਕੋਈ ਉਹਦੀ ਉਮਰ ਮੇ ਤੋਂ ਵੱਡੀ ਕਹਿੰਦੇ ਵੀ ਉਹਦੇ ਚਸਰ ਆਇਆ ਵੇ ਹੂੰ ਉਹ 10 10 ਬੰਦਿਆਂ ਤੋਂ ਐ ਫੜਿਆ ਨਹੀਂ ਜਾਂਦਾ ਅਸੀਂ ਦੇਖਿਆ ਜਾ ਕੇ ਆਲੇ ਦਲੇ ਬੰਦੇ ਖੜੇ ਸੀ ਕਿ ਕਿਵੇਂ ਆ ਉਹ ਮੰਜੇ ਤੇ ਪਿਆ ਮਟ ਲਾਇਆ ਮੰਜਾ ਬਾਂਜੇ ਦਾ ਉਹਦੇ ਤੇ ਪਿਆ ਤੇ ਉਹਨੂੰ ਕੋਈ ਜਾਨ ਨੇ ਫੜਿਆ ਹੋਇਆ ਕੁਸ਼ਚਨ ਵਾਲੀ ਟੀਕੇ ਪਿਆ ਰਹਾ ਕਰ ਫਿਰ ਥੋੜੀ ਜੀ ਮਾਰਾ ਕਰ ਤੇ ਸਾਰੇ ਪਿੱਛੇ ਚਲਾ ਕੇ ਮਾਰਿਆ ਪਰ ਹੁਣ ਆਪਾਂ ਤਾਂ ਇੱਕ ਗੱਲ ਦੇਖਾਂਗੇ ਫਿਜ਼ਿਕਸ ਇਹ ਕਹਿੰਦੀ ਹੈ ਕਿ ਇਹਦੇ ਚ ਜ਼ੋਰ ਇੰਨਾ ਆਇਆ ਕਿਥੋਂ ਅਸੀਂ ਦੇਖਿਆ ਦੋ ਜਾਨੇ ਸੀ ਮੇਰਾ ਸਾਥੀ ਮੀਰਵਲ ਸੀ ਮੇਰੇ ਨਾਲ ਅੱਜਕੱਲ ਉਹ ਕੈਲਗਰੀ ਇਕਾਈ ਦਾ ਸੈਕਟਰੀ ਹੈ ਹਮ ਕੈਨੇਡਾ ਰਹਿੰਦਾ ਕਵਾਂਡੀ ਸੀ ਅਸੀਂ ਇੱਥੇ ਦੋਨੇ ਘਰਾਂ ਦੇ ਬਿਲਕੁਲ ਨਾਲ-ਨਾਲ ਘਰ ਸੀ ਅਸੀਂ ਚਲੇ ਗਏ ਅਸੀਂ ਦੇਖਿਆ ਵੀ ਕੀ ਕੀਤਾ ਉਹਦੇ ਚੀਨ ਨਹੀਂ ਜਾਣ ਆਈ ਕਿੱਥੋਂ ਉਹਨੇ ਦੋਵੇਂ ਪੈਰ ਆਪਦੇ ਜਿਹੜਾ ਆਪਣਾ ਪੈਹ ਦਾਲਾ ਪਿਛਲੇ ਪਾਸੇ ਵਾਲਾ ਸ਼ੇਰਵਾ ਹੁੰਦਾ ਉਹਦੇ ਜੜਾਏ ਹੋਏ ਆ ਤੇ ਦੋਨੇ ਬਾਈਆਂ ਹੱਥਾਂ ਨਾਲ ਆਏ ਉਹਦੀਆਂ ਬਾਈਆਂ ਫੜੀਆਂ ਪਈਆਂ ਥੋੜਾ ਤੁਸੀਂ ਆਪੀ ਹਿਸਾਬ ਲਾ ਲਓ ਜੈਕ ਕਰ ਕੀ ਫੋਰਸ ਬਣ ਜਾਂਦੀ ਹੈ ਜਦੋਂ ਪੈਰ ਪਿੱਛੇ ਲੱਗੇ ਹੋਏ ਆ ਤੇ ਜਿਹਨੇ ਜਿੱਥੋਂ ਕਿਸੇ ਨੂੰ ਫੜਿਆ ਉਹ ਮਾਰਦਾ ਧੋੜ ਲਈ ਤੇ ਸਾਰੇ ਪਿੱਛੇ ਇੱਕ ਦੂਜੀ ਗੱਲ ਵੀ ਹੁੰਦੀ ਹੈ ਇਹੋ ਜੇ ਵੇਲੇ ਜਿਹੜੇ ਉਹ ਇਹਨਾਂ ਗੱਲਾਂ ਨੂੰ ਮੰਨਦੇ ਆ ਉਹ ਤਾਂ ਪ੍ਰਿੱਤਾਂ ਦੇ ਸੰਕਲਪ ਨੂੰ ਮੰਨਦੇ ਆ ਉਹ ਉਹਨੂੰ ਉਨੀ ਮਜ਼ਬੂਤੀ ਨਾਲ ਫੜ ਵੀ ਨਹੀਂ ਸਕਦੇ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਇਹਨੂੰ ਜਿਆਦਾ ਘੁੱਟ ਕੇ ਫੜ ਲਿਆ ਜਾਂ ਫੜ ਕੇ ਤੰਗ ਕਰਿਆ ਇਹਦੇ ਚੋਂ ਨਿਕਲ ਕੇ ਸਾਡੇ ਕਦੀ ਨਾ ਆਜੇ ਜੀ ਜਾਣੀ ਉਹਨਾਂ ਦਾ ਮਨੋਵਾਲੀ ਨਹੀਂ ਬਣਦਾ ਉਹਨੂੰ ਕੰਟਰੋਲ ਕਰਨ ਦਾ ਤੇ ਸਾਨੂੰ ਕਹਿੰਦਾ ਕਿ ਕਿਵੇਂ ਲੱਗਦਾ ਤੁਹਾਨੂੰ ਅਸ਼ੇਖ ਜੀ ਸਾਰੇ ਭਰੇ ਹੋ ਜੋ ਉਹ ਭਰੇ ਹੋ ਗਏ ਮੈਂ ਮੇਰੇ ਸਾਥੀ ਸੀ ਬੀਰਵਲ ਉਹ ਮੇਤੋਂ ਵੀ ਜੰਗ ਹੈ ਤੇ ਮੈਂ ਉਹਨੂੰ ਆਖੇ ਵੀ ਇਹਦੇ ਦੋਨੇ ਪੈਰ ਫੜ ਲਾ ਗਿੱਟਿਆਂ ਕੋਲੋਂ ਚੱਕ ਲਾ ਤੇ ਮੈਂ ਉਹਦੀਆਂ ਬਾਹਾਂ ਪਾਸੇ ਬਾਈਆਂ ਤੋਂ ਫੜ ਲਈਆਂ ਤੇ ਅਸੀਂ ਉਹਨੂੰ ਕਹਲੇ ਵੀ ਇਲਾਜ ਹੋਰ ਜਿਹੜਾ ਕੁਸ ਤੇਰੇ ਉਹਨੂੰ ਪਚਾੜਿਓ ਹਿੱਲੀ ਜਾਂਦਾ ਕੀ ਕਰੂ ਉਹਦੇ ਬਾਹਾਂ ਉਹਦੀਆਂ ਬਾਹਾਂ ਦਾ ਜੋਰ ਨਹੀਂ ਪੈ ਰਿਹਾ ਉਹਦੇ ਪੈਰਾਂ ਦਾ ਜੋ ਵਿਚਾਲਿਓ ਬੰਦਾ ਕੀ ਹਿੱਲੂ ਨਹੀਂ ਹਿੱਲਿਆ ਹਾਜ਼ਰ ਕਰ ਕਰਾ ਕੇ ਜਦੋਂ 2-3 ਦਿਨਾਂ ਬਾਅਦ ਇਹ ਹੋ ਗਿਆ ਵੀ ਹੁਣ ਤਾਂ ਇਹਦਾ ਪਰਦਾ ਫਾਸ਼ ਹੋ ਜੂ ਪਤਾ ਲੱਗ ਜੂ ਗੱਲ ਕੀ ਐ ਕਹਿੰਦੇ ਵੀ ਇੱਕ ਬਾਬਾ ਆਇਆ ਸੀਗਾ ਉਹ ਪੱਕਾ ਇਲਾਜ ਕਰ ਗਿਆ ਕਹਿੰਦੇ ਲਾਲ ਚੁੰਨੀ ਉਹ ਧਾਰਾਂ ਵਾਲਾ ਪੁਲ ਮਸ਼ਹੂਰ ਆ ਸਾਡੇ ਧਾਰਾਂ ਵਾਲੇ ਪੁਲ ਤੇ ਬੋੜ ਆ ਉਹਦੇ ਤੇ ਲਾਲ ਚੁੰਨੀ ਨੂੰ ਸੱਤ ਗੰਨਾਂ ਦੇ ਆਵੇ ਤੇ ਬਸ ਇਹਦਾ ਹੀ ਭੂਤ ਇਹਦਾ ਖਿਹੜਾ ਛੱਡ ਜੂ ਚਲੋ ਅਸੀਂ ਪੜਤਾਲ ਪੜਤੂਏ ਕੀਤੀ ਪਰ ਸਾਨੂੰ ਇਹ ਪਤਾ ਲੱਗ ਗਿਆ ਸੀ ਵੀ ਉਹਦਾ ਕਾਰਨ ਕੀ ਹੈ ਉਹ ਇਥੋਂ ਸਾਂਝਾ ਕਰਨ ਵਾਲਾ ਨਹੀਂ ਪਰ ਮੈਨੂੰ ਖੁਸ਼ੀ ਦੀ ਇੱਕ ਗੱਲ ਹੋਈ ਬੜੀ ਉਹ ਜਿਹਦੇ ਚੁੰਨੀ ਨੂੰ ਸੱਤ ਗੰਨਾਂ ਦੇ ਕੇ ਬੋਰਡ ਦੀ ਰਾਣੀ ਨੂੰ ਬੰਨਿਆ ਤੇ ਫਾਦਰ ਵੀ ਸਾਡਾ ਪਿਤਾ ਜੀ ਉਹ ਵੀ ਇਹਨਾਂ ਗੱਲਾਂ 'ਚ ਬੜਾ ਮੰਨਦੇ ਨਹੀਂ ਸੀ ਸੱਤੇ ਗੰਨਾਂ ਖੋਲ ਕੇ ਚੁੰਨੀ ਘਰੇ ਲੈ ਕਿਉਂਕਿ ਰਸਤਾ ਸਾਡਾ ਉਧਰ ਨੂੰ ਹੀ ਸੀ ਜਾਣ ਵਾਲਾ ਪੁਰਾਣੇ ਜ਼ਮਾਨੇ ਚ ਜਿਵੇਂ ਕਹਿੰਦੇ ਜੰਗਲ ਪਾਣੀ ਸਾਰਾ ਉਧਰਲਾ ਏਰੀਆ ਧਾਰਾਂ ਵਾਲੇ ਪੁੱਲ ਤੋਂ ਹੀ ਲੰਘ ਕੇ ਜਾਂਦਾ ਸੀ ਠੀਕ ਹੈ ਕਹਿਣ ਦਾ ਮਤਲਬ ਕੀ ਹੈ ਭਈ ਅਸੀਂ ਉਹਨੂੰ ਟੈਕਨੀਕਲੀ ਉਵੇਂ ਦੇਖਦੇ ਹੁਣ ਆ ਗਈ ਗੱਲ ਸੁਣੀ ਜਿਹੜੀ ਤੁਸੀਂ ਪਹਿਲਾਂ ਕਰਦੇ ਸੀ ਕੱਪੜੇ ਕੱਟੇ ਜਾਣ ਵਾਲੇ ਹਮ ਬਹੁਤ ਕੇਸ ਆਏ ਸ਼ੁਰੂ ਚਾਏ ਕੱਪੜੇ ਕੱਟੇ ਗਏ ਇੱਕ ਕੱਟਿਆ ਗਿਆ ਕੱਟਣ ਦਾ ਸਟਾਈਲ ਕੱਪੜੇ ਜਲ ਗਏ ਉਹ ਸਟਾਈਲ ਪੜਤਾਲ ਕਰਨ ਤੋਂ ਬਾਅਦ ਇਹ ਲੱਗ ਜਾਂਦਾ ਪਤਾ ਕਿ ਕੱਪੜੇ ਕਾਦੇ ਨਾਲ ਅਗ ਲਾਈਆ ਤਾਂ ਕਾਦੇ ਨਾਲ ਲਾਈਏ ਇਹ ਵੀ ਪਤਾ ਲੱਗ ਜਾਂਦਾ ਉਹ ਚ ਆਮ ਕਰਕੇ ਤੇਜਾਬ ਦੀ ਵਰਤੋਂ ਦੇਖਿਆ ਸੀ ਕਿਉਂਕਿ ਪਿਛਲੇ ਸਮੇਂ 'ਚ ਦੇਖਿਆ ਵੀ ਇਨਵਰਟਰ ਬਹੁਤ ਘਰਾਂ 'ਚ ਆ ਗਏ ਸੀ ਤੇ ਬੈਟਰੀ ਦੇ ਵਿੱਚ ਹੁੰਦਾ ਤੇਜਾਬ ਤੇ ਉੱਥੋਂ ਤੁਸੀਂ ਇੱਕ ਡ੍ਰੋਪਰ ਭਰੋ ਤੇ ਪਾ ਦਿਓ ਇੱਕ ਬੜਾ ਕਮਾਲ ਦਾ ਕੇਸ ਹੈ ਅਗ ਲੱਗਣ ਵਾਲਾ ਜਿਹਦੇ ਚ ਸਾਨੂੰ ਵੀ ਕੁਝ ਚਿਰ ਹੈਰਾਨ ਹੋਣਾ ਪਿਆ ਕੀ ਹੈ ਵੀ ਇੱਕ ਪਰਿਵਾਰ ਆ ਮਜ਼ਦੂਰ ਪਰਿਵਾਰ ਆ ਜਦੋਂ ਬੰਦਾ ਦੁਪਹਿਰੇ ਰੋਟੀ ਖਾਣ ਆਉਂਦਾ ਘਰੇ ਠੀਕ ਠਾਕ ਆ ਸਾਰਾ ਕੁਝ ਠੀਕ ਆ ਰੋਟੀ ਪਣੀ ਖਾ ਕੇ ਜਾਂਦਾ ਜਦੋਂ ਉਹ ਦੁਪਹਿਰੇ ਰੋਟੀ ਪਣੀ ਖਾ ਕੇ ਫਿਰ ਖੇਤ ਜਾਂਦਾ ਗਰਮੀ ਦਾ ਮਹੀਨਾ ਸੀ ਖੇਤ ਗਏ ਦੇ ਕੱਪੜੇ ਮੱਚ ਜਾਂਦੇ ਘਰੇ ਠੀਕ ਠਾਕ ਜਦੋਂ ਪੜਤਾਲ ਕੀਤੀ ਕੋਈ ਕਾਰਨ ਨਾ ਲੱਭੇ ਖੇਤ ਗਏ ਦੇ ਕੱਪੜੇ ਮੱਚ ਗਏ ਇਹਦਾ ਮਤਲਬ ਸਿੱਧਾ ਹੀ ਹੋਊ ਵੀ ਖੇਤ ਕਿਸੇ ਨੇ ਕੋਈ ਇਹੋ ਜੀ ਗੱਲ ਕੀਤੀ ਪੜਤਾਲ ਕਰਦੇ ਕਰਦੇ ਹੋਰ ਬਹੁਤ ਆਪਾਂ ਕਹਿ ਸਕਦੇ ਹੁੰਦੇ ਆ ਕਿ ਸਾਈਡਾ ਤੋਂ ਕੇਸ ਨੂੰ ਸਟਡੀ ਕਰਨਾ ਪੈਂਦਾ ਕੀ ਹੋ ਸਕਦਾ ਕਿੱਥੇ ਹੋ ਸਕਦਾ ਕੁਛ ਘਟਨਾਵੇਂ ਇਹੋ ਜਿਹੀ ਨਿਕਲ ਜਾਈਏ ਕਿ ਬੈੱਡ ਤੇ ਅੱਗ ਲੱਗੀ ਹੈ ਕਰਦੇ ਕਰਦੇ ਟੈਲੀ ਹੁੰਦੇ ਹੁੰਦੇ ਇਹ ਹੋਇਆ ਕਿ ਅਸਲ ਦੋਸ਼ੀ ਮਿਲ ਗਿਆ ਕਹਿ ਲਓ ਅੱਛਾ ਮੈਂ ਅਸਲ ਦੋਸ਼ੀ ਅਸੀਂ ਉਹਨੂੰ ਉਸ ਰੂਪ ਜ ਨਹੀਂ ਇਹਨੂੰ ਪੁੱਠੇ ਕੰਮਾਂ ਦੀ ਮੰਨ ਕੇ ਚੱਲਾਂਗੇ ਕਿ ਅਸਲ ਦੋਸ਼ੀ ਤੁਸੀਂ ਮੰਨਦੇ ਹੋ ਹਾਲਾਤ ਜਿਹਦੇ ਚ ਬੰਦੇ ਨੇ ਇਹ ਕੰਮ ਕਰਿਆ ਜਦੋਂ ਮਿਲ ਗਿਆ ਅਸੀਂ ਅਖੇ ਵੀ ਇਹ ਕੀ ਚੱਕਰ ਕੀ ਹੈ ਉੱਥੇ ਆ ਕੇ ਅੱਗ ਲੱਗੀ ਮਦੁਰ ਜਿਹੜਾ ਉਹਦੇ ਕਮੀਜ਼ ਪਾਇਆ ਹੋਇਆ ਐ ਜਿਵੇਂ ਥੱਲੇ ਨੂੰ ਅੱਗ ਲੱਗੀ ਤਾਂ ਪਲਾਸਟਿਕ ਉਹ ਪਿਗਲ ਕੇ ਥੱਲੇ ਐ ਉਹਦੀਆਂ ਬੁਰਕੀਆਂ ਡਿੱਗ ਗਈਆਂ ਥੱਲੇ ਫਿਰ ਜਿਹੜੀ ਅਖੀਰਲਾ ਜਿਹੜਾ ਉਹਦਾ ਨਿਕਲਿਆ ਕਾਰਨ ਜਿੱਥੇ ਆਪਾਂ ਜਿੱਥੇ ਜਿੱਥੋਂ ਤੱਕ ਸੁਸਾਇਟੀ ਨਹੀਂ ਜਾਣਾ ਹੁੰਦਾ ਤਾਂ ਕੀ ਸੀ ਵੀ ਮੋਬਾਈਲ ਬੰਨੇ ਉਹਦੀ ਬੈਟਰੀ ਮੋਬਾਈਲ ਨਾਲ ਜੁੜੀ ਹੋਈ ਗੱਲ ਸੀ ਜਿਹੜੀ ਉਹਦੇ ਚ ਬੈਟਰੀ ਸੀ ਉਹ ਚੈਸਡ ਹੁੰਦਾ ਉਹਦਾ ਸਾਰਾ ਉਹ ਐਸਡ ਜਿਹੜੀ ਉਹ ਮਲਾਈ ਜੀ ਕਹਿ ਲੋ ਜਿਵੇਂ ਸੈੱਲ ਚ ਡਰਾਈ ਸੈੱਲ ਜਿਹੜਾ ਹੁੰਦਾ ਬੈਟਰੀ ਵਾਲਾ ਸੈੱਲ ਉਹ ਚ ਮਲਾਈ ਟਾਈਪ ਜਿਹਾ ਹੁੰਦਾ ਅਗਾੜਾ ਜ ਉਹ ਉਹਨੂੰ ਲਾਤਾ ਤੇ ਜਦੋਂ ਉਹਨੂੰ ਪਾਣੀ ਮਿਲਿਆ ਜਾ ਕੇ ਮੁੜਕਾ ਆਇਆ ਉਹਦੇ ਸਰੀਰ ਨੂੰ ਤੇ ਉਹ ਮੁੜਕੇ ਦੇ ਨਾਲ ਕੀ ਹੋਇਆ ਉਹਦਾ ਜਿਹੜਾ ਅਸਰ ਸੀਗਾ ਉਹ ਉਹ ਆ ਥੱਲੇ ਦੇ ਹੋ ਗਿਆ। ਆਈ ਇੱਕ ਬੜਾ ਹੋਰ ਇੰਟਰਸਟਿੰਗ ਕੇਸ ਹੋਇਆ। ਉਹ ਸੀਗਾ ਕਿ ਅ ਕਾਰਨ ਬਈਨ ਬਾਲੀਆਂ ਚੀਜ਼ਾਂ ਜ ਕੋ ਸਪੈ ਜਾਣਾ। ਪਹਿਲਾਂ ਤਾਂ ਇਹ ਹੁੰਦਾ ਥੋੜਾ ਮੋਟਾ ਮਿੱਟੀ ਪੈ ਗਈ ਹੋਰ ਹੋ ਗਿਆ। ਫਿਰ ਇਹ ਹੋਗਾ ਕਿ ਆਟੇ ਦਾ ਜਿਹੜਾ ਰੰਗ ਸੀ ਉਹ ਨੀਲਾ ਹੋਣ ਲੱਗ ਗਿਆ। ਜਦੋਂ ਆਟਾ ਗੁੰਨਿਆ ਕਰਨ ਦਾ ਸੁਨੀਲਾ ਹੌਲੀ ਹੌਲੀ ਸਥਿਤੀ ਇਹ ਬਣ ਗਈ ਕਿ ਗੋਣੀਆਂ ਰੋਟੀ ਬਣ ਕੇ ਆਉਣ ਲੱਗ ਗਈ। ਅੱਛਾ ਕਿਉਂਕਿ ਘਰੇ ਲਿਆ ਕੇ ਤੇ ਗੋਣੀਆਂ ਇਹ ਘਰੋਂ ਲਿਆ ਕੇ ਗੁੰਦੇ ਸੀ ਫਿਰ ਵੀ ਨੀਲਾ। ਘਰ ਦਾ ਤਾਂ ਉਨੇ ਹੀ ਨੀਲਾ ਚਲੋ ਮੈਂ ਸਾਡਾ ਇੱਕ ਨਵਾਂ ਮੈਂਬਰ ਸੀਗਾ ਉਸ ਪਿੰਡ ਚ ਮੁਲਾਜ਼ਮ ਮੈਂ ਉਹਨੂੰ ਆਖਿਆ ਮੈਂ ਵੀ ਇਸ ਤਰ੍ਹਾਂ ਕਰਕੇ ਉਥੋਂ ਕੇਸ ਆਇਆ ਤੂੰ ਦੇਖਈ ਉਹ ਕਹਿੰਦਾ ਠੀਕ ਐ ਉਹ ਗਿਆ ਦੇਖਿਆ ਉਹਨੇ ਘਰ ਦਾ ਆਟਾ ਬਰਾਂਚ ਪਾ ਕੇ ਗੁੰਨਿਆ ਨੀਲਾ ਹੋ ਗਿਆ ਉਹ ਕਹਿੰਦਾ ਵੀ ਗਵੰਡੀਆਂ ਦੇ ਆਟਾ ਲਿਓ ਨਾ ਆਟਾ ਸੱਚ ਗਵੰਡੀ ਉਹ ਹੀ ਲਿਆਇਆ ਜਾ ਕੇ ਉਹਨੇ ਜਦੋਂ ਆਟਾ ਲੈ ਕੇ ਉਹਨੂੰ ਦਿੱਤਾ ਜਦੋਂ ਉਹ ਗੁੰਨਿਆ ਫੇਰ ਨੀਲਾ ਹੋ ਗਿਆ ਅੱਛਾ ਉਹ ਕਦ ਜਾਈਏ ਹੋਗੇ ਮੈਂ ਇਹ ਵੀ ਕੰਮ ਤਾਂ ਕੱਚਾ ਰਹਿ ਗਿਆ ਕੋਈ ਗੱਲ ਨਹੀਂ ਦੇਖਾਂਗੇ ਕਿਉਂਕਿ ਵਿਗਿਆਨ ਨਹੀਂ ਤਾਂ ਕਹਿੰਦਾ ਇਹ ਵਿਗਿਆਨ ਤਾਂ ਕਹਿੰਦਾ ਪਨੀਲਾ ਰੰਗ ਪਾਏ ਤੋਂ ਬਿਨਾ ਕੁਝ ਵੀ ਨੀਲਾ ਨਹੀਂ ਹੋ ਸਕਦਾ ਅਸੀਂ ਦੋ ਤਿੰਨ ਦਿਨਾਂ ਦਾ ਗੈਪ ਜਦੇ ਕੇ ਚਲੇਗੇ ਜਾ ਕੇ ਦੇਖਿਆ ਅਸੀਂ ਵੀ ਘਰ ਦੇ ਵਿੱਚ ਆਟਾ ਪਿਆ ਪੀਠਾ ਹੋਇਆ ਪੁਰਾਣੀਆਂ ਥੋੜੀ ਜੀ ਗੱਲ ਹੁਣ ਤਾਂ ਚਿੱਟੇ ਜੇ ਗੱਟੇ ਹੋਗੇ ਉਦੋਂ ਖੰਡ ਵਾਲੀਆਂ ਬੋਰੀਆਂ ਜੀ ਹੁੰਦਾ ਹੁੰਦਾ ਵੱਡੀ ਬੋਰੀ ਜੜੀ ਹੂੰ ਮੈਨੂੰ ਲੱਗਿਆ ਵੀ ਜੇ ਨੀਲਾ ਰੰਗ ਵੀ ਘਰ ਵਾਲੇ ਆٹے 'ਚ ਰਲਿਆ ਹੋਇਆ ਤਾਂ ਘਟੂ ਘਟ ਥੱਲੇ ਨਹੀਂ ਹੋ। ਮੈਂ ਉਹ ਬੋਰੀ ਸੀ ਜਿਹੜੀ ਉਹਦੇ 'ਚ ਡੂੰਘਾ ਹੱਥ ਪਾਇਆ ਇਹ मुट्ठी ਭਰ ਕੇ ਕੱਢ ਲਿਆ ਆਟਾ ਪਾਣੀ ਪਾਇਆ ਕੁਛ ਨਹੀਂ। ਸਮਝ ਲਾਗੀਗਾ। ਸਮਝ ਆਈ ਤੋ ਬਾਬਾ ਉਹ ਜਿਹਨੇ ਜਿਹੜਾ ਆਟੇ ਨੂੰ ਨੀਲਾ ਕਰ ਰਿਹਾ ਸੀ ਉਹ ਜਿਸ ਨੂੰ ਦੱਸਿਆ ਕਿ ਕਈ ਪਾਸਿਆਂ ਤੋਂ ਪੜਤਾਲ ਕੀਤੀ ਜਾਂਦੀ ਆ ਉਹ ਵੀ ਮਿਲ ਗਿਆ। ਪਤਾਲ ਮਿਲਣ ਤੋਂ ਬਾਅਦ ਇਹੀ ਜਿਵੇਂ ਐਸਿਡ ਵਾਲੀ ਗੱਲ ਸਾਨੂੰ ਸੁਣਾਈ ਹੈ ਮੈਂ ਪੁੱਛਿਆ ਪਰ ਆਟਾ ਤਾਂ ਨੀਲਾ ਹੁੰਦਾ ਸੀ ਆਟਾ ਗੁਆਣੀਆਂ ਦੇੋਂ ਲਿਆਂਦਾ ਲਿਆਂਦਾ ਵੀ ਸਾਡੇ ਬੰਦੇ ਨੇ ਵੀ ਇਹ ਕਰਾਮਾਤ ਕਿਵੇਂ ਹੋ ਗਈ ਚਲੋ ਵਿਸ਼ਵਾਸ ਚ ਲੈਣਾ ਪੈਂਦਾ ਸਾਰੀ ਗੱਲ ਜਦੋਂ ਉਹਨੂੰ ਵਿਸ਼ਵਾਸ ਚ ਲੈ ਗਈ ਕਿਉਂਕਿ ਉਹਦਾ ਮਸਲਾ ਵੀ ਹੱਲ ਕੀਤਾ ਹਾਂ ਉਹਨੂੰ ਦੱਸ ਵੀ ਦੇਈਦਾ ਵੀ ਪਾਈ ਇਹ ਗੱਲਾਂ ਦਾ ਸਾਨੂੰ ਪਤਾ ਹੁੰਦਾ ਉਹ ਕਹਿੰਦੀ ਕਿ ਜਦੋਂ ਗੁਆਣੀਆਂ ਦੇੋਂ ਆਟਾ ਲਿਆਂਦਾ ਆਟਾ ਲਿਆ ਕੇ ਪ੍ਰਾਂਤ ਚ ਪਾਤਾ ਇਹਨਾਂ ਨੂੰ ਐ ਸੀਗਾ ਵੀ ਭਾਈ ਪਾਣੀ ਚ ਡਾਕੋਸ ਹੋਵੇ ਪਾਣੀ ਦਾ ਜੱਗ ਲੈਣੇ ਆਪ ਚਲੇ ਜਿਹੜਾ ਬੰਦਾ ਆਪਣਾ ਮੈਂਬਰ ਸੀ ਮੈਂ ਕਿਹਾ ਫੇਰ ਕਹਿੰਦੇ ਮੈਂ ਘਰ ਵਾਲੇ ਚ ਆਟੇ ਚ ਮੂਠੀ ਘੱਟ ਆ ਉਹਦੇ ਚ ਤੇ ਹੋਰ ਸੜਦਾ ਚੀਜ਼ ਚ ਪਹਿਲਾਂ ਨੀਲੀ ਸ਼ਾਈ ਦੀਆਂ ਟਿੱਕੀਆਂ ਕੁੱਟ ਕੇ ਰਲਾਈਆਂ ਹੋਈਆਂ ਅੱਛਾ ਸੋ ਕਹਿਣ ਦਾ ਮਤਲਬ ਇਹ ਇੱਕੋ ਹੀ ਆ ਕਿ ਅ ਜਦੋਂ ਵੀ ਕੁਝ ਵਾਪਰਦਾ ਕਿਤੇ ਉਹ ਟੈਕਨੀਕਲੀ ਵਿਗਿਆਨਕ ਤੌਰ ਤੇ ਸਹੀ ਹੁੰਦਾ ਹਾਂ ਹਾਂ ਉਹ ਜੁੜ ਜਾਂਦਾ ਕਿਸੇ ਨਾ ਕਿਸੇ ਪਾਸੇ ਇਹਦੇ ਪਿੱਛੇ ਕੋਈ ਮੰਗ ਹੁੰਦੀ ਹੈ ਜਾਂ ਕੋਈ ਦਬਿਆ ਚੀ ਚਾਰ ਨਾ ਕੀ ਹੁੰਦਾ ਵੀ ਕਾਰਨ ਕਈ ਤਰ੍ਹਾਂ ਦੇ ਹੋਰ ਇਹਦੇ ਨਾਲ ਜੁੜਮਾ ਆਪਾਂ ਜੀ ਸੋਚਦੇ ਆ ਉੱਜ ਬਲਖਣ ਦਾ ਸੀ ਥੋੜੀ ਜੀ ਕਾਰਨ ਤਾਂ ਦੇਖੋ ਜਿਵੇਂ ਮੈਂ ਆਪਣੀ ਪਹਿਲਾਂ ਚਲਦੀ ਗੱਲ ਚ ਇਹ ਸੀ ਕਿ ਇਹ ਜਿਹੜਾ ਸਾਡਾ ਮਨ ਨਾ ਅਰਧ ਚੇਤਨ ਮਨ ਸਭ ਕੌਨਸੀ ਸਮਾਂ ਇਹ ਆਪਦੀਆਂ ਸਮੱਸਿਆਵਾਂ ਬੰਦੇ ਹੱਲ ਸੋਚਦਾ ਹੂੰ ਹੱਲ ਜ਼ਰੂਰੀ ਨਹੀਂ ਕਿ ਉਹ ਸਹੀ ਸੋਚ ਲੈ ਸਹੀ ਹੈ ਜਿਵੇਂ ਬੇਲਾ ਮਹਸਤਾਨ ਦੇ ਘਰ ਕੇ ਮੰਨ ਲਓ ਇੱਕ ਕਿਸਤ ਹੋਰ ਸੌਖਾ ਸਮਝ ਆ ਜਾਊਗਾ ਹਾਂ ਇੱਕ ਘਰੇ ਕੀ ਹੁੰਦਾ ਰੋੜੇ ਵਜਦੇ ਆ ਲਗਾਤਾਰ ਵਜਦੇ ਜਦੋਂ ਦਿਨ ਛਿਪ ਗਿਆ ਰੋੜੇ ਹੁੰਦਾ ਕੀ ਆ ਭਾਈ ਘਰ ਦੇ ਜਿਹੜੇ ਮੈਂਬਰ ਉਹ ਫਿਰ ਭਈ ਉਹ ਲੈ ਕੇ ਆਉਂਦੇ ਡਾਂਗਾ ਸੋਟੀਆਂ ਪੈਰਾ ਲਾ ਲੈਂਦੇ ਆ ਤੇ ਰੋੜਾ ਨਹੀਂ ਵਜਦਾ ਪਰ ਬਿਜਲੀ ਫੇਰ ਵੱਜ ਜਾਂਦੇ ਆ ਜਦੋਂ ਪਹਿਰਾ ਨਹੀਂ ਲੱਗਿਆ ਹੁੰਦਾ ਉਦੋਂ ਵੱਜ ਜਾਂਦੇ ਆ ਜਦੋਂ ਉੱਥੇ ਜਾ ਕੇ ਪੜਤਾਲ ਕੀਤੀ ਉਸ ਪਰਿਵਾਰ ਦੇ ਅੰਦਰ ਤਿੰਨ ਮੇਲ ਮੈਂਬਰ ਆ ਪੁਰਸ਼ ਤਿੰਨ ਪੁਰਸ਼ ਆ ਬਜ਼ੁਰਗ ਕੋਈ 60 ਸਾਲ ਦਾ ਹੋਊ ਦੋ ਦੇ ਮੁੰਡੇ ਆ ਤਿੰਨਾਂ ਨੂੰ ਦਾਰੂ ਦਾ ਪੈਗ ਲਾਉਣ ਦੀ ਆਦਤ ਆ ਘੱਟ ਵੱਧ ਰੂਪ ਵਿੱਚ ਮੁੱਲ ਨਹੀਂ ਲੈਂਦੇ ਇਹ ਪਿੰਨਾਂ ਦਾ ਰਵਾਜ ਹੁੰਦਾ ਰੂੜੀ ਮਾਰਕਾ ਕਹਿ ਲੈਂਦੇ ਆ ਨਾ ਪੀਂਦੇ ਵੀ ਬਾਵਾ ਹੀ ਆ ਸੇਜਾ ਜਦੋਂ ਬਾਵਾ ਪੀਂਦੇ ਆ ਮਿੱਤਰਾਂ ਨਾਲ ਵੀ ਪੀਂਦੇ ਆ ਲੇਟ ਫੇਟ ਵੀ ਹੁੰਦੇ ਆ ਮੈਂ ਦੇਖਿਆ ਸਰਦੀ ਦੇ ਦਿਨ ਸੀ ਹੁਣ ਘਰ ਇਹ ਦੋਨੇ ਮੁੰਡੇ ਵੀ ਵਿਆਹੇ ਹੋਏ ਘਰ ਦੀਆਂ ਤਿੰਨੇ ਸੁਆਣੀਆਂ ਮੁੰਡਿਆਂ ਦੀਆਂ ਦੋਨਾਂ ਦੀਆਂ ਪਤਨੀਆਂ ਤੇ ਉਹਨਾਂ ਦੀ ਮਾਂ ਇਸ ਗੱਲ ਤੋਂ ਤਾਂ ਚਿੰਤਤੀ ਆ ਨਾ ਵੀ ਇਹ ਤਿੰਨੇ ਇਕੋ ਰਾ ਫੜੀ ਫਿਰਦੇ ਕੋਈ ਕਿਸੇ ਦੀ ਸੁਣਦਾ ਨਹੀਂ ਹੈ ਵੀ ਇਹ ਰੀ ਇਹਨਾਂ ਨੂੰ ਕਹਿ ਕੇ ਦੇਖ ਲਿਆ ਥਾ ਕਿ ਹੋਰ ਹੋਗੇ ਟਾਈਮ ਨਾ ਘਰੇ ਦੀ ਆਉਂਦੇ ਫਿਰ ਆਖਿਰ ਤਤੀ ਠੰਡੀ ਪਰਖਦੇ ਆ ਤੇ ਉਹ ਨੂੰਹਾਂ ਵੀ ਵਿਚਾਰੀਆਂ ਹੁਣ ਆਪ ਨੂੰ ਪਤਾ ਪਿੰਡੂ ਕਲਚਰ 'ਚ ਆਪਣੇ ਸਮਾਜ 'ਚ ਔਰਤ ਦੀ ਸਥਿਤੀ ਕੀ ਹੈ ਉਹ ਕੁਝ ਕਹਿ ਤਾਂ ਸਕਦੀ ਨਹੀਂ ਜੇ ਕੋਹੂ ਦਾ ਫਿਰ ਜਿਹੜਾ ਬੰਦਾ ਆਪਾਂ ਪੀਂਦਾ ਫਿਰ ਕੜਕਾ ਦੜਕਾ ਹੋ ਜਾਂਦਾ ਹੋਇਆ ਕੀ ਬੇਬੇ ਦੇ ਮਨ 'ਚ ਉਹੀ ਅਫਗਾਨੀਸਿਮਾਈਂਡ ਨੇ ਆਪ ਦੀ ਸੋਚ ਸੋਚ ਲਈ ਵੀ ਤੂੰ ਦੇਖ ਤਾਂ 4 ਕਰੋੜੇ ਚਲਾ ਕੇ ਜਦੋਂ ਰੋਣੇ ਵੱਜਣ ਲੱਗ ਗਏ ਤਾਂ ਤਿੰਨੇ ਬੰਦੇ 7 ਵਜੇ ਦਿਨ ਛਿਪਦੇ ਨਾਲ ਰੋਟੀ ਖਾ ਕੇ ਪੈਰਾਂ ਲਾ ਕੇ ਛੁੱਟੀ ਲੈ ਕੇ ਆਲੇ-ਦਾਲੇ ਬਹਿ ਜਾਇਆ ਕਰਨ ਹੂੰ ਹੁਣ ਉਹਦਾ ਮਕਸਦ ਗਲਤ ਨਹੀਂ ਹੈ ਆ ਜਿਹੜੀ ਉਹ ਹੱਲ ਕਰਨਾ ਚਾਹੁੰਦੀ ਆ ਕਿ ਇਹ ਨਸ਼ਾ ਛੱਡਣ ਰੋੜੇ ਮਾਰਨਾ ਵੀ ਹੱਲ ਸਹੀ ਨਹੀਂ ਹੈ ਪਰ ਉਹਦੇ ਮਨ ਨੇ ਸੋਚ ਲਿਆ ਵੀ ਯਾਰ ਐਂ ਲੋਟ ਚੱਲੀ ਜਾਂਦਾ ਆਪਣੇ ਕੋਲੇ ਤਾਂ ਫਰوق ਘਰ ਦਾ ਬੰਦਾ ਇੱਕ ਮੁੰਡਿਆਂ ਜੋ ਵੱਡਾ ਮੁੰਡਾ ਆ ਕਹਿੰਦੇ ਸਾਡੇ ਤਾਂ ਐਂ ਰੋੜੇ ਵਜਦੇ ਮੈਂ ਵੀ ਫੇਰ ਰੋੜੇ ਵਜਦੇ ਆ ਅਸੀਂ ਗੋਂਡੀ ਮਾਰਦੇ ਮੈਂ ਇਹ ਗੋਂਡੀ ਮਾਰਦੇ ਅਸੀਂ ਤਾਂ ਨਹੀਂ ਕਰ ਸਕਦੇ ਥਾਣੇ ਵਾਲਾ ਕੇਸ ਕਹਿੰਦਾ ਜੀ ਫੇਰ ਤੁਸੀਂ ਕਿਵੇਂ ਹੱਲ ਕਰਦੇ ਆ ਮੈਂ ਕਿਹਾ ਵੀ ਹੱਲ ਤਾਂ ਅਸੀਂ ਐਂ ਹੀ ਕਰਦੇ ਆ ਵੀ ਮੈਂ ਤਾਂ ਅਸੀਂ ਤੇ ਇੱਥੋਂ ਮੰਨ ਕੇ ਚੱਲਾਂਗੇ ਵੀ ਰੋੜੇ ਮਾਰਦਾ ਤੂੰ ਅਸੀਂ ਕਢਾਂਗੇ ਪੜਤਾਲ ਤੂੰ ਸਾਡੀ ਪੜਤਾਲ ਚ ਨਿਕਲ ਜੀ ਮੈਂ ਇਹਦਾ ਨਹੀਂ ਕਹਿੰਦਾ ਮਾਰਦਾ ਮੈਂ ਕਿਹਾ ਇਹ ਤੂੰ ਅਸੀਂ ਤੈਨੂੰ ਸਬੂਤ ਦੇਵਾਂਗੇ ਤੂੰ ਨਿਕਲ ਜੀ ਕਹਿੰਦਾ ਜੀ ਠੀਕ ਹੈ ਚਲੋ ਪੜਤਾਲ ਕਰਦੇ ਆ ਕਰਦੇ ਆ ਅਸੀਂ ਜਦੋਂ ਘਰੇ ਗਏ ਸਾਰੇ ਹਾਲਾਤ ਦਾ ਸਾਨੂੰ ਪਤਾ ਲੱਗ ਗਿਆ ਮੈਂਬਰਾਂ ਨੂੰ ਪੁੱਛ ਕੇ ਵੀ ਨਸ਼ਾ ਨਸ਼ਾ ਦਾ ਕਾਰਨ ਉਹ ਬੇਬੇ ਨੂੰ ਅੱਡ ਬੁਲਾ ਕੇ ਅਸੀਂ ਲੱਭ ਲਿਆ ਵੀ ਯਾਰ ਇਹ ਕੰਮ ਦਾ ਬੇਪੇ ਦਾ ਬੇਬੇ ਨੂੰ ਜਦੋਂ ਬੁਲਾ ਕੇ ਪੁੱਛਿਆ ਵੀ ਮਾਦਾ ਤੁਹਾਡੇ ਘਰੇ ਨਸ਼ਾ ਬਹੁਤ ਉਹਨੇ ਆਪਣੇ ਪੁੱਤਾਂ ਲਈ ਵੀ ਦੇ ਪਤੀ ਲਈ ਤਾਂ ਚਲੋ ਸ਼ਬਦ ਤਿੱਖੇ ਬੋਲ ਹੀ ਦਿੰਦਾ ਹਨ ਇਹੇ ਜਿਹਾ ਬੋਲੇ ਤਾਂ ਕਹਿੰਦੀ ਵੱਡਣ ਵਾਲੇ ਆ ਤਨੇ ਮੈਂ ਵੀ ਜਿੱਦੇ ਦੇ ਰੋੜੇ ਵਾਜਦੇ ਆ ਫਿਰ ਨਸ਼ੇ ਦਾ ਕੀ ਹਾਲ ਆ ਉਹਦੇ ਦੇ ਤਾਂ ਠੀਕ ਆ ਤੇ ਨਹੀਂ ਠੀਕ ਆ ਛਾ ਜੇ ਮੈਂ ਵੀ ਸੋਡੇ ਘਰੋਂ ਨਸ਼ਾ ਬੰਦ ਹੋ ਜੇ ਫਿਰ ਵੀ ਰੋੜੇ ਵੱਜਣਗੇ ਨਾ ਫਿਰ ਰੋੜੇ ਕਦੇ ਵਾਸਤੇ ਵੱਜਣਗੇ ਉਹ ਵਿੱਚ ਉਹ ਭੋਲੀ ਵੀ ਆ ਨਾ ਉਹਨੂੰ ਨਹੀਂ ਪਤਾ ਕਿ ਮੇਰੇ ਸਵਾਲ ਪੁੱਛਣ ਦਾ ਮਕਸਦ ਕੀ ਹੈ ਚਲੋ ਗੱਲਬਾਤ ਕੀਤੀ ਸਾਰਿਆਂ ਨਾਲ ਸਮਝਾਇਆ ਉਹਨਾਂ ਨੂੰ ਦੇਖੋ ਅੱਜ ਮਤਲਬ ਸਾਡੀ ਆਰਥਿਕਤਾ ਸਾਡੇ ਘਰਾਂ ਦਾ ਜਿਹੜਾ ਸਾਡਾ ਮੂਹ ਪਿਆਰਾ ਉਹ ਸਾਰਾ ਨਸ਼ੇ ਕਰਕੇ ਜਿਹਦਾ ਖਤਮ ਹੋ ਰਿਹਾ ਤੇ ਤੁਹਾਡੇ ਘਰ ਦੀ ਵੀ ਇਹ ਜੀ ਸਥਿਤੀ ਹੈ ਅਸੀਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦਉਨੇ ਕਿ ਨਸ਼ੇ ਵਾਲੀ ਗੱਲ ਜਿਹੜੀ ਹੋਣੀ ਚਾਹੀਦੀ ਹੈ ਪੀਕੇ ਨਹੀਂ ਉਹਨਾ ਰੋੜਾ ਨਹੀਂ ਵਜਦਾ ਤੁਹਾਡੇ ਉਹ ਅਸਣ ਲਾਗੇ ਜਿਵੇਂ ਸਾਰਾ ਹੱਲ ਹੋ ਗਿਆ ਉਹਨੇ ਨੂੰ ਸਮਝਾਤਾ ਵੀ ਯਾਰ ਸਾਰਾ ਨੁਕਸਾਨ ਹੀ ਨੁਕਸਾਨ ਹੈ ਸਰ ਕਹਿੰਦੇ ਫਿਰ ਵਿਆਹ ਸ਼ਾਦੀ ਤੇ ਤਾਂ ਪੀ ਲੈ ਕਰੀ ਅਸੀਂ ਆਖੀ ਫਿਰ ਕੈਂ ਕਾ ਲੋ ਕਰੇ ਨਾ ਆਏ ਹੋਤੇ ਨਾਲੇ ਵਧਣਗੇ ਉਹ ਕਹਿੰਦੇ ਫਿਰ ਐ ਦਾ ਨਵੇਂ ਨੂਵੇਂ ਕੱਪੜੇ ਪਾ ਕੇ ਜਾਈਦਾ ਨਹੀਂ ਮੈਂ ਉੱਥੇ ਮੈਟ ਮੂਟ ਵਿਚੇ ਉੱਥੇ ਪੈ ਬੂ ਜਾਕਰ ਪੈਲਸ ਜੀ ਹਸਰ ਲਾਗੇ ਮੈਂ ਇਹ ਠੀਕ ਹੈ ਕੋਈ ਗੱਲ ਨਹੀਂ ਜੇ ਤੁਹਾਡਾ ਇਹ ਬੜਿਆ ਮੈਂ ਪਰ ਆ ਜਿਹੜਾ ਰੋਜ਼ ਵਾਲਾ ਕੰਮ ਆ ਨਾ ਇਹ ਤਾਂ ਕਿਵੇਂ ਵੀ ਨਹੀਂ ਪਹੁੰਗਦਾ ਸੋ ਹੁਣ ਇਹ ਤਾਂ ਆਪਾਂ ਸੋਚ ਸਕਦੇ ਇਹ ਇਸ ਕੇਸ ਵੇਚਨੀ ਆਪਾਂ ਸਾਰੇ ਕੇਸ ਦੇਖ ਸਕਦੇ ਕੋਈ ਨਾ ਕੋਈ ਮਕਸਦ ਹੈ ਕੋਈ ਨਾ ਕੋਈ ਮਕਸਦ ਹੈ ਹਾਂ ਦੂਜਾ ਪਾਸਾ ਵੀ ਆ ਇੱਕ ਜਿਹੜੀ ਗੱਲ ਆਪਾਂ ਹੋਰ ਸਾਰੇ ਆਪਣੇ ਜਿਹੜੇ ਇਸ ਵੇਲੇ ਦਰਸ਼ਕ ਆ ਉਹਨਾਂ ਦੇ ਧਿਆਨ ਚ ਲਿਆਦੀ ਇੱਕ ਇਹ ਸਤੋਂ ਵੱਖਰਾ ਆ ਵੱਖਰਾ ਕੀ ਆ ਕਿ ਇੱਕ ਘਰ ਦੇ ਵਿੱਚ ਮੁੰਡਾ ਵਿਆਹ ਆ ਹੂੰ ਉਹ ਗੈਰ ਆਮ ਦਾ ਰੀਣਾ ਵਿਆਹ ਹੋ ਗਿਆ ਵਧੀਆ ਢੰਗ ਨਾਲ ਤੇ ਵਿਆਹ ਤੋਂ ਦੂਜੇ ਜਾਂ ਤੀਜੇ ਦਿਨ ਜਿਵੇਂ ਇਹ ਦੇੜ ਲੈਣ ਆਉਂਦਾ ਮੁੰਡੇ ਦੀ ਪੋਸ਼ਾਕ ਆ ਜੀ ਆ ਮਾਮੇ ਦੇ ਆ ਜੀ ਆ ਭੂਆ ਦੇ ਆ ਫੁੱਫੜ ਦੇ ਆ ਹੋਰ ਆ ਮੁੰਡੇ ਦੀ ਪੋਸ਼ਾਕ ਵਾਲੇ ਕੱਪੜਿਆਂ ਚੋ ਸ਼ਰਟ ਜਿਹੜੀ ਰੈਡੀमेड ਸ਼ਰਟ ਥੀ ਉਹਦਾ ਉਹ ਲਡੂ ਡੱਬਾ ਗਾਇਬ ਹੋ ਗਿਆ ਚਲੋ ਇਹ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਥੋੜੇ ਚਿਰ ਬਾਅਦ ਹੋਰ ਸੂਟ ਗਾਇਬ ਹੋ ਗਿਆ ਜਿਹੜੇ ਸੂਟ ਅਣਸਿਉਂਤੇ ਹੁੰਦੇ ਸੀ ਉਹ ਗਾਇਬ ਹੋਈ ਗਏ ਫਿਰ ਸਿਉਂਤੇ ਹੋਏ ਸੂਟ ਵੀ ਗਾਇਬ ਇਹ ਚੱਲਦਾ ਰਿਹਾ ਸਿਲਸਲਾ ਫਿਰ ਮੋਬਾਈਲ ਗਾਇਬ ਹੋਣ ਲੱਗ ਗਈ ਫਿਰ ਪੈਸੇ ਗਾਇਬ ਹੋਣ ਲੱਗ ਗਏ ਇਹ ਸਿਲਸਲਾ 1 ਸਾਲ ਚੱਲਿਆ ਖੂ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਸੋਸਾਇਟੀ ਕੋਲੇ ਲੇਟ ਆਉਂਦਾ ਕੇਸ ਹੋਰੋਂ ਪਾਸੇ ਤੋਂ ਹੰਬ ਹੰਬ ਗਿਆ ਇਹ ਕੋਸ਼ਤ ਨੁਕਸਾਨ ਹੋਈ ਗਿਆ ਮੋਬਾਈਲ ਚੱਕਿਆ ਗਿਆ ਪੈਸੇ ਚੱਕੇ ਗਏ ਉਹਨਾਂ ਦੀ ਕੋਈ ਦੁਕਾਨ ਸੀਗੀ ਛੋਟੀ ਮੋਟੀ ਤੇ ਉਹ ਜਦੋਂ ਕਿਤੇ ਆਉਂਦੇ ਸਥਿਤੀ ਇਹ ਬਣ ਗਈ ਵੀ ਭਾਈ ਪੈਸੇ ਮੋਬਾਈਲ ਕੋਈ ਵੀ ਚੀਜ਼ ਘਰੇ ਨਹੀਂ ਲਿਓਣੀ ਗਏ ਪੜਤਾਲ ਕੀਤੀ ਪੜਤਾਲ ਦੇ ਵਿੱਚ ਉਹਦੇ ਤਾਂ ਮੋਟੀ ਨਿਗਾਹ ਨਾ ਦੇਖਦੇ ਸੀ ਤਾਂ ਇੱਕੋ ਹੀ ਗੱਲ ਸੀ ਵੀ ਭਾਈ ਪਰਿਵਾਰ ਵਧੀਆ ਵਸਦਾ ਸੀ ਵਿਆਹ ਤੋਂ ਪਹਿਲਾਂ ਜਿੱਦੇ ਦਾ ਵਿਆਹ ਕੀਤਾ ਉਦਦੇ ਦਾ ਹੀ ਹੋਇਆ ਸਾਰਾ ਕੁਝ ਤੇ ਗੱਲ ਸਾਫ਼ ਹੀ ਹੋ ਜੂ ਯਾਰ ਜਿਹੜਾ ਨਵਾਂ ਜੀ ਆਇਆ ਇਹਦਾ ਮਤਲਬ ਉਹ ਠੀਕ ਦੀ ਬਹੁਤ ਜ਼ੋਰ ਲਾਇਆ ਜਿੰਨੇ ਇੱਕ ਮਨੋਵਿਗਿਆਨਕ ਤਰੀਕੇ ਆ ਮਨ ਆਉਣ ਦੇ ਉਸ ਘਰ ਦੇ ਵਿੱਚ ਨਵੀਂ ਆਈ ਨੂ ਰਾਣੀ ਨੂੰ ਕਹਿ ਲੋ ਲੜਕੀ ਨੂੰ ਕਹਿ ਲੋ ਆਪਦੇ ਢੰਗ ਤਰੀਕੇ ਨਾਲ ਵੀ ਯਾਰ ਇਹਦੇ ਹੀ ਰਾਹੀਂ ਪਰ ਦੂਜਾ ਢੰਗ ਤਰੀਕਾ ਵੀ ਮਤਲਬ 40 ਸਾਲ ਦੇ ਤਜਰਬੇ ਵਿੱਚ ਆ ਗਿਆ ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ ਵੀ ਪਤਾ ਲੱਗ ਜਾਂਦਾ ਜੇ ਆਪਾਂ 100% ਨਾ ਕੀ ਇਹ ਤਾਂ 90 95% ਪਤਾ ਲੱਗਦਾ ਕੋਲ ਸਣਿਆਂ ਵੀ ਤਿਆਰ ਹੋ ਜਾਂਦਾ ਤਿਆਰ ਹੋ ਬੋ ਜਾਂਦਾ ਤੇ ਯਾਰ ਮੇ ਤੁ ਤੋ ਤਿੰਨ ਗੱਲਾਂ ਚ ਲੱਗਾ ਕਿ ਯਾਰ ਇਹ નિર્ਦੋਸ਼ ਅਪਸ਼ ਗਲਤ ਕਰੀ ਜਾਂਦੇ ਇਹਨੂੰ ਛਾ ਕੇ ਤੇ ਰਹ ਜਾਂਦਾ ਬੰਦਾ ਵੀ ਹੋਰ ਬੰਦਾ ਹੋਰ ਹਮ ਇੱਕ ਘਟਨਾ ਉਹਨੇ ਦੱਸੀ ਕਹਿੰਦੀ ਵੀ ਫਲਾਣੇ ਦਿਨ ਜਿਹੜਾ ਆ ਸੂਟ ਗਾਇਬ ਹੋਇਆ ਉਦੋਂ ਮੈਂ ਇੱਥੇ ਹੀ ਨਹੀਂ ਸੀ ਆਹ ਇੱਕ ਹਫਤਾ ਮੈਂ ਹੈ ਨਹੀਂ ਸੀ ਉਹ ਮੇਰੇ ਮਗਰੋਂ ਹੋਇਆ ਸਾਨੂੰ ਵੀ ਐ ਸੀ ਵੀ ਯਾਰ ਦੇਖਿਆ ਮਗਰੋਂ ਹੋਊਗਾ ਹੋ ਸਕਦਾ ਪਹਿਲਾਂ ਦਾ ਗਾਇਬ ਹੋਵੇ ਅਸੀਂ ਘਰ ਦੇ ਇਕੱਲੇ ਇਕੱਲੇ ਮੈਂਬਰ ਤੋਂ ਵੈਰੀਫਾਈ ਕੀਤਾ ਕਿ ਹੁਣ ਕਰਦਿਆਂ ਨੂੰ ਵੀ ਇੰਨੀ ਗੱਲ ਤਾਂ ਨਹੀਂ ਸੀ ਪਤਾ ਕਿ ਇਹ ਇਹ ਵੈਰੀਫਾਈ ਕਰਨ ਦਾ ਮਕਸਦ ਕੀ ਹੈ ਤਾਂ ਸਾਨੂੰ ਤਿੰਨ ਮੈਂਬਰਾਂ ਨੇ ਤਸਦੀਕ ਕਰਤਾ ਇਹ ਕਿ ਹਾਂ ਸੀਗਾ ਤਾਂ ਉਦੋਂ ਵਾਤਾ ਪਾਇਆ ਇਹ ਸੂਟ ਪਾਇਆ ਉਸ ਦਿਨ ਤੋਂ ਵਾਸਿਓ ਉਦੋਂ ਵਾਤੇ ਸੂਟ ਪਾਇਆ ਧੋ ਕੇ ਸਵਾਰ ਕੇ ਪ੍ਰੈਸ ਕਰਕੇ ਰੱਖਿਆ ਸੀ ਅਲਮਾਰੀ ਚ ਉਦੋਂ ਵਤ ਗਾਇਬ ਹੋਇਆ ਜਿਹਦੇ ਤੇ ਸਾਨੂੰ ਦੂਜੇ ਨੰਬਰ ਦੀ ਸ਼ੱਕ ਸੀ ਜਦੋਂ ਉਹਨੇ ਵੀ ਤਸਦੀਕ ਕਰਤਾ ਫਿਰ ਸਾਨੂੰ ਲੱਗਿਆ ਕਿ ਆ ਗਈ ਸਾਫ਼ ਚ ਗੱਲ ਹੂੰ ਇੱਕ ਹੋਰ ਜਿਹੜੀ ਵੱਡੀ ਗੱਲ ਵਾਪਰਦੀ ਸੀ ਦਰਵਾਜ਼ਾ ਖੜਕਦਾ ਸੀ ਲੋਹੇ ਦਾ ਗੇਟ ਸੀ ਉਹਨਾਂ ਦਾ ਦਿਨੇ ਦਰਵਾਜ਼ਾ ਖੜਕ ਜਾਂਦਾ ਸੀ ਜਦੋਂ ਪਾਸੇ ਦੀ ਪੌੜੀਆਂ ਚੜ ਕੇ ਕੰਧ ਤੋਂ ਦੀ ਦੇਖਦੇ ਸੀ ਉੱਥੇ ਕੋਈ ਨਹੀਂ ਸੀ ਇਸ ਗੱਲ ਨੇ ਹੋਰ ਭੂਤਾਂ ਪਰੇਤਾਂ ਵਾਲੇ ਪਾਸੇ ਨੂੰ ਪਾਤੀ ਪਰ ਇੱਕ ਗੱਲ ਇਹ ਵੀ ਵੈਰੀਫਾਈ ਹੋ ਗਈ ਕਿ ਦਰਵਾਜ਼ਾ ਖੜਕਦਾ ਉਸ ਦਿਨ ਹੀ ਆ ਜਿਸ ਦਿਨ ਉਹ ਹੀ ਨੂੰ ਘਰੇ ਕੱਲੀ ਹੋਵੇ ਖੜਕਦਾ ਉੱਤੇ ਫਿਰ ਕੀ ਹੋਇਆ ਇੱਕ ਵਾਰੀ ਹੋਰ ਇੱਕ ਸਿੰਬਲ ਮਿਲ ਗਿਆ ਵੀ ਘਰੇ ਕੋਈ ਛੋਟਾ ਜਿਹਾ ਡੋਲੂ ਪ੍ਰਸ਼ਾਦ ਦਾ ਭਰਿਆ ਵੇ ਬਣਾ ਕੇ ਫੜਾ ਗਿਆ ਤੇ ਇਹ ਕਹਿ ਗਿਆ ਮੈਂ ਫਲਾਣਿਆਂ ਦੇੋਂ ਆਇਆ ਭਾਈ ਉਹਨਾਂ ਨੇ ਭਿਜ ਆ ਗਿਆ ਫੜਾ ਗਿਆ ਜਦੋਂ ਉਹਨਾਂ ਨੇ ਪਤਾ ਕੀਤਾ ਉਹ ਕਹਿੰਦੇ ਰਿਸ਼ਤੇ ਦਾ ਨਾ ਬਣਾਇਆ ਪ੍ਰਸ਼ਾਦ ਨਾ ਸਾਡੇ ਕੋਲ ਲੈ ਕੇ ਗਏ ਪਰ ਜਦੋਂ ਅਸੀਂ ਵੈਰੀਫਾਈ ਕਰਦੇ ਕਰਦੇ ਉਸ ਦਿਨ ਵੀ ਨੂਹ ਗੱਲੀ ਸੀ ਸਾਰੀਆਂ ਗੱਲਾਂ ਬਾਤਾਂ ਜੋ ਕਰਦੇ 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 ਨਿਕਲੇ ਆਇਆ ਕਿ ਉਸ ਲੜਕੀ ਕਹ ਲੋ ਨੂਹ ਗੱਲ ਉਹਦੀ ਸੱਸ ਜ਼ਿੰਮੇਵਾਰ ਸੀ ਨੱਚਾ ਇੱਕ ਹੋਰ ਜਿਹੜੀ ਵੱਡੀ ਗੱਲ ਸੀ ਉਸ ਦਿਨ ਕੋਈ ਕਰੂਏ ਦਾ ਜਾਂ ਕੋਈ ਵਰਤਾ ਨਾ ਜੁੜਿਆ ਕੋਈ ਤਿਹਾਰ ਸੀਗਾ ਉਸ ਦਿਨ ਚੇਤਨਸ ਸੀ ਗਏ ਉਹ ਕਹਿੰਦੇ ਵੀ ਲੜਕੀ ਨੇ ਦੱਸਿਆ ਫਾਦਰ ਦੀ ਉਹਦੇ ਦੀ ਡੈਥ ਹੋਈ ਹੋਈ ਸੀ ਕਹਿੰਦੇ ਮੇਰੀ ਮਾਂ ਆਈ ਸੀ ਆ ਇੱਕ ਸੂਟ ਤੇ ਆ ਇੱਕ ਮਠਿਆਈ ਦਾ ਡੱਬਾ ਲਈ ਸੀ ਕਹਿੰਦੇ ਉਹਦੇ ਉਹਦੀ ਮੇਰੀ ਸੱਸ ਔਖੀ ਹੋਈ ਪਈ ਅੰਦੀ ਬਾਨੇ ਮੈਨੂੰ ਕੋਸਨੋ ਜਦੋਂ ਦੀ ਉਹ ਗਈ ਹੈ ਜਾਨੀ ਤੇ ਕਿ ਮੁਰਗੀ ਉਹ ਵਿਚਾਰੀ ਵਿਧਵਾ ਔਰਤਾ ਕਿੰਨਾ ਚਿਰ ਕੱਟ ਸਕਦੀ ਹੈ ਅਗਲੇ ਨੂੰ ਘਰੇ ਵੀ ਜਾ ਗਿਆ ਆਪਦੀ ਗੋਈ ਲਾ। ਸਾਨੂੰ ਉਹਦੇ ਜੋ ਵੀ ਥੋੜਾ ਥੋੜਾ ਐਮ ਬਣ ਗਿਆ ਵੀ ਯਾਰ ਉਹ ਇਸ ਵਿਆਹ ਤੋਂ ਨਾ ਖੁਸ਼ ਹੈ। ਨਾ ਖੁਸ਼। ਫੋਲ ਆਫਲੀ ਕੀਤੀ ਸਾਰੀਆਂ ਗੱਲਾਂ ਵਿਖਰ ਗਿਆ ਨਾ ਖੁਸ਼ ਵਾਲੀ ਗੱਲ ਨਹੀਂ ਸੀ। ਅਸੀਂ ਆਖੀ ਨਾ ਖੁਸ਼ੀ ਵਾਲੀ ਕੀ ਗੱਲ ਆ। ਨਾ ਬਚੋਲਾ ਤਾਂ ਕਹਿੰਦਾ ਸੀ ਆਹ ਦੇਵਾ ਦੂੰ ਆਹ ਦਵਾ ਦੂੰ ਇਹ ਤਾਂ ਕੁਝ ਵੀ ਨਹੀਂ ਹੈ। ਮਦਰਾਪਾ ਸਮਾਜਿਕ ਹਾਲਤ ਦੇ ਹਿਸਾਬ ਨਾਲ ਸੋਚ ਹੀ ਸਕਦੇ ਆ ਨਾ ਇੱਕ ਵਿਧਵਾ ਔਰਤ ਕੀ ਕਰ ਕਿੰਨਾ ਕੁ ਕਰ ਸਕਦੀ ਹੈ ਇੱਕ ਆਮ ਪਰਿਵਾਰ ਦੀ ਕੁਝ ਆਪਾਂ ਕਹਿੰਦੇ ਲੋਅਰ ਮੀਡਲ ਵਰਗ ਦੀ ਠੀਕ ਹੈ ਨੀਵੇਂ ਮੱਧ ਵਰਗੀ ਪਰਿਵਾਰ ਦੀ ਤੇ ਸਾਰੀਆਂ ਗੱਲਾਂ ਚੋਂ ਫਿਰ ਜਦੋਂ ਉਹਨੂੰ ਸਾਰੀਆਂ ਗੱਲਾਂ ਦੱਸਤਾ ਵੀ ਸਾਨੂੰ ਪਤਾ ਤਾਂ ਪਹਿਲਾਂ ਹੀ ਸੀ ਵੀ ਆਈ ਹੈ ਗਣੀ ਹੁਣ ਜੇ ਇਹ ਤੋਂ ਬਾਅਦ ਹੋ ਗਈ ਨਾ ਫਿਰ ਪੰਚਾਇਤ ਇਕੱਠੀ ਹੋ ਕਿਉਂਕਿ ਕੁਝ ਕੇਸਾਂ 'ਚ ਫਿਰ ਥੋੜਾ ਡਰ ਵੀ ਦੇਣਾ ਦੇਣਾ ਤੇ ਨਾਲੇ ਕਹਿੰਦਾ ਵੀ ਜੇ ਇਹਨੂੰ ਇਹਦੋ ਵੱਧ ਪ੍ਰੋਬਲਮ ਆ ਗਈ ਇਸ ਘਰ 'ਚ ਤੇ ਅਸੀਂ ਇਹ ਗੱਲ ਪੰਚਾਇਤੀ ਤੌਰ ਤੇ ਦੱਸ ਦਾਂਗੇ ਸਾਰੀ ਜੋ ਅੱਜ ਤੱਕ ਹੋਇਆ। ਉਹ ਫਿਰ ਤਾਂ ਐ ਹੁੰਦਾ ਮਨਿੰਦਰਜੀਤ ਦੇਖਿਆ ਜਿਵੇਂ ਐ ਨਹੀਂ ਹੁੰਦਾ ਪੁਲਿਸ ਵਾਲੇ ਚੋਰ ਫੜ ਲੈਂਦੇ ਤੇ ਉਹ ਪੈਰੀਂ ਡੇ ਦਾ ਬਖਸ਼ ਦੋ। ਕੁੱਤੇ ਗੰਗਾ ਆਉਂਦੀ ਹੈ ਵਰਤਾਂ। ਫਿਰ ਤਾਂ ਹੀ ਹੁੰਦਾ ਜੀ ਨਾ ਕਿਵੇਂ ਵੀ ਇਹ ਗੱਲ ਬਾਹਰ ਨਾ ਜਾਵੇ। ਅੱਛਾ ਹੁਣ ਅਪਸੋ ਹੋ ਸਕਦੇ ਆ ਜਿਹੜੀ ਇਹ ਇੱਕ ਕੇਸ ਹੀ ਹੋਇਆ ਕਿ ਕਿਸੇ ਇੱਕ ਨੇ ਦੂਜੇ ਨੂੰ ਬਦਨਾਮ ਕਰ ਲਈ ਕਹ ਲੋ ਜਾਂ ਉਹਦੇ ਮਨ 'ਚ ਸੀ ਵੀ ਕਲੇਸ਼ ਵਧੇ। ਬੀ ਉਸ ਤੋਂ ਪਹਿਲਾਂ ਤਾਂ ਸਾਡਾ ਘਰ ਠੀਕ ਸੀ ਇਹਦੇ ਨਾਲ ਹੀ ਭੂਤਾਂ ਪ੍ਰੇਤ ਆ ਕੇ ਸਾਡਾ ਤਾਂ ਉਹਦੇ ਦਾ ਨੁਕਸਾਨ ਹੋਣ ਲੱਗ ਗਿਆ ਵੀ ਕੋਈ ਨਾ ਨ ਨਵੇੜਾ ਕਰਕੇ ਮੁੰਡੇ ਨੂੰ ਦਵਾਰੇ ਵੇਲਾ ਸੋ ਇਹ ਜੇ ਕੁਝ ਵੀ ਬਾਪਾ ਬਾਪਾ ਜਾਨ ਮਤਲਬ ਇਹ ਕਿ ਭੂਤਾਂ ਦੇ ਨਾਲ ਇਸ ਵੰਤ ਗੱਲ ਹੈ ਵੀ ਜਿਵੇਂ ਇੱਕ ਦੇ ਘਰੋਂ ਭੂਤ ਕੱਢੀ ਹਾਂ ਤੂੰ ਇਹਨਾਂ ਹੀ ਚਰਸਤੇ ਜੇ ਰੱਖਤੀ ਹਾਂ ਦੂਜੇ ਨਾਲ ਜੁਮੜ ਗਈ ਵੀ ਉਹ ਨੰਗਾ ਆਦਤ ਲੋਕ ਝੋਣੇ ਤੋਂ ਆਏ ਨੰਗਦੇ ਵੀ ਕਿਤੇ ਬਾਜੂ ਜੁ ਨਾ ਜਾਵੇ ਕਿਤੇ ਮਤਲਬ ਉਹ ਉੱਤੇ ਖੜਦੇ ਹੀ ਫਿਰ ਇੰਤਜ਼ਾਰ ਕਰਦੇ ਹੋਵੇ ਕੋਈ ਕੌਣ ਲੈ ਕੇ ਜਾਊਗਾ ਮੈਨੂੰ ਦੇਖੋ ਇਹ ਤਾਂ ਹੁਣ ਮਨਿੰਦਰ ਜੀ ਦੇ ਮਨ ਚ ਸਵਾਲ ਆਇਆ ਨਾ ਜੇ ਇਹ ਸਾਡੇ ਸਮਾਜ ਦੇ ਮਨ ਚ ਸਵਾਲ ਆ ਜੇ ਫਿਰ ਤਾਂ ਇਹ ਤਾਂ ਕੰਮ ਹੀ ਬੜਾ ਸੌਖਾ ਮਨਿੰਦਰ ਜੀ ਜੀ ਤੁਹਾਡਾ ਕਹਿਣ ਦਾ ਮਤਲਬ ਐਸ ਵੀ ਜੇ ਚੁਰਾਸਤੇ ਟੂਣਾ ਪਿਆ ਜਿਹੜੀ ਭੂਤ ਲਾਉਣ ਖਾਤਰ ਖੜਾ ਛੜਾਉਣ ਖਾਤਰ ਉਹ ਟੂਣਾ ਕਰਿਆ ਉਹ ਭੂਤ ਨਵੇਂ ਬੰਦੇ ਨੂੰ ਡੀਕਦੀ ਰਹਿੰਦੀ ਹੈ ਵੀ ਟੂਨੇ ਤੋਂ ਦੀ ਲੰਗੂ ਮੈਂ ਉਹਦੇ ਨਾਲ ਜਾਵਾਂ ਉਹਦੇ ਹੁਣ ਇਹੀ ਸਵਾਲ ਹੈ ਜੇ ਆਪਾਂ ਇਹਨੂੰ ਥੋੜਾ ਜਿਹਾ ਪਿੱਛੇ ਨੂੰ ਸੋਚ ਲਈਏ ਕਿ ਟੂਨੇ 'ਚ ਹੈ ਕੀ ਲੇਰ ਕੰਮਣੀ ਹਮਣੀ ਨੋਵਾਲਸ ਸੰਦੂਰ ਲਿਪਸਟਿਕ ਸੰਦੂਰ ਬੰਗਾ ਜੂੜੀਆਂ ਸਤਨਾਜਾ ਕੋਈ ਲੋਹੇ ਦਾ ਕਿੱਲ ਵੀ ਹੋ ਸਕਦਾ ਤੇ ਜੇ ਹੋਰ ਮੜਾ ਜਾਂ ਕਰੜਾ ਕਰਨਾ ਹੋਵੇ ਤਾਂ ਦਰੂ ਦਾ ਪੂਆ ਵੀ ਹੋ ਸਕਦਾ ਜੇ ਹੋਰ ਕਰੜਾ ਕਰਨਾ ਹੋਵੇ ਤਾਂ ਇਹਦੇ ਚ ਆਪਾਂ ਭਾਈ ਕੋ ਕੁੱਤੇ ਮਿੱਲੇ ਦਾ ਸਿਰ ਰੱਖ ਦੇ ਵੱਡਾ ਰੂੜੀ ਚ ਲਿਉਣਾ ਹੈ ਮਡਣ ਦੀ ਤਾਂ ਕੋਈ ਲੋੜ ਨਹੀਂ ਹੁਣ ਜੇ ਸਾਡਾ ਸਮਾਜ ਇਹ ਸੋਚਣ ਲੱਗੇ ਤੇ ਵੀ ਉਹ ਸਮਾਨ ਜਿਹੜਾ ਟੂਨੇ ਚ ਪਿਆ ਉਹ ਦੁਕਾਨ ਤੋਂ ਮਿਲਿਆ ਸਾਰਾ ਦੁਕਾਨ ਤੋਂ ਖਰੀਦਿਆ ਇੱਕ ਹੋਰ ਵੀ ਇਹਦੇ ਪਿੱਛੇ ਦੁਕਾਨਾਂ ਵਾਲੇ ਨੇ ਜਿਹੜਾ ਐਕਸਪਾਇਰੀ ਸਮਾਨ ਹੁੰਦਾ ਮਾੜਾ ਮਾਲ ਹੁੰਦਾ ਉਹ ਸਾਰਾ ਇਹਨਾਂ ਕੰਮਾਂ ਨੂੰ ਰੱਖਿਆ ਟੂਨੇ ਵਾਲਾ ਨੂੰ ਲਲੇਰ ਸੁੱਕਾ ਹੋ ਨੋਬਾ ਸੁੱਕੀ ਹੋ ਲਿਪਸਟਿਕ ਸੁੱਕੀ ਹੋ ਜਿਹੜਾ ਸਿੱਟੇ ਵਾਲਾ ਮਾਲ ਹੁੰਦਾ ਉਹ ਹੁੰਦਾ ਉਹਦੇ ਚ ਟੂਨੇ ਅੱਛਾ ਉੱਥੋਂ ਲੈਂਦਾ ਖਰੀਦ ਲਿਆ ਲਿਆ ਕੇ ਪਹਿਲਾਂ ਤਾਂ ਆਪਦੇ ਘਰੇ ਰੱਖਦਾ ਨਾ ਦਿਨੇ ਲਈ ਹੁੰਦਾ ਕੁਛ ਨਹੀਂ ਹੋਇਆ ਫਿਰ ਸਾਰੇ ਲੋਕ ਜਦੋਂ ਸੌਂਗ ਅਤੀ ਰਾਤ ਜਾਂਦਾ ਉਹ ਲਫਾਫਾ ਚੱਕਦਾ ਚੁਰਾਸਤੇ ਜਿਹੜੀ ਕਰਦਾ ਉਦੋਂ ਨਹੀਂ ਕੁਛ ਹੋਇਆ ਹੂੰ ਤੇ ਫਿਰ ਜਿਹੜਾ ਉਹਦੇ ਉੱਤੋਂ ਦੀ ਨੰਗੂ ਉਹ ਕਿਉਂ ਜੇ ਸਵਾਲ ਆ ਜੇ ਅਸਲ ਸਵਾਲ ਸਾਡੇ ਸਮਾਜ ਦੇ ਮੰਨ ਜੇ ਕੋਰ ਬੜਾ ਡੂੰਗਾ ਪਸਿਆ ਪਿਆ ਹੂੰ ਉਹ ਕੀ ਹੈ ਵੀ ਸਾਡੇ ਸਮਾਜ ਕੁਸਤੰਤਰਕ ਲੋਕ ਆ ਹੂੰ ਜਿਨ੍ਹਾਂ ਕੋਲ ਇਹੋ ਜਿਹੀਆਂ ਸ਼ਕਤੀਆਂ ਉਹ ਕਿਸੇ ਦਾ ਚੰਗਾ ਵੀ ਕਰ ਸਕਦੇ ਆ ਕਿਸੇ ਦਾ ਬੁਰਾ ਵੀ ਕਰ ਸਕਦੇ ਆ ਤਰਕਸ਼ੀਲ ਸੋਸਾਇਟੀ ਦਾ ਇਹੀ ਕਹਿਣਾ ਹੈ ਕਿ ਪੂਰੀ ਦੁਨੀਆ 'ਚ ਕੋਈ ਇਹ ਜੀ ਵਿਦਿਆ ਨਹੀਂ ਕੋਈ ਇਹ ਜੀ ਸ਼ਕਤੀ ਨਹੀਂ ਜਿਹੜੀ ਕਿਸੇ ਦਾ ਕੋਈ ਸਵਾਰ ਦੇ ਜਾਂ ਬੁਗਾੜ ਦੇ ਜਦੋਂ ਹੈ ਹੀ ਨਹੀਂ ਸਵਾਲ ਹੀ ਇਹ ਅਸਲ ਦੇ ਵਿੱਚ ਤਾਂ ਫੇਰ ਉਹ ਸੋਡੇ ਵਾਲੀ ਗੱਲ ਆ ਕਿ ਭਾਈ ਉਹ ਉੱਥੇ ਉਹ ਨਜ਼ਰ ਬੈਠੀ ਡੀਕਦੀ ਰਹਿੰਦੀ ਹੈ ਬੜੀ ਪਿਆਰੀ ਘਟਨਾ ਇੱਕ ਸੁਣਨ ਵਾਲੀ ਹੈ ਤਰਕਸ਼ੀਲ ਸੁਸਾਇਟੀ ਨੇ ਨਾ ਇੱਕ ਸਾਹਿਤ ਵੈਨ ਬਣਾਈ ਹੋਈ ਹੈ ਹਾਂ ਮੜ ਉਹ ਮੂਵ ਕਰਦੀ ਹੈ ਸਕੂਲਾਂ 'ਚ ਜਾਂਦੀ ਆ ਬੱਚਿਆਂ ਨੂੰ ਇਹਨਾਂ ਗੱਲਾਂ ਚੋਂ ਕੱਢਦੀ ਆ ਜਾਦੂ ਦੀਆਂ ਆਈਟਮਾਂ ਕਰਕੇ ਦਿਖਾਈਆਂ ਜਾਂਦੀਆਂ ਦੱਸਿਆ ਜਾਂਦਾ ਵੀ ਜਾਦੂ ਬਣਦਾ ਕਿਵੇਂ ਆ ਤੁਸੀਂ ਦਿਖਾਉਣਾ ਕਿਵੇਂ ਆ ਜਾਦੂ ਨਾਲ ਸੰਬੰਧਿਤ ਕਿਤਾਬਾਂ ਵੀ ਛਾਪੀਆਂ ਹੋਈਆਂ ਜੀ 'ਚ ਜਾਦੂ ਦੀਆਂ ਆਈਟਮਾਂ ਬਣਾਉਣੀਆਂ ਸਿਕਾਈਆਂ ਹੋਈਆਂ ਆ ਵੈਨ ਚੱਲੀ ਜਨਵਰੀ 2014 'ਚ ਇੱਕ ਇੱਕ ਮਹੀਨਾ ਸੀ ਸਾਰੇ ਪੰਜਾਬ ਨੂੰ 10 ਜ਼ੋਨਾਂ 'ਚ ਵੰਡਿਆ ਇੱਕ ਮਹੀਨਾ ਛੁੱਟੀਆਂ 'ਚ ਲੰਘ ਜਾਂਦਾ ਇੱਕ ਪੇਪਰ 'ਚ 10 ਮਹੀਨੇ ਉਹ ਵੈਨ ਚੱਲਦੀ ਮਠਿੰਡੇ ਜ਼ਿਲ੍ਹੇ ਦੇ ਇੱਕ ਸਕੂਲ ਚ ਗਏ ਅਸੀਂ 14 ਸੀਗੇ ਫਿਰ 15 ਚ ਚਲੇ ਗਏ ਬੱਚਿਆਂ ਨੂੰ ਦੱਸਿਆ ਵੀ ਇਹ ਟੂਣਾ ਆਏ ਹੁੰਦਾ ਜਿਵੇਂ ਆਪੇ ਹੀ ਗੱਲ ਕਰੀ ਜਾਂਦੇ ਸੀ ਭੂਤਾਂ ਬ੍ਰੇਤਾਂ ਦੀਆਂ ਗੱਲਾਂ ਦੱਸੀਆਂ ਵੀ ਹੁੰਦੀਆਂ ਨਹੀਂ ਜੋ ਮੈਂ ਦੁਆਰੇ ਬੋਲਣ ਲੱਗਿਆ ਸਾਰੇ ਬੱਚਿਆਂ ਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਤੁਹਾਡੇ ਜੋ ਹੱਥ ਖੜੇ ਕਰੋ ਜਿਹੜੇ ਬੱਚੇ ਪਿਛਲੇ ਸਾਲ ਜਦੋਂ ਅਸੀਂ ਆਏ ਸੀ ਉਹ ਵੀ ਸੀਗੇ ਕੱਲੀ ਛੇਵੀਂ ਜਮਾਤ ਨਵੀਂ ਸੀ ਬਾਕੀ ਸਾਰੇ ਉਹੀ ਸੀ ਖੜੇ ਕਰ ਲੈ ਮੈਂ ਕਿਹਾ ਵੀ ਭੂਤਾਂ ਤੋਂ ਡਰਨੋਂ हट ਗਏ ਕਹਿੰਦੇ ਹਾਂਜੀ ਬੱਚਿਆਂ ਦੇ ਆਤੋਂ ਨੇ ਜਿਵੇਂ ਇੱਕ ਨੇ ਕਹਤਾ ਹਾਂਜੀ ਮੈਂ ਖਟੂਨੇ ਤੋਂ ਡਰਨੋਂ ਹਟ ਗਏ ਕਹਿੰਦੇ ਹਾਂ ਜੀ ਇੱਕ ਕੁੜੀ ਮਰੀ ਮਰੂਆ ਜੀ ਜਣੀ ਛੋਟੀ ਜੀ ਕਸੀ ਜੀ ਗੈਲੋ ਗਰੀਬ ਜੇ ਪਰਿਵਾਰ ਦੀ ਵੀ ਹੋ ਸਕਦਾ ਉਹ ਹੋਵੇ ਉਹ ਉਗੀ ਖੜੀ 7ਵੀਂ ਚ ਪੜਦੀ ਸੀ ਉਦੋਂ 6ਵੀਂ ਸੀ ਜਦੋਂ ਅਸੀਂ ਪਹਿਲੇ ਸਾਲ ਗਏ ਸਰ ਜੀ ਮੇਰੀ ਗੱਲ ਸੁਣੋ ਮੈਂ ਵੀ ਤੇਰੀ ਗੱਲ ਤੂੰ ਸੁਣਾ ਦੇ ਹੂੰ ਕਹਿੰਦੇ ਜੀ ਛੋਡੀਆਂ ਗੱਲਾਂ ਸੁਣ ਕੇ ਇਹਦਾ ਜਵਾਂ ਡਰੋਂ ਹਟ ਗਏ ਮੈਂ ਹਾਂ ਵੀ ਸ਼ਾਬਾਸ਼ ਹਾਂ ਕੀ ਹੋਇਆ ਕਹਿੰਦੀ ਜੀ ਇੱਕ ਦਿਨ ਅਸੀਂ ਸਕੂਲ ਨੂੰ ਆਉਂਦੀਆਂ ਸੀ ਮੇਰੀਆਂ ਦੋ ਤਿੰਨ ਸਹੇਲੀਆਂ ਸੀ ਨਾਲ ਚਰਸਤੇ ਚ ਟੂਣਾ ਹੋਇਆ ਪਿਆ ਤੇ ਸਾਰੇ ਪਾਸੇ ਦੀ ਰੰਗੀ ਜਾਂਦੇ ਸੀ ਕਹਿੰਦੀ ਮੈਂ ਤਾਂ ਕੀ ਕਰਿਆ ਟੂਨੇ ਵਾਲਾ ਸਾਰਾ ਸਮਾਨ ਚੱਕ ਕੇ ਸੜਦਾ ਰੂੜੀ ਤੇ ਜਿਵੇਂ ਤੁਸੀਂ ਦੱਸਿਆ ਸੀ ਵੀ ਖਾਣਾ ਨਹੀਂ ਕੋਸ ਉੱਚ 20 ਰੁਪਏ ਸੀ ਕਹਿੰਦੀ 20 ਰੁਪਏ ਦੇ ਟੋਕੀਆਂ ਲੈ ਲਈਆਂ ਸਾਰੀ ਬਾਦ ਨੂੰ ਸਾਡੀ ਨੂੰ ਏਕ-ਏਕ ਆ ਗਈ ਅਸੀਂ ਤਾਂ ਖਾ ਲਈਆਂ ਮੈਂ ਕਿਹਾ ਸ਼ਾਬਾਸ਼ ਬੈਜਾ ਕਹਿੰਦੀ ਜੀ ਨਹੀਂ ਮੇਰੀ ਪੂਰੀ ਗੱਲ ਸੁਣੋ ਅਜੇ ਪੂਰੀ ਕਿੱਥੇ ਹੋਈ ਹੈ ਮੈਂ ਕਿਹਾ ਚੰਗਾ ਪੂਰੀ ਦੱਸ ਹੂੰ ਕਹਿੰਦੀ ਚਾਰ ਪੰਜ ਦਿਨਾਂ ਬਾਅਦ ਮੇਰੀਆਂ ਸਹੇਲੀਆਂ ਨੇ ਮੇਰੀ ਮੰਮੀ ਨੂੰ ਦੱਸਤਾ ਬਿਸੋੜੀ ਰਾਣੀ ਨੇ ਟੂਣਾ ਚੱਕਿਆ ਸੀ ਤੇ ਉਹਦੀਆਂ ਫਿਰ ਅਸੀਂ ਟੌਫੀਆਂ ਲੈ ਕੇ ਖਾ ਗਏ ਟੂਣੇ ਦਾ ਸਮਾਨ ਇਹਨੇ ਚੱਕ ਕੇ ਰੂੜੀ ਤੇ ਸੜਤਾ ਕਹਿੰਦੀ ਮੇਰੀ ਮੰਮੀ ਤਾਂ ਲੱਗੀ ਗਾਲਾਂ ਦੇਣ ਤੈਨੂੰ ਐ ਹੋ ਜੂ ਤੈਨੂੰ ਐ ਹੋ ਜੂ ਤੈਨੂੰ ਤਾਂ ਪੜ੍ਹਾਈ ਭੁੱਲ ਜੂ ਤੈਨੂੰ ਐ ਹੋ ਜੂ ਕਹਿੰਦੀ ਸਰ ਜੀ ਮੈਨੂੰ ਕੁਛ ਨਹੀਂ ਹੋਇਆ ਮੈਂ ਕਿਹਾ ਸ਼ਾਬਾਸ਼ ਮੈਂ ਫੇਰ ਉਹਨੂੰ ਐਂ ਜਿ ਕਰਤਾ ਮੈਂ ਬਹਿ ਜਾ ਸਰ ਜੀ ਮੇਰੀ ਪੂਰੀ ਗੱਲ ਤਾਂ ਸੁਣੋ ਮੈਂ ਕਿਹਾ ਚੰਗਾ ਪੂਰੀ ਸੁਣਾ ਹੂੰ ਕਹਿੰਦੀ ਜੀ ਮੈਨੂੰ ਤਾਂ ਤਿੰਨ ਮਹੀਨਿਆਂ ਬਾਅਦ ਬੁਖਾਰ ਚੜ ਗਿਆ ਕਹਿੰਦੀ ਮੇਰੀ ਮੰਮੀ ਕਹਿੰਦੀ ਆ ਲੈਲਾ ਸਵਾਦ ਲੇਟ ਅਸਰ ਹੋਇਆ ਟੂਣੇ ਦਾ ਇਹ ਤੋਂ ਵੀ ਅਗਲੀ ਗੱਲ ਜਿਹੜੀ ਉਹ ਬੱਚੀ ਨੇ ਨਾ ਕਹੀ ਹਾਂ ਬਹੁਤ ਪਿਆਰੀ ਮੈਨੂੰ ਕਹਿੰਦੀ ਸਰ ਜੀ ਦੇਖੋ 7ਵਾਂ ਵਾਲਾ ਬੱਚਾ ਛੋਟਾ ਹੀ ਹੁੰਦਾ 12 ਸਾਲ ਦਾ ਸਰ ਜੀ ਤਾਪਦਾ ਜੇ ਟੂਣਾ ਨਾ ਚੱਕਿਆ ਹੋਵੇ ਤਾਂ ਵੀ ਚੜ ਜਾਂਦਾ ਹੁਣ ਇੱਕ ਉਹ ਬੱਚੀ ਆ ਜਿਹੜੀ 7ਵੀਂ ਜੇ ਗੱਲ ਸਿੱਖ ਗਈ ਉਹਦੇ ਮਨ ਚ ਫੇਰ ਸਾਡਾ ਸਮਾਜ ਭਰੀ ਜਾਂਦਾ ਮਤਲਬ ਰਾਣੀ ਦੀ ਮਮਮੀ ਨਹੀਂ ਕਹਿੰਦੀ ਇਹ ਸਾਡਾ ਸਾਰਾ ਸਮਾਜ ਹੀ ਕਹਿੰਦਾ ਕਿ ਟੂਨੇ ਨਾਲ ਆਇਓ ਚ ਟੂਨੇ ਨਾਲ ਆਇਓ ਤੇ ਜੇ ਇਹ ਗੱਲਾਂ ਅੱਜ ਦੇ ਵਿਦਿਆਰਥੀ ਤਰਕਸ਼ੀ ਸੜੀ ਲੱਗੀ ਹੈ ਇਸ ਕਾਰਨ ਦੀ ਵਿਦਿਆਰਥੀਆਂ ਨੂੰ ਖਾਸ ਕਰਕੇ ਹੁਣੀ ਪ੍ਰੀਖਿਆ ਲੈ ਕੇ ਹਟੇ ਆ ਉਹਦਾ ਇੱਕ ਪੜਾ ਰਹਿਦਾ 6 ਦਿਨਾਂ ਨੂੰ ਪੂਰਾ ਕਰਨਾ ਉਹਦੇ ਚ 35000 ਬੱਚਿਆਂ ਨੇ ਪਾਰਟਿਸਪੇਟ ਕੀਤਾ ਪੰਜਾਬ ਚ ਸਾਨੂੰ ਮਾਣਾ ਸਾਨੂੰ ਲੱਗਦਾ ਕਿ ਆਉਣ ਵਾਲਾ ਭਵਿੱਖ ਜ਼ਰੂਰ ਜਿੱਥੋਂ ਆਪਣੀ ਗੱਲ ਚੱਲੀ ਸੀ ਕਿ ਚੇਤਨਾ ਵਾਲੀ ਗੱਲ ਲਾਜ਼ਮੀ ਹੈ ਆਪਾਂ ਜਿੰਨੇ ਕੁ ਜੋ ਅੱਗੇ ਹੈਗੇ ਆ ਕੋਸ਼ਿਸ਼ ਆ ਆਪਾਂ ਤੁਸੀਂ ਆਪਾਂ ਸਾਰੇ ਰਲ ਕੇ ਇਹ ਕਰੀ ਜਾਂਦੇ ਆ ਇਹ ਮੀਡੀਆ ਰਾਈ ਜੋ ਹੋਣਾ ਉਹ ਆਪਾਂ ਕਰੀ ਜਾਂਦੇ ਆ ਕਿ ਇਹ ਚੇਤਨਾ ਲਾਜ਼ਮੀ ਹੈ ਕਿ ਅਗਲੀ ਪੀੜ੍ਹੀ ਹੈ ਜਿਹੜੀ ਉਹ ਇਹਨਾਂ ਗੱਲਾਂ ਤੋਂ ਬਚੂਗੀ ਤਰਕਸ਼ੀਅਟੀ ਬਨੋ ਜੇ ਇਹਨਾਂ ਗੱਲਾਂ ਨੂੰ ਆਪਾਂ ਇਸ ਟੌਪਿਕ ਦੇ ਸੰਬੰਧ ਥੋੜੀ ਜੀ ਗੱਲ ਨੂੰ ਸਮੇਟਣਾ ਹੋਵੇ ਤਾਂ ਆਪਾਂ ਐਂ ਜੇ ਵੀ ਕਰ ਸਕਦੇ ਆ ਕਿ ਪੂਰੀ ਦੁਨੀਆ 'ਚ ਮਰੇ ਹੋਏ ਬੰਦੇ ਦਾ ਘੂਤ ਕਿਤੇ ਨਹੀਂ ਹੁੰਦਾ ਦਿਮਾਗੀ ਤਣਾਅ ਕਹਿ ਲੋ ਦਿਮਾਗੀ ਬੋਝ ਕਹਿ ਲੋ ਉਹਦੇ ਕਰਕੇ ਮਨ ਖੰਡਾ ਦਾ ਸ਼ਿਕਾਰ ਹੋ ਜਾਂਦਾ ਜੀ ਕਿਸੇ ਦਾ ਹੋ ਸਕਦਾ ਹੈ ਚੱਲਦੀ ਚਾਲ 'ਚ ਕਰਦੇ ਹਾਲਾਤ ਸੁਖਾਵੇਂ ਨਹੀਂ ਸਮਾਜਿਕ ਹਾਲਤ ਸੁਖਾਵੇਂ ਨਹੀਂ ਸਾਡੇ ਘਰਾਂ ਦੀ ਆਰਥਿਕਤਾ ਸੁਖਾਵੇਂ ਨਹੀਂ ਹੈ ਕਿਸੇ ਵੀ ਵੇਲੇ ਮਨ ਜਿਹੜਾ ਉਹ ਖੰਡਾ ਦਾ ਸ਼ਿਕਾਰ ਹੋ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਭੂਤਾਂ ਪ੍ਰੇਤਾਂ ਸਮਝ ਕੇ ਬਾਬਿਆਂ ਕੋਲੇ ਚਲੇ ਜਾਈਏ ਸਾਨੂੰ ਜੇ ਹੋਜੀ ਕੋਈ ਪ੍ਰੋਬਲਮ ਆ ਤਰਕਸ਼ੀ ਸੁਸਾਇਟੀ ਕੋਲ ਵੀ ਜੇ ਕੋਈ ਸਹਿਯੋਗ ਲੈਣਾ ਚਾਹੁੰਦਾ ਸਾਰੇ ਪੰਜਾਬ ਚ ਪੂਰਾ ਵਧੀਆ ਨੈਟਵਰਕ ਹੈ ਦੋ ਤਿੰਨ ਦੇਸ਼ਾਂ ਚ ਬਾਹਰ ਵੀ ਨੈਟਵਰਕ ਹੈਗਾ ਜਾਨੀ ਕਹਿਣ ਦਾ ਮਤਲਬ ਕੀ ਹੈ ਕਿ ਆਪਦੀ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਉਹ ਵੇਲੜਾ ਨੂੰ ਨਾ ਦੇਓ ਸਾਡੇ ਨਾਲ ਨਹੀਂ ਕੋਈ ਠੱਗੀ ਵਜਦੀ ਪਰ ਸਾਨੂੰ ਉਨਾ ਹੀ ਦੁੱਖ ਹੁੰਦਾ ਜਦੋਂ ਕਿਸੇ ਇੱਕ ਦਸਾਂ ਨਾ ਉਹਦੀ ਕਿਰਤ ਕਰਨ ਵਾਲੇ ਬੰਦੇ ਨਾ ਠੱਗੀ ਵਜਦੀ ਹੈ ਉਹਨੂੰ ਪਤਾ ਨਹੀਂ ਉਹ ਭੋਲਾ ਸੋ ਸਾਰੇ ਇਹਨੂੰ ਇਸ ਇਸ਼ੂ ਤੇ ਬੇਨਤੀ ਕਰਦੇ ਕਿ ਕਿਤੇ ਭੂਤ ਪ੍ਰੇਤ ਨਹੀਂ ਹੁੰਦਾ ਦਿਮਾਗ ਕੀ ਤਣਾ ਨੀ ਹੱਲ ਕੀਤੇ ਜਾ ਸਕਦੇ ਆ ਆਲਪ ਹੋ ਸਕਦੇ ਆ ਇਹਨਾਂ ਗੱਲਾਂ ਤੋਂ ਬਚਿਆ ਜਾ ਸਕਦਾ ਜਿਹੜੀ ਉਹਨਾਂ ਦੀ ਕਮਾਈ ਆ ਉਹ ਉਹਨੂੰ ਜੇ ਆਪਦੇ ਘਰ ਪਰਿਵਾਰ ਲਈ ਵਰਤਦੇ ਰਹਿਣ ਮੈਂ ਨਹੀਂ ਕਹਿੰਦਾ ਗਰੀਬੀ ਦੂਰ ਹੋ ਜੂ ਪਰ ਜਿਹੜੀ ਉਹ ਮੇਲਣਾਂ ਦੇ ਕੋਲੇ ਜਾਂਦੀ ਹੈ ਤੇ ਉਹਨਾਂ ਦੇ ਮਨ ਨੂੰ ਦਿਮਾਗ ਨੂੰ ਦੂਸ਼ਿਤ ਹੋਰ ਕਰੀ ਜਾਂਦੇ ਆ ਉਦੋਂ ਜੇ ਉਹ ਬਚ ਜਾਂਦੇ ਆ ਤਾਂ ਆਪਾਂ ਇਹ ਕਹਿੰਦੇ ਵੀ ਥੋੜੇ ਖਰਚੇ ਨਾਲ ਵਧੀਆ ਜ਼ਿੰਦਗੀ ਵੀ ਜਿਉ ਸਕਦੇ ਵਧੀਆ ਜ਼ਿੰਦਗੀ ਆ ਉਸਨੂੰ ਜਿਉਂ ਸਕਦੇ ਇਹ ਇੱਕ ਸਵਾਲ ਮੇਰਾ ਰਹਿ ਗਿਆ ਹਾਂਜੀ ਹਾਂਜੀ ਕੋਈ ਉਹ ਇਹ ਸਵਾਲ ਰਹਿ ਗਿਆ ਸੀ ਇੱਕ ਸਿਲਾ ਘੜਨਾ ਹੋਂਦਰ ਜੀ ਕਹਿੰਦੇ ਵੀ ਮਰਦੇ ਦੀ ਹੱਡੀ ਇੱਕ ਪਾਸੇ ਦੱਬ ਕੇ ਆਉਂਦੇ ਸੀ ਵੀ ਇਹ ਸਾਰੀਆਂ ਹੱਡੀਆਂ ਸਿਲਾ ਠਾ ਲੈਣਦੇ ਉਹ ਕੀ ਚੀਜ਼ ਹੁੰਦੀ ਹੈ ਦੇਖੋ ਗੱਲ ਤਾਂ ਇਹ ਫੇਰ ਉਹਨਾਂ ਗੱਲਾਂ ਨਾਲ ਹੀ ਜੁੜੀ ਹੋਈ ਆ ਤਾੰਤਰਿਕ ਵਿਦਿਆ ਹਾਂ ਅੱਜ ਵੀ ਸਾਡੇ ਸਮਾਜ ਦੇ ਅੰਦਰ ਇਹ ਗੱਲ ਪਈ ਹੈ ਕਿ ਜਿਹੜੇ ਤਾੰਤਰਕ ਹੁੰਦੇ ਨੇ ਨਾ ਉਹ ਇਹ ਜੀ ਵਿਦਿਆ ਹੁੰਦੀ ਹੈ ਕਿ ਉਹਦੇ ਨਾਲ ਉਹ ਬੰਦੇ ਦਾ ਸੇਵਾ ਜਗਾਉਣ ਦਾ ਮਤਲਬ ਉਹਦੀ ਆਤਮਾ ਨੂੰ ਪ੍ਰਗਟ ਕਰ ਲੈਂਦੇ ਹੱਡੀ ਕੱਢੇ ਨੂੰ ਕੀ ਮੰਨਿਆ ਜਾਂਦਾ ਕਿ ਜਦੋਂ ਉਹਦੇ ਚੋਂ ਇੱਕ ਹੱਡੀ ਕੱਢ ਦਿੱਤੀ ਜਾਂਦੀ ਆ ਉਹਦਾ ਪਿੰਜਰ ਨਹੀਂ ਪੂਰਾ ਹੁੰਦਾ ਜਦੋਂ ਪਿੰਜਰ ਨਹੀਂ ਪੂਰਾ ਹੁੰਦਾ ਫਿਰ ਉਹ ਸੇਵਾ ਜਾਗਦਾ ਨਹੀਂ ਕਹਿੰ ਲੋ ਆਤਮਾ ਉਹਦੇ ਕਾਬੂ ਚ ਨਹੀਂ ਆਉਂਦੀ ਮੈਨੂੰ ਅੱਜ ਵੀ ਯਾਦ ਆ ਮੇਰੇ ਤਾਇਆ ਜੀ ਦੀ ਮੌਤ ਹੁੰਦੀ ਹੈ 1996 ਚ ਹਮ ਚਲੋ ਉਦੋਂ ਸਰੀਰਦਾਨ ਕਰਨ ਦੀ ਇੱਛਾ ਤਾਂ ਨਹੀਂ ਸੀਗੀ ਸੰਸਕਾਰ ਕੀਤਾ ਤੇ ਜਦੋਂ ਸੰਸਕਾਰ ਕੀਤਾ ਤੇ ਹੋ ਗਿਆ ਮੈਨੂੰ ਕਹਿੰਦੇ ਵੀ ਉਹ ਫੁੱਲਾ ਫੁੱਲਾ ਦਾ ਕੀ ਕਰਨਾ ਮੈਂ ਵੀ ਆਪਾਂ ਤਾਂ ਚੁਗਣੇ ਝਗਣੇ ਨਹੀਂ ਕੁਛ ਨਹੀਂ ਜਿਹੜੀ ਇਹ ਰਾਖ ਹੋਊਗੀ ਸਾਰੀ ਆਪਾਂ ਇੱਥੇ ਕਿਤੇ ਟੋਆ ਪੱਟ ਕੇ ਤੇ ਦੱਬ ਦਾਂਗੇ ਇੱਥੇ ਤੇ ਕਹਿੰਦੇ ਜੀ ਫਿਰ ਉਹ ਹੱਡੀ ਗੁੱਡੀ ਕੱਢਣੀ ਐ ਮੈਂ ਕਾਦੇ ਵਾਸਤੇ ਉਹ ਕਿਉਂ ਹੁੰਦੀ ਐ ਉਹ ਕਹਿੰਦੇ ਜੀ ਫਿਰ ਐ ਹੁੰਦਾ ਜਿਵੇਂ ਤੁਸੀਂ ਗੱਲ ਕੀਤੀ ਵੀ ਸੇਵਾ ਉਹ ਮਖਰੇ ਜਿਹਦਾ ਦਵਾਈਆਂ ਦਵਾ ਦਵਾ ਹੰਬ ਗਏ ਇਹ ਉਹਦੇ ਨਾਲ ਤਾਂ ਉੱਠਿਆ ਨਹੀਂ ਇੱਥੇ ਸਾਡੀ ਪੜਾਈ ਦਾ ਉਹੀ ਰੌਲਾ ਕਿ ਕੀ ਮਰਨ ਤੋਂ ਬਾਅਦ ਅਸਲ ਚ ਕੀ ਐ ਉਹ ਤਾਂ ਸਾਡੇ ਲੋਕੀ ਸੱਥਰ ਤੇ ਬੈਠੇ ਗੱਲਾਂ ਕਰ ਲੈਂਦੇ ਆ ਜਦੋਂ ਮੌਤ ਹੋ ਜਾਂਦੀ ਹੈ ਬਸ ਭਾਈ ਜਦੋਂ ਬੰਦਾ ਮਰ ਗਿਆ ਮਿੱਟੀ ਆ ਸੱਚੂ ਹੀ ਇਹ ਗੱਲ ਸਹੀ ਹੈ ਕਿ ਮਿੱਟੀ ਹੈ ਫਿਰ ਕਹਿੰਦੇ ਜਿਵੇਂ ਮਰਜੀ ਕਿਉਂਟ ਦਿਓ ਅਡਾਡ ਹਾਲਾਤਾਂ ਅਨਸਾਰ ਜੇ ਮੰਨ ਲਓ ਆਪਾਂ ਕਹਿ ਲਓ ਅਰਬ ਮੁਲਕ ਨੇ ਜਿੱਥੇ ਆਪਾਂ ਕਹਿ ਸਕਦੇ ਅਗੇ ਦਰਖਤ ਬਾਲਣ ਦੀ ਕਮੀ ਹੈ ਪਾਣੀ ਦੀ ਕਮੀ ਹੈ ਉਹ ਦੱਬ ਦਿੰਦੇ ਆ ਆਪਾਂ ਜੰਗਲ ਵਾਲੇ ਆ ਭਾਰਤ ਵਾਲੇ ਜਿੱਥੇ ਲੱਕੜ ਦੀ ਬਹੁਤਾਤ ਆ ਇੱਥੇ ਸਸਕਾਰ ਵਾਲੀ ਗੱਲ ਚੱਲੀ ਜਾਂਦੀ ਜਿੱਥੇ ਧਰਤੀ ਵਾਧੂ ਪਈ ਆ ਦੇ ਬੀ ਜਾਂਦੇ ਆ ਅੱਛਾ ਇਹਦੋਂ ਵੀ ਅੱਗੇ ਆ ਜਿਹੜੇ ਨਦੀਆਂ ਝਰਨਿਆਂ ਦੇ ਨੇੜੇ ਰਹਿੰਦੇ ਆ ਉਹ ਕੀ ਕਰਦੇ ਹੋ ਕਹਿੰਗੇ ਜਲ ਪ੍ਰਵਾਹੀ ਕਰਦੇ ਕਿਉਂਕਿ ਉਹਨਾਂ ਨੂੰ ਉਹਦੀ ਸਹੂਲਤ ਆ ਅੱਛਾ ਜਿਵੇਂ ਜਿਵੇਂ ਅਗਲੇ ਨੇ ਬੋਡੀ ਨੂੰ ਸਮਿਟਣ ਦਾ ਸਿਸਟਮ ਬਣਾ ਲਿਆ ਉਹ ਹੌਲੀ ਹੌਲੀ ਉਹ ਗੱਲਾਂ ਪੱਕ ਗਈਆਂ ਕਿਉਂਕਿ ਐਂ ਕਰਦੇ ਹੁੰਦੇ ਆ ਇਹਨੂੰ ਐਂ ਕਰਦੇ ਹੁੰਦੇ ਆ ਤੇ ਦੇਖਿਆ ਕਿ ਤਰਕਸ਼ੀਲ ਸੁਸਾਇਟੀ ਨੇ 2002 ਚ ਇਹਦੇ ਸੂਬਾ ਪ੍ਰਧਾਨ ਕ੍ਰਿਸ਼ਨ ਬਰਗਾੜੀ ਦੀ ਮੌਤ ਹੋਈ ਸੀ ਤੇ ਉਹਦੀ ਡੈੱਡ ਬੋਡੀ ਪਹਿਲੀ ਸੀਗੀ ਜਿਹੜੀ ਡੋਨੇਟ ਹੋਈ ਸੀਗੀ ਸੀਐਮਸੀ ਨੂੰ ਤੂੰ ਸੋਚ ਕੇ ਦੇਖੋ ਵੀ ਜਦੋਂ ਸਰੀਰ ਹੀ ਡੋਨੇਟ ਕਰਤਾ ਸਸਕਾਰ ਵੀ ਨਹੀਂ ਹੋਇਆ ਨਾ ਅੱਡੀ ਗੰਡੀ ਨਾ ਹੋਰ ਹੋਇਆ ਨਾ ਨਾ ਉਹਦੀ ਕੋਈ ਧਾਰਮਿਕ ਰਸਮ ਹੋਈ ਨਾ ਗਤੀ ਹੋਈ ਅੱਜ ਤੱਕ ਆ ਕਿ ਮੇਰੇ ਪਿਤਾ ਜੀ ਦੀ ਮੌਤ ਵੀ ਉਦੋਂ 6 ਮਹੀਨੇ ਬਾਅਦ ਜੁਲਾਈ 2002 ਚ ਹੁੰਦੀ ਐ ਅੱਜ ਉਹਨਾਂ ਦੀ ਬਾਡੀ ਵੀ ਸੀਐਮਸੀ ਨੂੰ ਡੋਨੇਟ ਹੋ ਗਈ ਸੀ ਕਦੇ ਕੁਈ ਦਿੱਕਤ ਨਹੀਂ ਆਈ ਕਦੇ ਕੁਈ ਪਰ ਜੇ ਗੱਲਾਂ ਜਿਨ੍ਹਾਂ ਦੇ ਵੀ ਜਿਹੜੇ ਵੀ ਸਮਾਜ ਦੇ ਹਿੱਸੇ ਦੇ ਮਨਾਂ 'ਚ ਪਈਆਂ ਵੀ ਬੰਦੇ 'ਚ ਕੋਈ ਆਤਮਾ ਹੁੰਦੀ ਆ ਰੂਹ ਹੁੰਦੀ ਆ ਜਦੋਂ ਬੰਦਾ ਮਰ ਜਾਂਦਾ ਫਿਰ ਇਹਦੀ ਗਤੀ ਕਰਉਣੀ ਪੈਂਦੀ ਆ ਨਾ ਗਤੀ ਹੋਵੇ ਤਾਂ ਭਟਕਦੀ ਰਹਿੰਦੀ ਆ ਉਹ ਸਾਡੇ ਲੋਕਾਂ ਨੂੰ ਤੰਗ ਕਰਦੀ ਆ ਉਹਦਾ ਫਿਰ ਘਰਦਿਆਂ ਨੂੰ ਤੰਗ ਕਰਦੀ ਆ ਜਦੋਂ ਇਹ ਸੰਕਲਪ ਪਏ ਧਾਰਨਾਵਾਂ 'ਚ ਪਈਆਂ ਤਾਂ ਫਿਰ ਅਸੀਂ ਉਹੀ ਸਾਡਾ ਸਬਕੌਨਸ਼ੀਅਸ ਮਾਈਂਡ ਆ ਜਿਹੜਾ ਕਿਸੇ ਦੁੱਖ ਤਕਲੀਫ ਵੇਲੇ ਕਿਸੇ ਵੀ ਟੱਲ ਮੱਠ ਵੇਲੇ ਇਹ ਉਹਨਾਂ ਗੱਲਾਂ ਦਾ ਸ਼ਿਕਾਰ ਹੋ ਸਕਦਾ ਉਦਰੀ ਜਾਂਦਾ ਤੇ ਆਉਂਦਾ ਸਕਦਾ ਤੂੰ ਕਹਿਣ ਦਾ ਮਤਲਬ ਸਿਰੇ ਤੇ ਕੰਢ ਜਿਹਨੂੰ 100 ਹੱਥ ਰੱਸਾ ਹੁੰਦਾ ਵੀ ਭਾਈ ਚੇਤਨ ਹੋਵੋ ਵਿਗਿਆਨਕ ਤੌਰ ਤੇ ਹਰ ਗੱਲ 'ਚ ਤੁਸੀਂ ਤਰਕ ਕਰਨ ਦੀ ਕੋਸ਼ਿਸ਼ ਕਰੋ ਹਰ ਗੱਲ ਦਾ ਜਵਾਬ ਮਿਲੂਗਾ ਕਰਾਮਾਤ ਕ੍ਰਿਸ਼ਮਾ ਨਾ ਦੀ ਕੋਈ ਦੁਨੀਆ ਤੇ ਚੀਜ਼ ਨਹੀਂ ਇਹ ਤਾਂ ਹੋ ਸਕਦਾ ਕਿ ਉਸ ਗੱਲ ਦੀ ਅੱਜ ਸਮਝ ਨਾ ਹੋਵੇ ਵਿਗਿਆਨ ਸਮਝ ਦੀ ਕਮੀ ਤਾਂ ਹੋ ਸਕਦੀ ਹੈ ਪਰ ਕਰਾਮਾਤ ਕ੍ਰਿਸ਼ਮਾ ਚਮਤਕਾਰ ਜਾ ਜੀ ਨੂੰ ਆਪਾਂ ਕਈ ਵਾਰੀ ਕਹਿ ਦਿੰਨੇ ਆ ਵੀ ਆ ਤਾਂ ਬਸ ਕਿਰਪਾਈ ਹੋ ਗਈ ਇਹੋ ਜਿਹਾ ਕੁਝ ਨਹੀਂ ਹੁੰਦਾ ਮਿਹਨਤ ਤੋਂ ਬਿਨਾਂ ਕੁਝ ਨਹੀਂ ਹੁੰਦਾ ਹਾਂ ਮਿਹਨਤ ਕਰਨੀ ਤੇ ਮਿਹਨਤ ਕਰਕੇ ਜੇ ਸਾਹਮੜੀ ਨਹੀਂ ਆਉਂਦੀ ਫਿਰ ਵੀ ਓਡੀ ਮਾੜੀ ਗੱਲ ਹੈ ਮੁਰਵੇ ਵਾਲੀ ਤੇ ਬੇਲੜਾਂ ਕੋਲੇ ਜਾਈ ਜਾਂਦੇ ਉਹ ਤਾਂ ਫਿਰ ਡਰਾਉਣਗੇ ਸਾਨੂੰ ਜੇ ਕੋਈ ਐਸ ਜਨਮ ਦੀਆਂ ਦੁੱਖਾਂ ਤੇ ਗਲੀਫਾਂ ਤੋਂ ਨਹੀਂ ਡਰਦਾ ਉਹਨੂੰ ਅਗਲੇ ਜਨਮ ਜਲ ਜਾ ਲੈਂਦੇ ਵੀ ਤੈਨੂੰ ਧਰਮ ਰਾਜ ਪੁੱਠਾ ਪਾ ਲੂ ਠੀਕ ਨਹੀਂ ਜਣੀ ਜੇ ਬੰਦਾ ਸਹੀ ਸੋਚਣ ਲੱਗ ਜੀ ਉਹ ਆਪਣੀ ਜ਼ਿੰਦਗੀ ਮੈਂ ਤਾਂ ਇਹ ਕਹਿੰਨਾ ਉਹਨਾਂ ਕਦੇ ਕਦੇ ਵੀ ਜੇ ਬੰਦਾ ਜਿੰਨਾ ਆਪਣੀ ਜ਼ਿੰਦਗੀ ਚ ਪਾਬੇ ਦੀਆਂ ਚੌਂਕਿਆਂ ਭਰਨ ਤੇ ਧਾਰਮਿਕ ਕਿਰਿਆ ਕਰਮ ਕਰਨ ਤੇ ਜਿੰਨੀ ਉਹ ਭਜਨ ਅਠ ਕਰਦਾ ਇੰਨੀ ਕੀ ਬਚਾ ਜੇ ਤਾਂ ਆ ਗਿਆ ਲੋ ਮੈਂ ਕਹਿੰਨਾ ਕਿ ਇੱਕ ਬੱਚੇ ਦੀ ਪੜ੍ਹਾਈ ਪੂਰੀ ਉਹਦੇ ਚ ਹੋ ਸਕਦੀ ਕੁਝ ਕਰਾ ਲੋ ਉਹਨੂੰ ਕਿਉਂਕਿ ਉਹ ਤਾਂ ਤੁਹਾਡਾ ਉਹ ਕਿਰਿਆ ਕਰਮਾਂ ਤੇ ਜਿੰਨਾ ਸਮਾਂ ਹੋਰ ਸਾਰਾ ਲੱਗਦਾ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ 36 ਸਾਲ ਦਾ ਮੈਨੂੰ ਇਹ ਲੱਗਦਾ ਹੁੰਦਾ ਕਿ ਬਹੁਤ ਸਮਾਂ ਤੇ ਬਹੁਤ ਪੈਸਾ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ 18 ਸਾਲ ਦਾ ਸੀ ਜਦ ਇਹਨਾਂ ਗੱਲਾਂ ਚ ਨਿਕਲਿਆ ਤੁਹਾਨੂੰ ਪਾਪ ਨਹੀਂ ਲੱਗਿਆ ਪਾਪ ਲਾ ਲੋ ਮੇਰੀ ਜ਼ਿੰਦਗੀ ਚ ਮੇਰੇ ਘਰੇ ਖੁਸ਼ੀ ਹੋਵੇ ਜਾਂ ਗਮੀ ਹੋਵੇ ਸਾਡੇ ਹੋਰ ਵੀ ਬਹੁਤ ਸਾਰੇ ਮੇਰਾ ਤਾਂ ਮਤਲਬ ਮੈਂ ਆਪਾਂ ਗੱਲ ਮੈਂ ਕਰ ਰਿਹਾ ਹਾਂ ਸੋਸਾਇਟੀ ਦੇ ਤੌਰ ਤੇ ਗੱਲ ਸੋਸਾਇਟੀ ਦੇ ਤੌਰ ਤੇ ਮੇਰੇ ਘਰੇ ਖੁਸ਼ੀ ਹੋਵੇ ਗਮੀ ਹੋਵੇ ਕੁਈ ਧਾਰਮਿਕ ਸਮਾਗਮ ਅਜੇ ਤੱਕ ਹੋਇਆ ਨਹੀਂ ਤੇ ਮੈਨੂੰ ਐ ਨਹੀਂ ਲੱਗਦਾ ਵੀ ਕੋਈ ਕਮੀ ਹੈ ਕਿਉਂਕਿ ਮੈਂ ਤਾਂ ਸਭ ਕੁ ਜਿਹੜੀ ਗੱਲ ਪਹਿਲਾਂ ਕਹਿ ਕੇ ਆਇਆ ਮੈਨੂੰ ਲੱਗਦਾ ਕਿ ਮੇਰਾ ਸਮਾਂ ਮੇਰਾ ਪੈਸਾ ਬਹੁਤ ਬਚ ਗਿਆ ਜਿਹੜਾ ਮੈਂ ਤਰਕਸ਼ੀਲ ਸੁਸਾਇਟੀ ਦੇ ਇੱਕ ਵਰਕਰ ਹੋਣ ਦੇ ਨਾਤੇ ਮੈਂ ਇਧਰ ਇਨਵੈਸਟ ਕਰਦਾ ਇਧਰ ਇਨਵੈਸਟ ਕੀਤਾ ਹੋਇਆ ਜਿਵੇਂ ਅੱਪ ਅੱਜ ਬੈਠੇ ਆ ਇਨ੍ਹਾਂ ਗੱਲਾਂ ਦਾ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਫਾਇਦਾ ਹੋਊਗਾ ਜੋ ਇਹਨੂੰ ਅਪਣਾ ਲੈਣ ਬਸ ਇੰਨੀ ਇੱਕ ਗੱਲ ਜ਼ਰੂਰ ਆ ਕਈ ਵਾਰੀ ਸਸੀ ਨੇ ਜਿਹੜੀ ਗੱਲ ਅਸੀਂ ਸੁਣਦੇ ਆ ਸਾਨੂੰ ਚੰਗੀ ਬਹੁਤ ਲੱਗਦੀ ਹੈ ਪਰ ਅਸੀਂ ਜਦੋਂ ਸੁਣਦੇ ਹਾਂ ਉਹ ਤਾਂ ਚੰਗੀ ਲੱਗਦੀ ਹੈ ਤੇ ਉਦੋਂ ਹੀ ਉਦੋਂ ਇਧਰੋਂ ਪਾ ਕੇ ਇਧਰ ਇੰਪਲੀਮੈਂਟ ਕਰਨ ਤੇ ਹਾਂ ਜੇ ਅਮਲ ਕਰ ਲਈਏ ਉਹ ਤਾਂ ਹਰ ਥਾਂ ਤੋਂ ਜਿੱਥੋਂ ਤੁਹਾਨੂੰ ਕੋਈ ਚੰਗੀ ਸਿੱਖਿਆ ਮਿਲਦੀ ਹੈ ਜੇ ਤੁਸੀਂ ਉਹ ਤੇ ਅਮਲ ਨਹੀਂ ਕਰਨਾ ਫਿਰ ਤਾਂ ਲੋ ਚਾਹੇ ਨਾ ਲੋ ਜਿੱਥੇ ਵੀ ਤੁਸੀਂ ਜਾਂਦੇ ਹੋ ਜਿੱਥੇ ਚਲੋ ਐ ਵੀ ਕਹਿ ਲਓ ਜਿੱਥੇ ਵੀ ਕਿਸੇ ਦੀ ਸ਼ਰਤ ਹੈ ਜੇ ਉੱਥੇ ਜਾ ਕੇ ਕੋਈ ਚੰਗੀ ਗੱਲ ਨਹੀਂ ਸਿੱਖਦਾ ਚੰਗੀ ਗੱਲ ਆ ਉਹਦੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ ਫਿਰ ਕੋਈ ਫਰਕ ਨਹੀਂ ਪੈਂਦਾ ਤੁਸੀਂ ਮੱਥੇ ਕਿੰਨੇ ਟੇਕਣੇ ਆ ਇੱਕ ਥਾਂ ਟੇਕਦੇ ਹੋ ਕੋ ਪੰਜ ਥਾਂ ਟੇਕਦੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹਾਂ ਤੁਸੀਂ ਕਿਤੇ ਵੀ ਜਾਂਦੇ ਹੋ ਇਹ ਵੀ ਸੀ ਤੁਹਾਨੂੰ ਕੋਈ ਸਿੱਖਿਆ ਚੰਗੀ ਮਿਲੀ ਆ ਉਹਦੇ ਤੇ ਅਮਲ ਇੱਕੋ ਹੀ ਗੱਲ ਹੁੰਦੀ ਜਿਵੇਂ ਇਸ ਗੱਲ ਨੂੰ ਹਰੇਕ ਕਹਿੰਦਾ ਭਈ ਈਰਖਾ ਨਾ ਕਰੋ ਲੈ ਇੱਕ ਗੱਲ ਹੀ ਲੜ ਬੰਨ ਲਓ ਹਨਾ ਦੂਜੇ ਨਾਲ ਧੋਖਾ ਨਾ ਕਰੋ ਦੂਜੀ ਗੱਲ ਲੜ ਬੰਨ ਲਓ ਦੂਜੇ ਦੇ ਕੰਮ ਆਓ ਠੀਕ ਹੈ ਤੁਸੀਂ ਕਿੰਨੀਆਂ ਗੱਲਾਂ ਅਸੀਂ ਕਹਿੰਦੇ ਆ ਵੀ ਬੰਦਾਏ ਹੋਣਾ ਚਾਹੀਦਾ ਜੀਐਸਏ ਆਵਦੇ ਤੋਂ ਸ਼ੁਰੂ ਕਰਦੀਏ ਤੇ ਮੈਨੂੰ ਇਹ ਲੱਗਦਾ ਸੌਖੇ ਹੋ ਜਾਣਗੇ ਮੈਂ ਫੇਰ ਸ਼ਬਦ ਰਿਪੀਟ ਕਰਦਾ ਮੈਂ ਨਹੀਂ ਕਹਿੰਦਾ ਗਰੀਬੀ ਚੱਕੀ ਜਾਉ ਪਰ ਜੋ ਅਸੀਂ ਅੱਜ ਜਿਉਂ ਰਹੇ ਹਾਂ ਜੇ ਸਾਡੀ ਸੋਚ ਤਰਕਸ਼ੀਲ ਹੋ ਜੇ ਵਿਗਿਆਨਕ ਹੋ ਜੇ ਸਾਡੀ ਕੀਤੀ ਹੋਈ ਦਸਾਂ ਨੋਹਾਂ ਦੀ ਕਿਰਤ ਕਮਾਈ ਸਾਨੂੰ ਸਾਹਮਣੀ ਆ ਜੇ ਵੇਲਣਾਂ ਦੇ ਚਰਨਾ ਚ ਸਿੱਟਣੋ ਅਟ ਜੀਏ ਅਸੀਂ ਹੁਣ ਨਾਲ ਉਸ ਖਲੇ ਜ਼ਰੂਰ ਹੋ ਸਕਦਾ ਹੈ ਖਲੇ ਤਾਂ ਬਾਬਾ ਬਤਨਵਾਦ ਦੌਰ ਸਾਹਿਬ ਏ ਠੀਕ ਹੈ ਮਨਿੰਦਰ ਜੀ ਵਧੀਆ ਯਾਰ ਤੁਹਾਡੇ ਬਾਰੇ ਮੈਂ ਕੋਈ ਐ ਕਮਾ ਤੁਹਾਡੇ ਚੈਨਲ ਬਾਰੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਕੁਝ ਵਧੀਆ ਲਿਆਣਾ ਚਾਹੁੰਦੇ ਜਿਹੜੇ ਚਾਹੁੰਦੇ ਆ ਕਿ ਯਾਰ ਸਮਾਜ ਸੱਚੀ ਸਿੱਖਿਆਤ ਹੋਵੇ ਉਹ ਕਹ ਲਿਆ ਇਹਨਾਂ ਨਹੀਂ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਹੋਰ ਬਹੁਤ ਸਾਰੇ ਇਹਦੇ ਪਿਆਰੇ ਸੱਜਣ ਨੇਗੇ ਕਿ ਹੱਕ ਸੱਚ ਦੀ ਆਵਾਜ਼ ਨੂੰ ਜਿੰਨਾ ਤੁਸੀਂ ਬੁਲੰਦ ਕਰਦੇ ਹੋ ਤੇ ਉਹਦੇ ਚ ਇੱਕ ਇਹ ਹਿੱਸਾ ਵੀ ਕਹ ਲਓ ਅੰਧਵਿਸ਼ਵਾਸਾਂ ਵਾਲਾ ਵੀ ਅੱਗੇ ਵੀ ਆਪ ਕਰਦੇ ਰਹਿੰਦੇ ਹਾਂ ਛੋਟੇ ਰੂਪ ਚ ਪਰ ਮੈਨੂੰ ਲੱਗਦਾ ਕਿ ਅੱਜ ਆਪਾਂ ਰੀਐਂਟਰੂ ਕਰਨ ਦਾ ਕਾਰਨ ਵੀ ਇਹ ਹੈ ਜੇ ਅਸੀਂ ਜੋਤਿਸ਼ ਤੇ ਇਹ ਬੇਮ ਬਰਮਾਲੀ ਮਸ਼ਹੂਰੀ ਵੀ ਨਹੀਂ ਲੈਂਦੇ ਹਾਲਾਂਕਿ ਸਾਨੂੰ ਮਤਲਬ ਜੇ ਚਾਹੀਏ ਤਾਂ ਲੱਖਾਂ ਰੁਪਏ ਮਹੀਨੇ ਦਾ ਬਣਦਾ ਬਿਲਕੁਲ ਬਿਲਕੁਲ ਨਹੀਂ ਇਹ ਇਹ ਹੀ ਗੱਲ ਕਿਉਂਕਿ ਸਾਨੂੰ ਇਹ ਹੁੰਦਾ ਅਸੀਂ ਕਈ ਜਿਹੇ ਹੱਸਦੇ ਹੁੰਨੇ ਹੈਗੇ ਤੁਹਾਡੀ ਗੱਲ ਮੈਂ ਐਂਡ ਵੀ ਕਰਨਾ ਹੈ ਕਿ ਸਾਨੂੰ ਫੋਨ ਆ ਜਾਂਦਾ ਵੀ ਐਂ ਕਰਕੇ ਜੀ ਪੰਪ ਫਲਾਣਾ ਇਹ ਬੋਲ ਰਹਾ ਹਾਂ ਆਪੇ ਐਡ ਚਲਾਉਗੇ ਮੈਂ ਹਮ ਕਹਦੇ ਨਹੀਂ ਅਸੀਂ ਚਲਾਉਂਦੇ ਨਹੀਂ ਜੀ ਕਿਉਂ ਨਹੀਂ ਚਲਾਉਂਦੇ ਜੀ ਕਿਹਾ ਅਸੀਂ ਕਹਿੰਦੇ ਨਹੀਂ ਅਸੀਂ ਚਲਾਉਂਦੇ ਨਹੀਂ ਜੋ ਸਾਰੇ ਕੰਮ ਹੈ ਤੇ ਮੈਂ ਉੱਥੇ ਹੱਸਿਆ ਸੀ ਕਿਹੜੇ ਚੈਨਲ ਵਾਲੇ ਬੈਠੇ ਹੁੰਨੇ ਆ ਆਰਐਮਬੀ ਵਾਲੇ ਵੀ ਨਹੀਂ ਚਲਾਉਂਦੇ ਉਹ ਵੀ ਕਹਿੰਦੇ ਆ ਅਜੇ ਕਹ ਯਾਰ ਕਿਤੇ ਨਾ ਹੋਵੇ ਉੱਤੇ ਅਜੰਦਰ ਵਧਾੜ ਚਲੀ ਜਾਂਦਾ ਹੋਵੇ ਤੇ ਥੱਲੇ ਚਲੀ ਜਾਂਦਾ ਹੋਵੇ ਕਾਲੇ ਮੈਂ ਕਹ ਦੋਨੇ ਗੱਲਾਂ ਆਫਚ ਮੈਚ ਨਹੀਂ ਹੋਣੀਆਂ ਬਿ ਇੱਕ ਪਾਸੇ ਇਹ ਚਲੀ ਜਾਂਦਾ ਥੱਲੇ ਤੁਸੀਂ ਮੰਤਰਾਂ ਦੀ ਗੱਲ ਕਰ ਰਹੇ ਆ ਮੈਂ ਕਹ ਇਹ ਗੱਲ ਕਰਕੇ ਵੀ ਇਹ ਆਪਾਂ ਉਧਰਲੇ ਪਾਸੇ ਗੱਲ ਕਰਨੀ ਆ ਲੋਕਾਂ ਨੂੰ ਚੇਤਨ ਕਰਨਾ ਫਿਰ ਇਹ ਚੀਜ਼ਾਂ ਦਾ ਆਪਾਂ ਨੂੰ ਤਿਆ ਇਦੇ ਜੀ ਵੀ ਤੁਹਾਡੇ ਦਾ ਧਿਆਨ ਚ ਰੱਖੋ ਕਿਉਂਕਿ ਤੁਸੀਂ ਜਿਆਦਾ ਇਸ ਗੱਲ ਲਈ ਸਮਰਪਤੀ ਉਹ ਚੈਨਲ 'ਚ ਕੰਮ ਕਰਦੇ ਹੋ YouTube ਵਾਲੇ ਇਹ ਸ਼ਰਾਰਤ ਬਹੁਤ ਪਲੈਨਿੰਗ ਕਰਦੇ ਆ ਕਿ ਜਿਹੜੀ ਗੱਲ ਚੱਲਦੀ ਹੈ ਉਹਦੇ ਥੱਲੇ ਐਡ ਉਦਾਂ ਦੀ ਦਿਓ ਕਿ ਉਹਨੂੰ ਫਾਇਦਾ ਦਿੰਦੀ ਹੋਵੇ ਹਾਂ ਸਹੀ ਗੱਲ ਹੈ ਸੋ ਬਹੁਤ ਵਧੀਆ ਡਟੇ ਰਹੋ ਲੱਗੇ ਰਹੋ ਤਾਂ ਨਾਲ ਜੀ ਤਾਂ ਗੱਲਬਾਤ ਕੀਤੀ ਰਜਿੰਦਰ ਭਟੌਰ ਜੀ ਦੇ ਨਾਲ ਪੁੱਤਾਂ ਨੂੰ ਲੈ ਕੇ ਕਿ ਪੁੱਤਾਂ ਕਿਵੇਂ ਹੁੰਦੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਤਾਂ ਉਹਨਾਂ ਨੇ ਸਾਰੀ ਗੱਲ ਬੜੇ ਵਿਸਥਾਰ ਨਾਲ ਦੱਸੀ ਐਗਜ਼ੈਂਪਲ ਦੇ ਕੇ ਦੱਸੀ ਕਸਰਾ ਕਿਵੇਂ ਆਉਂਦੀ ਹੈ ਕਿਵੇਂ ਕੱਪੜੇ ਨੂੰ ਅੱਗ ਲੱਗਦੀ ਹੈ ਉਹ ਸਾਰੇ ਜਿਹੜੇ ਸਾਡੇ ਸਮਾਜ ਚ ਘਟਨਾ ਕਰਮ ਵਾਪਰਦੇ ਆ ਉਹਨਾਂ ਦੇ ਉੱਤੇ ਉਹਨਾਂ ਨੇ ਤਰਕ ਦੇ ਆਧਾਰ ਤੇ ਸਾਰੀਆਂ ਗੱਲਾਂ ਕੀਤੀਆਂ ਕਿ ਕਿਵੇਂ ਮਨੁੱਖ ਮਾਨਸਿਕ ਤੌਰ ਤੇ ਬਿਮਾਰ ਹੋ ਕੇ ਜਾਂ ਆਪਦੀਆਂ ਸਮੱਸਿਆਵਾਂ ਦੇ ਵਿੱਚੋਂ ਨਿੱਗਲ ਲਈ ਜਾਂ ਆਪਦੇ ਮਾਨ ਨੂੰ ਸੰਤੁਸ਼ਟੀ ਦੇਣ ਲਈ ਸਾਰਾ ਕੁਝ ਕਰਦਾ ਹੈ ਉਮੀਦ ਹੈ ਤੁਹਾਨੂੰ ਇਹ ਪੋਡਕਾਸਟ ਪਸੰਦ ਆਵੇਗਾ ਹੋਰ ਇਸ ਤਰੀਕੇ ਦੇ ਪੋਡਕਾਸਟ ਦੇ ਲਈ ਲੋਕ ਵਾਈ ਟੀਵੀ ਦੇ ਨਾਲ ਜੁੜੇ ਰਹੋ